ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਤੇ ਪਿੰਡ ਸਿੰਧਵਾ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਗੱਲਬਾਤ ਸਾਡੇ ਤੱਕ ਪਹੁੰਚ ਰਹੀ ਹੈ। ਤੇ ਇਧਰੋਂ ਪਰਮਵੀਰ ਸਿੰਘ ਬਾਟ ਆਪਣੇ ਨਾਲ ਹਾਜ਼ਰ ਨੇ। ਜੀ ਬਾਟ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਤੇ ਨਾਲ ਹੀ ਮੁਬਾਰਕਬਾਦ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ। ਸ਼ੁਕਰੀਆ, ਬਹੁਤ ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਕਰੀ ਸਤਿ ਸ੍ਰੀ ਅਕਾਲ। ਤੇ ਨਾਲ ਦੀ ਨਾਲ ਮੁਬਾਰਕਬਾਦ ਤਾਂ ਦੇਖੋ ਬਣਦੀ ਹੈ ਕਿਉਂਕਿ 550ਵਾਂ ਪ੍ਰਕਾਸ਼ ਪੁਰਬ ਹੈ। ਉਮੀਦ ਆਪਾਂ ਪਿਛਲੇ ਕਈ ਦਿਨਾਂ ਤੋਂ ਇਹ ਕਰ ਰਹੇ ਹਾਂ, ਆਸ ਕਰ ਰਹੇ ਹਾਂ ਕਿ ਅੱਜ ਦਾ ਦਿਨ ਕੱਲਾ ਦੀਵੇ ਜਗਾਉਣ ਤੱਕ, ਵਿੱਚ ਵਿਚਾਲੇ ਕਈਆਂ ਨੇ ਪਟਾਕੇ ਚਲਾ ਤੇ ਪਟਾਕੇ ਚਲਾਉਣ ਤੱਕ, ਨਗਰ ਕੀਰਤਨ ਸਜਾਉਣ ਤੱਕ ਜੀ, ਗੁਰਦੁਆਰੇ ਜਾ ਕੇ ਸਿਰ ਨਵਾਉਣ ਤੱਕ ਤੇ ਉੱਥੇ ਜਾ ਕੇ ਲੰਗਰ ਛਕਣ ਤੇ ਛਕਾਉਣ ਤੱਕ ਸੀਮਤ ਨਾ ਰਹੇ। ਅੱਜ ਕੁਝ ਤਬਦੀਲੀ ਦੀ ਲੋੜ ਜਿਹੜੀ ਹੈ ਉਹ ਸਾਨੂੰ ਬਹੁਤ ਲੋੜੀਂਦੀ ਹੈ। ਮੈਂ ਦੇਖ ਰਿਹਾ ਸੀ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਕਿ ਉਦਾਂ ਹੀ ਪਰਾਲੀ ਨੂੰ ਅੱਗ ਲੱਗ ਰਹੀ ਹੈ, ਉਦਾਂ ਹੀ ਇੱਕ ਵਿਆਹ ਦੇ ਵਿੱਚ ਗੋਲੀ ਚੱਲ ਗਈ ਹੈ। ਘੱਟੋ ਘੱਟ ਅਸੀਂ ਇਹ ਥੋੜੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਛੱਡਣੀਆਂ, ਮਾੜੀ ਮੋਟੀ ਤਬਦੀਲੀ ਜਿਹੜੀ ਆਪਣੇ ਆਪ ਦੇ ਵਿੱਚ ਲੈ ਕੇ ਆਈ ਹੈ ਤੇ ਸ਼ਾਇਦ ਸਾਰਾ ਕੁਝ ਸਾਰਥਕ ਹੋਵੇ। ਨਹੀਂ ਤਾਂ ਚਲੋ ਬਾਬਾ ਆਪ ਵੇਖਦਾ ਸਭ ਕੁਝ, ਪਰ ਥੋੜੀ ਥੋੜੀ ਤਬਦੀਲੀ, ਕਿਉਂਕਿ ਕਈ ਮੁਲਕਾਂ ਦੇ ਵਿੱਚ ਅਜੇ ਇਹ ਦਿਨ ਸ਼ੁਰੂ ਹੋਇਆ ਪ੍ਰਕਾਸ਼ ਪੁਰਬ ਦਾ, ਤੇ ਜਦੋਂ ਅਜੇ ਕਈ ਮੁਲਕਾਂ ਦੇ ਵਿੱਚ ਇਹ ਦਿਨ ਸ਼ੁਰੂ ਹੋਇਆ ਤਾਂ ਫਿਰ ਲੋੜੀਂਦਾ ਤਾਂ ਹੈ ਨਾ ਕਿ ਅਸੀਂ ਤਬਦੀਲੀ ਦੀ ਆਸ, ਤਬਦੀਲੀ ਦੀ ਝਾਕ ਜਿਹੜੀ ਹੈ ਉਹ ਮਾੜੀ ਮੋਟੀ ਰੱਖੀਏ ਜੀ। ਬਟ ਸਾਹਿਬ ਇਵੇਂ ਹੁੰਦਾ ਨੀਗਾ, ਉਹ ਸਾਡੇ ਪਿੰਡ ਵੀ ਇੱਕ ਤਾਂ ਪੂਜਾ ਗ੍ਰੰਥੀ ਸਾਡੇ ਪਿੰਡ ਦਾ ਹੀ, ਮੈਨੂੰ ਸੱਚੀ ਗੁੱਸਾ ਚੜਿਆ, ਵੈਸੇ ਇਹੋ ਜਿਹੇ ਸ਼ਬਦ ਮੈਂ ਵਰਤਦਾ ਨੀ ਹੁੰਦਾ। ਪਹਿਲਾਂ ਤਾਂ ਸਵੇਰੇ ਉਹ ਕਰੀ ਜਾਵੇ ਕਿ ਗੁਰੂ ਨਾਨਕ ਦੇਵ ਜੀ ਦੀ ਮਾਤਾ ਤ੍ਰਿਪਤਾ ਕੌਰ ਜੀ, ਮੈਂ ਘਰੇ ਸੀ ਉਦੋਂ ਪੱਗ ਬੰਨੀ ਜਾਂਦਾ ਸੀਗਾ, ਮੈਂ ਕਿਹਾ ਵੀ ਜਾ ਕੇ ਜੇ ਕੋਈ ਹੋਰ ਹੋਇਆ ਨਾ ਮੈਂ ਉਹਨੂੰ ਪੁੱਛੂਗਾ ਵੀ ਭਾਈ ਆਹ ਕਿਹੜੀ ਕਿਤਾਬ ਚ ਤੂੰ ਤ੍ਰਿਪਤਾ ਕੌਰ ਪੜ੍ਹ ਲਿਆ। ਕੁਦਰਤੀ ਉਹ ਪਿੰਡ ਦਾ ਬੰਦਾ ਸੀ, ਮੈਂ ਕਿਹਾ ਜੇ ਮੈਂ ਬੋਲਿਆ ਤਾਂ ਅਗਲਾ ਕਹਿੰਦਾ ਪਤਾ ਨੀ ਵੀ ਇਹ ਚਾਰ ਪੈਸੇ ਕਮਾਉਣ ਲੱਗਿਆ ਵਿਚਾਰੇ ਤੇ ਲੱਗਦੇ ਆ। ਤੇ ਉਹ ਬਾਅਦ ਵਿੱਚ ਪਟਾਕੇ ਪਈ ਜਾਣ, ਮੈਂ ਪਹਿਲਾਂ ਪ੍ਰੋਗਰਾਮ ਚ ਮਾੜੀ ਜਿਹੀ ਗੱਲ ਕਰਕੇ ਹਟਿਆ, ਕਹਿੰਦਾ ਵੀ ਖੜ ਜਾਓ ਹਜੇ ਅਰਦਾਸ ਹੋ ਲੈਂਦੇ, ਜਦੋਂ ਜਕਾਰਾ ਬੁਲਾਇਆ ਉਦੋਂ ਬਾਅਦ ਪਟਾਕੇ ਪਾਉਣੇ ਆ, ਫਿਰ ਜਿੰਨੇ ਮਰਜ਼ੀ ਪਾਇਓ। ਸਾਡੀ ਸੋਚ ਤਾਂ ਇੱਥੋਂ ਤੱਕ ਖੜੀ ਆ, ਗਾਹਾਂ ਅਸੀਂ ਕੀ ਗੱਲ ਕਰਾਂਗੇ। ਤੇ ਚਲੋ ਖੈਰ, ਅਸੀਂ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਜੀ। ਅੱਜ ਰਾਸ਼ਟਰਪਤੀ ਹੋਰੇ ਆ ਜਿਹੜੇ ਉਹ ਵੀ ਪੱਗ ਬੰਨ ਕੇ ਆਏ, ਤੇ ਜੰਗੀਰ ਕੌਰ ਹੋਰੇ ਵੀ ਸਰੋਪਾ ਦੇ ਜਾਂਦੇ ਸੀ। ਮੈਨੂੰ ਨੀ ਇਹ ਜਾਚੀ ਗੱਲ ਜੀ, ਸਰੋਪਾ ਜੰਗੀਰ ਕੌਰ ਤੋਂ ਬਿਨਾਂ ਵੀ ਕੋਈ ਆਗੂ ਦੇ ਸਕਦਾ ਸੀ ਮਿਸਿਜ ਰਾਸ਼ਟਰਪਤੀ ਨੂੰ। ਦੇਖੋ ਸੁਖਨੈਪ ਜੀ, ਗੱਲ ਇਹ ਆ ਕਿ ਤੈਅ ਕਰਨ ਵਾਲਾ ਕੋਈ ਹੋਰ ਹੀ ਹੁੰਦਾ ਨਾ ਜੀ, ਤੇ ਜਦੋਂ ਤੈਅ ਕਰਨ ਵਾਲਾ ਕੋਈ ਹੋਰ ਹੁੰਦਾ ਤਾਂ ਫਿਰ ਸਾਨੂੰ ਦੇਖ ਹੀ ਲੈਣਾ ਚਾਹੀਦਾ। ਆਪਾਂ ਤਾਂ 4 ਮਹੀਨੇ ਹੋ ਗਏ ਜਦੋਂ ਦੇਖਿਆ ਕਿ ਕੜੀ ਕੀ ਘੋਲੀ ਇਹਨਾਂ ਨੇ ਸਾਡੇ ਲੀਡਰਾਂ ਨੇ। ਮੈਂ ਫੇਰ ਕਹਿੰਦਾ ਕਿ ਸੰਗਤ ਨੇ, ਲੋਕਾਂ ਨੇ ਲੱਜ ਰੱਖ ਲਈ, ਇੱਜ਼ਤ ਰੱਖ ਲਈ ਇਸ ਗੱਲ ਕਰਕੇ ਕਿ ਆਪਾਂ ਇਹਨਾਂ ਦੇ ਪੰਡਾਲਾਂ ਚ ਜਾ ਕੇ ਕੀ ਕਰਨਾ। ਜਿੰਨਾ ਜ਼ੋਰ ਇਹਨਾਂ ਨੇ ਲਾਇਆ ਸੀ ਆਪੋ ਆਪਣੇ ਪੰਡਾਲ ਬਣਾਉਣ ਦੇ ਵਿੱਚ, ਸੰਗਤ ਓਨਾ ਹੀ ਇਹਨਾਂ ਤੋਂ ਦੂਰ ਰਹੀ ਹੈ। ਹੋ ਸਕਦਾ ਕਿ ਭਲਕ ਨੂੰ, ਪਰਸੋਂ ਨੂੰ, ਚੌਂ ਦਿਨਾਂ ਨੂੰ ਇਹ ਦੋਵੇਂ ਧਿਰਾਂ ਆਪੋ ਆਪਣੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ, ਫੋਟੋ ਫੋਟੋ ਐਡਿਟ ਕਰਕੇ ਪਾਈ ਜਾਣ, ਜੇ ਕਿਤੇ ਮਾੜਾ ਮੋਟਾ ਸੰਗਤ ਦਾ ਰੌਣਕ ਮੇਲਾ ਹੋਇਆ ਤੇ ਉਹਦੀਆਂ ਤਸਵੀਰਾਂ ਖਿੱਚ ਕੇ ਪਾ ਦੇਣ ਕਿ ਆਹ ਲਓ ਜੀ ਪੰਜਾਬ ਸਰਕਾਰ ਦੁਆਰਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਾਏ ਗਏ ਪੰਡਾਲ ਦੇ ਵਿੱਚ ਸੰਗਤ ਦਾ ਠਾਠਾ ਮਾਰਦਾ ਇਕੱਠ ਸੀ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਨਹੀਂ ਤਾਂ ਉੱਥੇ 3-4 ਦਿਨ ਰਹਿ ਕੇ ਵੇਖਣ ਵਾਲਿਆਂ ਨੇ ਚੰਗੇ ਤਰੀਕੇ ਵੇਖ ਰਿਹਾ ਕਿ ਦੋਵੇਂ ਧਿਰਾਂ ਹਾੜੇ ਕੱਢਦੀਆਂ ਰਹੀਆਂ, ਲੇਲੀਆਂ ਕਰਦੀਆਂ ਰਹੀਆਂ ਕਿ ਸੰਗਤ ਆ ਜਾਵੇ ਕਿਤੇ ਉਹੀ ਗੱਲ ਨਾ ਹੋਵੇ। ਕਰੋੜਾਂ ਰੁਪਈਆ ਸੰਗਤ ਦਾ ਤੇ ਲੋਕਾਂ ਦਾ ਇਹਨਾਂ ਨੇ ਖਰਚ ਦਿੱਤਾ, ਲੱਭਿਆ ਕਿ ਦੋ ਦੋ ਸਟੇਜਾਂ ਬਣਾ ਕੇ। ਚਲੋ ਅੱਜ ਦੀ ਗੱਲ ਕਰਕੇ ਫਿਰ ਪਿਛਾਂਹ ਨੂੰ ਆਪਾਂ ਮੁੜਨਾ। ਦੇਖੋ ਅੱਜ ਦੇ ਦਿਨ ਦਾ ਇੰਤਜ਼ਾਰ ਸੀ ਕਿਉਂਕਿ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੇ ਵਿੱਚ ਮੌਜੂਦਾ ਭਾਰਤ ਦੇ ਜੇ ਸੰਵਿਧਾਨਕ ਤੌਰ ਤੇ ਸਭ ਤੋਂ ਸ਼ਕਤੀਸ਼ਾਲੀ ਲੀਡਰ ਨੇ, ਵਿਅਕਤੀ ਨੇ ਆਉਣਾ ਸੀ ਤਾਂ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਹਿਬ ਸਨ ਜੀ। ਤੇ ਉਹਨਾਂ ਦੇ ਲਈ ਰੌਲਾ ਸੀ ਨਾ ਕਿ ਕਿਹੜੀ ਸਟੇਜ ਦੇ ਉੱਤੇ ਕੌਣ ਜਾਊ। ਰੌਲਾ ਤੇ ਇਹੀ ਸੀ ਕਿ ਜੇ ਸਰਕਾਰ ਦੀ ਸਟੇਜ ਦੇ ਉੱਤੇ ਜਾਂਦੇ ਆ ਤਾਂ ਸਰਕਾਰ ਆਖੂ ਕਿ ਭਾਈ ਆ ਵੇਖੋ ਮੁੱਖ ਪੰਡਾਲ ਸਾਡਾ, ਮੁੱਖ ਸਟੇਜ ਸਾਡੀ, ਅਸੀਂ ਕੀਤੇ ਪ੍ਰਬੰਧ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੇ ਜਾਂਦੇ ਤਾਂ SCPC ਆਖੂ ਕਿ ਆ ਵੇਖਿਆ ਪ੍ਰਬੰਧ ਸਾਰੇ ਅਸੀਂ ਕੀਤੇ, ਕੇਂਦਰ ਸਰਕਾਰ ਦੇ ਨੁਮਾਇੰਦੇ ਸਾਡੇ ਕੋਲ ਹੈ, ਅਸੀਂ ਵੱਡੇ ਹਾਂ ਸਰਕਾਰ ਨਹੀਂ। ਪਰ ਅੱਜ ਰਾਸ਼ਟਰਪਤੀ ਸਾਹਿਬ ਨੇ ਜਿਸ ਤਰੀਕੇ ਦੀ ਸੰਤੁਲਿਤ ਪਹੁੰਚ ਅਪਣਾਈ, ਜੋ ਬੈਲੈਂਸ ਅਪਰੋਚ ਅਪਣਾਈ, ਉਹ ਕਾਫੀ ਸ਼ਲਾਘਾਯੋਗ ਸੀ। ਕਿਉਂਕਿ ਸਭ ਤੋਂ ਪਹਿਲਾਂ ਜਦੋਂ ਰਾਸ਼ਟਰਪਤੀ ਸਾਹਿਬ ਹਵਾਈ ਅੱਡੇ ਦੇ ਉੱਤੇ ਉਤਰੇ ਆ ਤੇ ਪ੍ਰੋਟੋਕਾਲ ਦੇ ਮੁਤਾਬਕ ਬਣਦਾ ਹੀ ਸੀ ਕਿ ਰਾਜਪਾਲ ਤੇ ਮੁੱਖ ਮੰਤਰੀ ਸਾਹਿਬ ਉੱਥੇ ਜਾਣ,
ਰਾਜਪਾਲ ਵੀ ਗਏ ਤੇ ਪੰਜਾਬ ਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਗਏ, ਬੀਬੀ ਪਰਨੀਤ ਕੌਰ ਵੀ ਗਏ, ਉਹਨਾਂ ਦੇ ਨਾਲ ਕਈ ਹੋਰ ਲੀਡਰ ਸੀ। ਫਿਰ ਉਹਦੇ ਤੋਂ ਬਾਅਦ ਸਿੱਧਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜਿਨ੍ਹਾਂ ਨੇ ਸਿਰ ਦੇ ਉੱਤੇ ਪੱਗ ਸਜਾਈ ਹੋ ਸੀ, ਉਹ ਸਿੱਧੇ ਗਏ ਗੁਰਦੁਆਰਾ ਬੇਰ ਸਾਹਿਬ ਕਪਤਾਨ ਸਾਹਿਬ ਨਾਲ ਹੀ ਸੀ। ਉਹਦੇ ਤੋਂ ਬਾਅਦ ਸਿੱਧੇ ਗਏ ਸਰਕਾਰੀ ਸਟੇਜ ਤੇ, ਸਰਕਾਰੀ ਸਟੇਜ ਦੇ ਉੱਤੇ ਜੋ ਵੀ ਰਸਮੀ ਕਾਰਵਾਈਆਂ ਹੁੰਦੀਆਂ ਉਹ ਵੀ ਉਹਨਾਂ ਨੇ ਕੀਤੀਆਂ। ਉੱਥੇ ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਮੰਤਰੀਆਂ ਵਿਧਾਇਕਾਂ ਨੇ ਰਾਸ਼ਟਰਪਤੀ ਸਾਹਿਬ ਦਾ ਸਨਮਾਨ ਕੀਤਾ। ਉੱਥੋਂ ਰਾਸ਼ਟਰਪਤੀ ਸਾਹਿਬ ਸਿੱਧੇ ਫਿਰ ਚਲੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ, ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਚਲੇ ਗਏ ਤੇ ਉੱਥੇ ਜਾ ਕੇ ਸੰਬੋਧਨ ਵੀ ਕੀਤਾ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਹੈ ਉਹ ਵੀ ਜਿਹੜੇ ਹੈ ਉਹਨਾਂ ਨੇ ਸਨਮਾਨ ਕੀਤਾ, ਸਾਰਾ ਕੁਝ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਐਡਜਸਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਹੁਣ ਮੈਂ ਕਹਿੰਦਾ ਕਿ ਪੰਜਾਬ ਦੇ ਲੀਡਰ ਰਾਮਨਾਥ ਕੋਵਿੰਦ ਹੋਰਾਂ ਤੋਂ ਸਿੱਖ ਲੈਣ ਜੇ ਹੋਰ ਕਿਸੇ ਤੋਂ ਨਹੀਂ ਸਿੱਖ ਸਕਦੇ। ਕੋਵਿੰਦ ਸਾਹਿਬ ਨੇ ਜਿੰਨੀ ਕੁ ਉਹ ਪੰਜਾਬੀ ਬੋਲ ਸਕਦੇ ਸੀ, ਜਿੰਨਾ ਕੁ ਉਹ ਇਸ ਮੁੱਦੇ ਦੇ ਉੱਤੇ ਕੰਮ ਕਰ ਸਕਦੇ ਸੀ ਉਹਨਾਂ ਸਾਰਾ ਕੀਤਾ। ਤੇ ਸਾਡੇ ਜੇ ਲੀਡਰ ਅਜੇ ਤੱਕ ਵੀ ਇਹ ਗੱਲ ਜਿਹੜੇ ਹੈ ਉਹ ਚੰਗੇ ਤਰੀਕੇ ਸਮਝ ਨਹੀਂ ਸਕੇ, ਫਿਰ ਤਾਂ ਕਹਾਣੀ ਜਿਹੜੀ ਹੈ ਉਹ ਬੜੀ ਅਜੀਬੋ ਗਰੀਬ ਹੈ। ਚਲੋ ਰਾਸ਼ਟਰਪਤੀ ਸਾਹਿਬ ਆਏ, ਦੋਨਾਂ ਸਟੇਜਾਂ ਦੇ ਉੱਤੇ ਚਲੇ ਗਏ ਤੇ ਹੁਣ ਦੋਵੇਂ ਧਿਰਾਂ ਮੁੜ ਕੇ ਦੇਖਣਗੀਆਂ, ਵਾਚਣਗੀਆਂ ਕਿ ਹਾਲਾਤ ਜਿਹੜੇ ਹੈ ਉਹ ਕੀ ਬਣੇ। ਕਿਉਂਕਿ ਜੇ ਰਾਸ਼ਟਰਪਤੀ ਸਾਹਿਬ ਦੋਵੇਂ ਪਾਸੇ ਆ ਗਏ ਇਹਨਾਂ ਨੂੰ ਕੀ ਸੀ, ਇਹ ਨਹੀਂ ਸੀ ਇੱਕ ਦੂਸਰੇ ਦੀ ਸਟੇਜ ਦੇ ਉੱਤੇ ਜਾ ਸਕਦੇ, ਇਹਨਾਂ ਨੂੰ ਕਾਹਦਾ ਦੁੱਖ ਸੀ ਕਿ ਭਾਈ ਉਹ ਸੱਜੇ ਖੱਬੇ ਜਿਹੜੇ ਹੈ ਉਹ ਗਏ ਹੀ ਨਹੀਂ। ਚਲੋ ਹੁਣ ਉਹਦੇ ਤੋਂ ਬਾਅਦ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ, ਲੌਂਗੋਵਾਲ ਸਾਹਿਬ ਵੀ ਜਿਹੜੇ ਹੈ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਕਿ ਭਾਈ ਸਾਰਾ ਸਾਲ ਚੱਲਣਗੇ ਸਮਾਗਮ, ਘਬਰਾਉਣਾ ਨਹੀਂ, ਇੱਥੇ ਤਾਂ ਏਦਾਂ ਹੀ ਚੱਲੂ ਕੰਮ, ਆਪਾਂ ਸਾਰਾ ਸਾਲ ਸਮਾਗਮ ਕਰਾਉਣੇ ਆ, ਸਾਰੇ ਪੰਜਾਬ ਚ ਕਰਾਉਣੇ ਆ, ਸਾਰੀ ਦੁਨੀਆਂ ਚ ਕਰਾਉਣੇ ਆ, ਸਾਰੇ ਮੁਲਕ ਚ ਕਰਾਉਣੇ ਆ, ਚੰਗੀ ਗੱਲ ਹੈ, ਪ੍ਰਚਾਰ ਪ੍ਰਸਾਰ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਆ ਕਿ ਉਹ ਪ੍ਰਚਾਰ ਪ੍ਰਸਾਰ ਕਰੇ। ਨਾਲ ਦੀ ਨਾਲ ਇਹਦੇ ਤੋਂ ਪਹਿਲਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਬੋਲਣ ਦਾ ਸੱਦਾ ਦਿੱਤਾ ਗਿਆ ਤੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਨਾਂ ਗਲਤ ਬੋਲ ਦਿੱਤਾ, ਹਰਚਰਨ ਸਿੰਘ ਲੈ ਦਿੱਤਾ। ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਉੱਥੇ ਕੀ ਹੋਣਾ ਤੇ ਕੀ ਨਹੀਂ ਹੋਣਾ, ਨਾਂ ਗਲਤ ਲੈਤਾ ਕਿ ਲੈਤਾ, 93 ਸਾਲ ਦੀ ਉਮਰ ਹੋ ਗਈ ਆ, ਕੋਈ ਗੱਲ ਨਹੀਂ, ਮਾੜੀ ਮੋਟੀ ਗੱਲਬਾਤ ਜਿਹੜੀ ਹੈ ਉਹ ਇੱਧਰ ਉੱਧਰ ਵੀ ਹੋ ਗਈ। ਹੁਣ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਜੇ ਦੋਵਾਂ ਧਿਰਾਂ ਨੇ ਸਮਾਗਮ ਕਰਾ ਲੈ, ਜੇ ਰਾਸ਼ਟਰਪਤੀ ਸਾਹਿਬ ਦੋਨੇ ਹੀ ਪਾਸੇ ਆ ਗਏ, ਗੁਰਦੁਆਰਾ ਬੇਰ ਸਾਹਿਬ ਵੀ ਚਲੇ ਗਏ ਤੇ ਇਹਦੇ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਪਰਨੀਤ ਕੌਰ ਹੋਰੀ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਗਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੇ ਉਹਨਾਂ ਨੂੰ ਸਿਰੋ ਪਾਓ ਜਿਹੜਾ ਉਹ ਭੇਂਟ ਕੀਤਾ, ਪਹਿਲਾਂ ਤੁਸੀਂ ਲੜਦੇ ਰਹੇ ਹੋ, ਇੱਕ ਦੂਜੇ ਦੇ ਗਲ ਪੈਂਦੇ ਰਹੇ ਹੋ, ਝਾਈਆਂ ਲੈਂਦੇ ਰਹੇ ਹੋ ਕਿ ਫਲਾਨਾ ਬੰਦਾ ਵਿਰੋਧੀ ਆ, ਉਹ ਵਿਰੋਧੀ ਆ, ਆਹ ਨੀ ਏਕਤਾ ਹੋਣ ਦਿੰਦਾ, ਉਹ ਨੀ ਏਕਤਾ ਹੋਣ ਦਿੰਦਾ, ਤੇ ਮੁੜ ਕੇ ਰਸਮੀ ਕਾਰਵਾਈਆਂ ਦੇ ਵਿੱਚ ਵੀ ਫਸੇ ਰਹਿੰਦੇ ਹੋ। ਵੈਸੇ ਕਮਾਲ ਦੀ ਗੱਲ ਇਹ ਰਹੀ ਕਿ ਸੰਗਤ ਨੇ ਨੀ ਭਾਪ ਦਿੱਤਾ, ਸੰਗਤ ਨੇ ਨੀ ਵੇਖਿਆ ਨਾ ਜੀ ਨਾ, ਤੁਸੀਂ ਦੇਖੋ ਅੱਜ 15 ਲੱਖ ਦੀ ਗਿਣਤੀ ਕੋਈ ਦੱਸਦਾ, ਕੋਈ ਕਿੰਨੀ ਦੱਸਦਾ, ਇਹਨਾਂ ਦੇ ਪੰਡਾਲਾਂ ਦੇ ਵਿੱਚ ਜੇ ਡੰਡਾ ਲੈ ਕੇ ਵੀ ਗਿਣਨ ਲੱਗ ਪੈਂਦੇ ਤਾਂ ਫਿਰ ਇਹਨਾਂ ਨੂੰ ਹੈਰਾਨੀ ਹੋਣੀ ਸੀ ਕਿ ਭਾਈ ਲੋਕ ਇਧਰਲੇ ਪਾਸੇ ਆਏ ਕਿਉਂ ਨੀ। ਚਲੋ ਹੁਣ ਕੁੱਲ ਮਿਲਾ ਕੇ ਹਾਲਾਤ ਜਿਹੜੇ ਨੇ ਉਹ ਇਹ ਨੇ ਕਿ ਸਮਾਗਮਾਂ ਦੀ ਸਮਾਪਤੀ ਹੋ ਗਈ, ਲੇਜ਼ਰ ਸ਼ੋਅ ਬਹੁਤ ਸ਼ਾਨਦਾਰ ਕਰਾਇਆ ਗਿਆ, ਪਰ ਸਾਡੇ ਸਾਹਮਣੇ ਕੁਝ ਨਾ ਕੁਝ ਸੁਖਨੈਬ ਜੀ ਜਿਹੜੇ ਸਵਾਲ ਇਸ ਵੇਲੇ ਖੜੇ ਨੇ, ਸਵਾਲ ਇਹ ਖੜੇ ਆ ਕਿ ਬਈ ਦਾ ਕੀ ਹੋਏਗਾ। ਬਈ ਦੇ ਵਿੱਚ ਸਰਕਾਰ ਕਹਿੰਦੀ ਸੀ ਕਿ ਪਾਣੀ ਕੁਝ ਦਿਨ ਲਈ ਵੱਧ ਛੱਡ ਦਿਆਂਗੇ, ਪਰ ਕੀ ਜੇ ਇਸ ਗੱਲ ਦੇ ਲਈ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਸਨਮਾਨ ਲੈਣ ਤੋਂ ਨਾ ਕੀਤੀ ਆ ਕਿ ਭਾਈ ਪਵਿੱਤਰ ਬਈ ਦੇ ਵਿੱਚ ਅੱਜ ਵੀ ਦੂਸ਼ਿਤ ਪਾਣੀ ਪੈ ਰਿਹਾ ਤੇ ਮੈਂ ਸਨਮਾਨ ਕਿੱਦਾਂ ਲੈ ਲਵਾਂ, ਜਿਹੜੀਆਂ ਸਰਕਾਰਾਂ ਜਿਹੜੀਆਂ ਕਮੇਟੀਆਂ ਅਜੇ ਤੱਕ ਇਹ ਕੰਮ ਨਹੀਂ ਬੰਦ ਕਰ ਸਕੀਆਂ, ਮੈਂ ਉਹਨਾਂ ਤੋਂ ਸਨਮਾਨ ਨਹੀਂ ਲੈਣਾ। ਕੀ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਸਨਮਾਨ ਲੈਣ ਤੋਂ ਨਾ ਕਰਨ ਦੇ ਬਾਵਜੂਦ ਕੀ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ ਕਈ ਹੋਰ ਧਿਰਾਂ ਦੇ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਅਜੇ ਤੱਕ ਵੀ
ਉਹ ਸਾਰੀ ਪ੍ਰਕਿਰਿਆ ਉਦਾਂ ਹੀ ਚੱਲੂ ਕਿ ਅਜੇ ਤੱਕ ਵੀ ਅਸੀਂ ਸੁਧਰਨਾ ਹੀ ਨਹੀਂ। ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਜਦੋਂ ਕੌਮ ਦੇ ਨਾਲ ਸੰਦੇਸ਼ ਪੜ੍ਹਦੇ ਸੀ ਉਹ ਕਹਿੰਦੇ ਕਿ ਕੌਮ ਸੋਚੇ ਕਿ ਅਸੀਂ ਕਿੱਥੇ ਖੜੇ ਹਾਂ। ਬਿਲਕੁਲ ਠੀਕ ਹੈ, ਅੱਜ ਕਿੱਥੇ ਕਿ ਸਾਨੂੰ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਜੀਵਨ ਦੇ ਵਿੱਚ ਢਾਲਣ ਦੀ ਲੋੜ ਹੈ, ਬਿਲਕੁਲ ਠੀਕ ਹੈ। ਕੁਦਰਤ ਦਾ ਕਹਿੰਦੇ ਸੰਤੁਲਨ ਵਿਗੜ ਰਿਹਾ, ਇਨਸਾਨ ਦੇ ਸੁਭਾਅ ਦਾ ਵੀ ਸੰਤੁਲਨ ਵਿਗੜ ਰਿਹਾ, ਸਾਰਾ ਕੁਝ ਠੀਕ ਹੈ। ਉਹਨਾਂ ਨੇ ਕਿਹਾ ਕਿ ਕਿਰਤ ਤੋਂ ਵੀ ਅਸੀਂ ਮੂੰਹ ਮੋੜਿਆ, ਉਹ ਵੀ ਠੀਕ ਹੈ, ਪਰ ਰੌਲਾ ਇਹ ਹੈ ਨਾ ਕਿ ਅਸੀਂ ਉਧਰਲੇ ਪਾਸੇ ਨੂੰ ਤੁਰਨਾ ਕਦੋਂ ਆ। ਮੈਂ ਤਾਂ ਹੈਰਾਨ ਹਾਂ ਕਿ ਜੇ ਬਾਬੇ ਦੇ ਨਾਲ ਸੰਬੰਧਿਤ ਗਈ ਨੂੰ ਵੀ ਅਸੀਂ ਸ਼ੁੱਧ ਨਹੀਂ ਕਰ ਸਕੇ, ਦੂਸ਼ਿਤ ਹੋਣ ਤੋਂ ਨਹੀਂ ਬਚਾ ਸਕੇ, ਜਾਂ ਏਡੇ ਵੱਡੇ ਸਮਾਗਮ ਦੇ ਮੌਕੇ ਤੇ ਵੀ ਗੰਦਗੀ ਉਹਦੇ ਵਿੱਚ ਡਿੱਗਦੀ ਰਹੀ, ਤਾਂ ਫਿਰ ਸੁਖਨੈਬ ਜੀ ਆਉਣ ਵਾਲੇ 364 ਦਿਨ ਅਸੀਂ ਉਹਨੂੰ ਕਿਵੇਂ ਬਚਾ ਪਾਵਾਂਗੇ। ਸੋ ਕੁੱਲ ਮਿਲਾ ਕੇ ਜੇਬ ਕਤਰਿਆਂ ਦੀ ਵੀ ਚਾਂਦੀ ਰਹੀ, ਚੋਰਾਂ ਦੀ ਵੀ ਚਾਂਦੀ ਰਹੀ, ਕਈ ਫੜ ਵੀ ਹੁੰਦੇ ਰਹੇ ਜੀ, ਲੋਕ ਜਿਹੜੇ ਨੇ ਸੰਗਤ ਜਿਹੜੀ ਹੈ ਟਰਮਾਂ ਵੀ ਬਹੁਤ ਰੱਖਿਆ ਤੇ ਕਈ ਪੱਤੇ ਔਖੇ ਵੀ ਹੁੰਦੇ ਰਹੇ, ਪਰ ਕੁੱਲ ਮਿਲਾ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪੁੱਜੀ, ਤੇ ਸਭ ਤੋਂ ਵੱਡਾ ਧੰਨਵਾਦ ਕਰਨਾ ਉਹਨਾਂ ਦਾ ਬਣਦਾ ਹੈ ਜਿਨ੍ਹਾਂ ਨੇ ਕੋਈ ਹੋਰਡਿੰਗ ਨਹੀਂ ਲਾਇਆ, ਕੋਈ ਪੋਸਟਰ ਨਹੀਂ ਲਾਇਆ, ਕੋਈ ਇਸ਼ਤਿਹਾਰ ਨਹੀਂ ਲਾਇਆ, ਪਰ ਲੰਗਰ ਲਾਏ। ਸਭ ਤੋਂ ਵੱਧ ਧੰਨਵਾਦ ਉਹਨਾਂ ਦਾ ਕਰਨਾ ਬਣਦਾ ਹੈ ਜਿਨ੍ਹਾਂ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਕੋਠੀਆਂ, ਆਪਣੇ ਘਰ ਜਾਂ ਘਰਾਂ ਦਾ ਇੱਕ ਇੱਕ ਦੋ ਦੋ ਕਮਰੇ ਸੰਗਤ ਦੇ ਲਈ ਵਿਹਲੇ ਕੀਤੇ ਕਿ ਭਾਈ ਆ ਕੇ ਤੁਸੀਂ ਇੱਥੇ ਰੁਕੋ, ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰੋ। ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਦਾ, ਉਹਨਾਂ ਨਿਸ਼ਕਾਮ ਸੇਵਕਾਂ ਦਾ ਮੁੱਲ ਜ਼ਿਆਦਾ, ਉਹਨਾਂ ਨਿਸ਼ਕਾਮ ਸੇਵਕਾਂ ਦਾ ਭਾਅ ਜ਼ਿਆਦਾ, ਤੇ ਆਹ ਜਿਹੜੇ ਹੱਥ ਜੋੜ ਜੋੜ ਕੇ ਫੋਟੋਆਂ ਹੋਰਡਿੰਗ ਦੇ ਉੱਤੇ ਟੰਗਵਾਉਂਦੇ ਰਹੇ ਆ, ਉਹਨਾਂ ਦੇ ਨਾਲ ਸੰਗਤ ਨੇ ਜੋ ਕੀਤੀ ਆ ਅੱਗੋਂ ਤੋਂ ਸਮਝ ਲੈਣ ਤਾਂ ਚੰਗਾ ਜੀ। ਔਰ ਵੜ ਸਾਹਿਬ ਇੱਕ ਸਵਾਲ ਆਇਆ ਸੀ ਮੇਰੇ ਕੋਲ, ਕਹਿੰਦੇ ਉੱਥੇ ਹੜ੍ਹ ਪੀੜਤਾਂ ਦੇ ਕੀ ਹਾਲ ਨੇ ਹੁਣ? ਹਾਲਾਂਕਿ ਮੈਂ ਵੀ ਜਾ ਕੇ ਆਇਆ ਉੱਥੇ, ਕਣਕਾਂ ਕੁਣਕਾਂ ਸੁੱਖ ਨਾਲ ਸਾਰੀਆਂ ਹੀ ਵਧੀਆ ਖੜੀਆਂ, ਫਸਲਾਂ ਵਧੀਆ ਨੇ, ਗੋਭੀ ਸੁੱਕ ਨਾਲ ਵਾਹਵਾ ਲੱਗੀ ਔਰ ਵਿਕ ਵੀ ਗਈ ਹੋਊ ਵੱਡੀ ਤਾਦਾਦ ਦੇ ਵਿੱਚ, ਪਰ ਤੁਸੀਂ ਉਸ ਇਲਾਕੇ ਚ ਰਹਿੰਦੇ ਹੋ, ਕੀ ਅਪਡੇਟ ਹੈ ਜੀ? ਦੇਖੋ ਸੁਖਨੈਬ ਜੀ, ਦੋ ਤਰ੍ਹਾਂ ਦੀਆਂ ਦਿੱਕਤਾਂ ਨੇ। ਇੱਕ ਤਾਂ ਹੈਗੀ ਆ ਕਿ ਫਸਲ ਜਿਹੜੀ ਹੈ, ਕਿਉਂਕਿ ਵੱਖੋ ਵੱਖਰੀ ਜ਼ਮੀਨ ਦੇ ਵੱਖੋ ਵੱਖਰੇ ਤਰ੍ਹਾਂ ਦੇ ਨੁਕਸਾਨ ਹੋਏ ਜੀ। ਆਪਾਂ ਚੰਗੇ ਤਰੀਕੇ ਜਾਣਦੇ ਹਾਂ ਕਿ ਜ਼ਮੀਨ ਦੀਆਂ ਕਿਸਮਾਂ ਵੀ ਵੱਖਰੀਆਂ, ਮਿੱਟੀ ਇੱਕ ਇੱਕ ਪਿੰਡ ਦੇ ਵਿੱਚ ਵੀ ਤਿੰਨ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇਸ ਕਰਕੇ ਕਈ ਜਗ੍ਹਾ ਦੇ ਉੱਤੇ ਪਾਣੀ 15-15 ਦਿਨ ਖੜਾ ਰਿਹਾ, ਉੱਥੇ ਨੁਕਸਾਨ ਦੀ ਕਿਸਮ ਕੁਛ ਹੋਰ ਤਰ੍ਹਾਂ ਦੀ ਹੈ। ਜਿੱਥੇ 1-2 ਦਿਨਾਂ ਦੇ ਵਿੱਚ ਫਿਰ ਕੇ ਉੱਤਰ ਗਿਆ, ਉੱਥੇ ਨੁਕਸਾਨ ਕੁਝ ਹੋਰ ਤਰ੍ਹਾਂ ਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਨੁਕਸਾਨੀ ਗਈ ਜ਼ਮੀਨ ਸੀ ਉਹਦੇ ਵਿੱਚੋਂ ਬਹੁਤੀ ਤੇ ਫਸਲ ਅੱਜ ਲਹਿਰਾ ਰਹੀ ਹੈ, ਪਰ ਜੋ ਨੁਕਸਾਨ ਪਿਛਲੀ ਫਸਲ ਦਾ ਹੋ ਗਿਆ, ਜੋ ਨੁਕਸਾਨ ਪਸ਼ੂਪਾ ਦਾ ਹੋ ਗਿਆ, ਜਾਂ ਜਿਹੜਾ ਨੁਕਸਾਨ ਕਿਸੇ ਦੀ ਮਸ਼ੀਨਰੀ ਖਰਾਬ ਹੋ ਗਈ, ਕਿਸੇ ਦਾ ਬੋਰ ਬਹਿ ਗਿਆ, ਜਾਂ ਘਰਾਂ ਦੇ ਵਿੱਚ ਪਾਣੀ ਵੜਨ ਦੇ ਕਰਕੇ ਜਿਹੜਾ ਨੁਕਸਾਨ ਹੋ ਗਿਆ, ਉਹਦੀ ਭਰਪਾਈ ਕੋਈ ਨਹੀਂ, ਕਿਉਂਕਿ ਇਲਾਕਾ ਇੱਦਾਂ ਦਾ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈ ਉਹ ਹੈਂਡ ਟੂ ਮਾਊਥ ਸੀ, ਜੋ ਆਉਂਦਾ ਸੀ ਉਹਨੇ ਨਾਲ ਹੀ ਗੁਜ਼ਾਰਾ ਚੱਲੀ ਜਾਂਦਾ ਸੀ, ਕੋਈ ਬਹੁਤ ਵੱਡੀ ਸੇਵਿੰਗ ਨਹੀਂ, ਕੋਈ ਬਹੁਤ ਵੱਡੇ ਸਾਈਡ ਬਿਜ਼ਨਸ ਨਹੀਂ ਸੀ। ਇਸ ਕਰਕੇ ਦਿੱਕਤਾਂ ਤਾਂ ਉਹਨਾਂ ਦੀਆਂ ਅਜੇ ਤੱਕ ਵੀ ਖੜੀਆਂ, ਕਿਉਂਕਿ ਉਸ ਹੜ੍ਹ ਤੋਂ ਬਾਅਦ ਫਸਲ ਤਾਂ ਸੁਖਨੈਬ ਜੀ ਨਜ਼ਰ ਆਉਂਦੀ ਹੈ, ਪਰ ਅਜੇ ਤੱਕ ਉਸ ਹੜ੍ਹ ਦੇ ਆਉਣ ਤੋਂ ਬਾਅਦ ਨਾ ਤਾਂ ਕੋਈ ਬਹੁਤੀ ਵੱਡੀ ਸਰਕਾਰੀ ਸਹਾਇਤਾ ਮਿਲੀ ਹੈ, ਨਾ ਕੋਈ ਫਸਲ ਮੰਡੀ ਚ ਗਈ ਹੈ ਕਿ ਉਹਨਾਂ ਨੂੰ 4 ਪੈਸੇ ਜਿਹੜੇ ਹੱਥ ਤੇ ਰੱਖਣ ਨੂੰ ਮਿਲ ਜਾਣ। ਸੋ ਫਸਲ ਨਜ਼ਰ ਆਉਂਦੀ ਹੈ, ਪਰ ਬਹੁਤੇ ਦੁੱਖ ਜਿਹੜੇ ਹੈ ਹੜ੍ਹ ਦੇ ਵਿੱਚ ਜਿਹੜੇ ਬਹੁਤ ਬੁਰੇ ਤਰੀਕੇ ਪੀੜਿਤ ਹੋਏ ਸੀ ਉਹਨਾਂ ਦੇ ਅਜੇ ਘਟੇ ਜਾਂ ਮੁੱਕੇ ਨੇ ਜੀ। ਗੱਲ ਤਾਂ ਇਹੀ ਹੈ ਵੜ ਸਾਹਿਬ ਕਿ ਸਮੱਸਿਆਵਾਂ ਜਿਹੜੀਆਂ ਉਹ ਲਗਾਤਾਰ ਹੀ ਵਧੀਆ ਹੋਈਆਂ ਨੇ, ਔਰ ਨਾਲ ਹੀ ਇੱਕ ਜਿਹੜੀ ਮੰਦਭਾਗੀ ਖ਼ਬਰ ਹੈ ਸਾਡੇ ਕੋਲ ਉਹ ਵੀ ਜ਼ਰੂਰ ਸਾਂਝੀ ਕਰ ਦਿਓ, ਔਰ ਇਸ ਤੋਂ ਸਾਨੂੰ ਅਗਲੀ ਗੱਲ ਸਿੱਖਣ ਦੀ ਹੈ। ਵੜ ਸਾਹਿਬ, ਮਿਸੀਸਿਪੀ ਜਦੋਂ ਅਸੀਂ ਗੱਲ ਕਰਦੇ ਹਾਂ ਭਾਈ ਜਸਵਿੰਦਰ ਸਿੰਘ ਮਿਸੀਸਿਪੀ ਹੋਰਾਂ ਦੀ, ਤੇ ਇਹ ਅਮਰੀਕਾ ਦੀ ਸਟੇਟ ਸਾਡੇ ਚੇਤਿਆਂ ਦੇ ਵਿੱਚ ਹੁੰਦੀ ਹੈ। ਅਮਰੀਕਾ ਦੀ ਇਸੇ ਸਟੇਟ ਦੇ ਵਿੱਚ ਮੱਤੇਵਾਲ ਪਿੰਡ ਅੰਮ੍ਰਿਤਸਰ ਦੇ ਕੋਲ ਹੈ, ਤੇ ਉੱਥੋਂ ਦਾ ਇੱਕ ਨੌਜਵਾਨ ਅਕਸ਼ਪ੍ਰੀਤ ਸੋ ਅਕਸ਼ਪ੍ਰੀਤ ਹੋਰਾਂ ਨੇ ਕੱਲ ਜ਼ਿੰਦਗੀ ਦਾਤੇ ਲਾਤੀ। ਇੱਕ ਨੀਗਰੋ ਉਹਨਾਂ ਦੇ ਸਟੋਰ ਤੇ ਸਮਾਨ ਲੁੱਟਦਾ ਸੀ, ਕਾਲ ਆਈ ਮੁੰਡੇ ਦੀ ਤੇ ਇਹ ਉੱਥੇ ਜਾ ਵੜਿਆ, ਨੀਗਰੋ ਨੇ ਇਸੇ ਤੋਂ ਹੀ ਪਿਸਤੌਲ ਖੋਇਆ ਤੇ ਗੋਲੀ ਮਾਰਤੀ, ਜ਼ਿੰਦਗੀ ਚਲੀ ਗਈ। ਔਰ ਅਕਸਰ ਕਿਹਾ ਜਾਂਦਾ ਕਿ ਉੱਥੇ ਲੁੱਟ ਖੋਹ ਕਰਦਾ ਜੇ ਕੋਈ, ਨਾ ਕਰ ਲੈਣ ਦਿਓ, ਜ਼ਿੰਦਗੀ ਨਾਲੋਂ ਕੀਮਤੀ ਨਹੀਂ ਸਮਾਨ ਤੁਹਾਡਾ। ਇਹੋ ਜਿਹੀਆਂ ਘਟਨਾਵਾਂ ਬਹੁਤ ਵਾਪਰਦੀਆਂ, ਔਰ ਅਸੀਂ ਪਰਿਵਾਰ ਦੇ ਦੁੱਖ ਚ ਵੀ ਸ਼ਰੀਕ ਹਾਂ, ਪਰ ਇਹ ਗੱਲ ਵੀ ਇਹ ਨਾਲ ਕਿ ਅਸੀਂ ਸੁਚੇਤ ਰਹੀਏ ਇਹੋ ਜਿਹੀਆਂ ਘਟਨਾਵਾਂ ਤੋਂ। ਦੇਖੋ ਸੁਖਨੈਬ ਜੀ, ਹਲਕੀ ਜਿਹੀ ਵੀਡੀਓ ਵੀ ਸ਼ਾਇਦ ਉਸ ਘਟਨਾ ਦੀ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਉਹ ਸਾਰੀ ਸਥਿਤੀ ਦੇਖੋ ਬੜੀ ਹੈਰਾਨੀਜਨਕ ਹੈ, ਕਿਉਂਕਿ ਦੋ ਤਰ੍ਹਾਂ ਦੇ ਵਿਚਾਰ ਉਸ ਵੇਲੇ ਮਨ ਦੇ ਵਿੱਚ ਆਉਂਦੇ ਆ। ਮੈਨੂੰ ਐਂ ਲੱਗਦਾ ਹੁੰਦਾ ਜਿੱਦਾਂ ਦੀ ਭਾਰਤ ਦੇ ਵਿੱਚ ਟ੍ਰੈਫਿਕ ਆ ਨਾ ਜੀ,
ਅਸੀਂ ਉਸ ਵੇਲੇ ਕਈ ਵਾਰੀ ਸੋਚਦੇ ਹੁੰਦੇ ਹਾਂ ਕਿ ਸਕੂਟਰ ਮੋਟਰਸਾਈਕਲ ਜਾਂ ਕਾਰ ਜਿਹੜੀ ਵੀ ਚੀਜ਼ ਹੈ ਕਿ ਹੁਣ ਨੰਗਾ ਦਈਏ, ਕੱਢ ਦਈਏ, ਮੋੜ ਦਈਏ ਕਿ ਨਾ ਮੋੜੀਏ, ਉਸ ਵੇਲੇ ਸਾਡੇ ਕੋਲ ਸਕਿੰਟ ਹੁੰਦਾ ਜਾਂ ਸਕਿੰਟ ਦਾ ਵੀ ਸੋਵਾਂ ਹਿਸਾਬ ਦਾ ਡਿਸੀਜ਼ਨ ਲੈਣ ਦੇ ਲਈ, ਤੇ ਉੱਥੇ ਹੀ ਠੀਕ ਡਿਸੀਜ਼ਨ ਲਿਆ ਸਾਨੂੰ ਕਈ ਵਾਰੀ ਬਚਾ ਲੈਂਦਾ ਤੇ ਗਲਤ ਡਿਸੀਜ਼ਨ ਲਿਆ ਔਖਾ ਹੋ ਜਾਂਦਾ। ਕਈ ਵਾਰੀ ਏਦਾਂ ਦੀਆਂ ਖ਼ਬਰਾਂ ਵੀ ਆਉਂਦੀਆਂ ਕਿ ਭਾਈ ਪੰਜਾਬੀ ਗੱਭਰੂ ਜਿਹੜਾ ਸੀ ਜਾਂ ਪੰਜਾਬੀ ਵਿਅਕਤੀ ਜਿਹੜਾ ਸੀ ਫਲਾਣੇ ਮੁਲਕ ਦੇ ਵਿੱਚ, ਉਹਨੂੰ ਲੁਟੇਰੇ ਲੁੱਟਣ ਆ ਗਏ, ਕੁੱਟਣ ਆ ਗਏ, ਤੇ ਉਹਨੇ ਡਟ ਕੇ ਮੁਕਾਬਲਾ ਕੀਤਾ ਤੇ ਇਕੱਲੇ ਨੇ ਭਜਾਤੇ। ਉਦੋਂ ਇਹ ਲੱਗਦਾ ਹੁੰਦਾ ਕਿ ਭਾਈ ਮੁਕਾਬਲਾ ਕਰਨਾ ਚਾਹੀਦਾ, ਪਰ ਦੂਸਰੇ ਪਾਸੇ ਜਦੋਂ ਏਦਾਂ ਦੀ ਮੰਦਭਾਗੀ ਘਟਨਾ ਵਾਪਰਦੀ ਹੈ, ਕਿਉਂਕਿ ਜਿਹੜਾ ਲੁੱਟਣ ਆ ਗਿਆ ਨਾ ਉਹਦੇ ਪੱਲੇ ਤਾਂ ਕੁਛ ਵੀ ਨਹੀਂ, ਉਹਦੇ ਪੱਲੇ ਕੱਖ ਨਹੀਂ ਹੈ, ਉਹ ਜੇਲ੍ਹ 'ਚ ਚਲੇ ਗਿਆ, ਉਹ ਜ਼ਖਮੀ ਹੋ ਗਿਆ ਨਾ ਹੋ ਗਿਆ, ਜੇ ਉਹਦੇ ਪੱਲੇ ਕੁਛ ਹੁੰਦਾ ਤੇ ਕੰਮ ਹੀ ਨਾ ਕਰਦਾ। ਤੇ ਦੂਸਰੇ ਪਾਸੇ ਹੁਣ ਜਿਸ ਪਰਿਵਾਰ ਦੇ ਵਿੱਚੋਂ ਇਹ ਨੌਜਵਾਨ ਚਲੇ ਗਿਆ, ਇਹ ਗੱਭਰੂ ਚਲੇ ਗਿਆ, ਉਹਨਾਂ ਦੇ ਤਾਂ ਪੱਲੇ ਕੱਖ ਨਹੀਂ ਰਿਹਾ। ਇਸ ਕਰਕੇ ਸੱਚੇ ਮੁੱਚੀ ਸੋਚਣ ਵਿਚਾਰਨ ਦੀ ਲੋੜ ਹੈ ਕਿ ਜਦੋਂ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਉਸ ਵੇਲੇ ਅਸੀਂ ਆਪਣਾ ਬਚਾਅ ਕਿਵੇਂ ਕਰਨਾ, ਜਾਂ ਉਸ ਵੇਲੇ ਸਾਡੀ ਆਪ ਦੀ ਪ੍ਰਤੀਕਿਰਿਆ ਜਿਹੜੀ ਹੈ ਉਹ ਹੋਣੀ ਕੀ ਚਾਹੀਦੀ ਹੈ। ਸੋ ਵਿਚਾਰਾਂ ਕੀਤੀਆਂ ਜਾਣ, ਸੱਚੀ ਮੁੱਚੀ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਤਾਂ ਹੋਣਾ ਬਣਦਾ, ਪਰ ਜਦੋਂ ਦੀ ਇਹ ਘਟਨਾ ਸੁਣੀ ਸੀ ਉਦੋਂ ਦਾ ਮਨ ਥੋੜਾ ਜਿਹਾ ਨਿਰਾਸ਼, ਥੋੜਾ ਜਿਹਾ ਦੁੱਖ ਦੇ ਵਿੱਚ ਜਿਹੜਾ ਉਹ ਜ਼ਰੂਰ ਹੈ ਜੀ। ਬਟ ਸਾਹਿਬ, ਮਹਾਰਾਸ਼ਟਰ ਦੇ ਵਿੱਚ ਸਿਆਸੀ ਕਸ਼ਮਕਸ਼ ਹੈ, ਉਹ ਪੂਰੇ ਸਿਖਰ ਤੇ ਆ, ਤੇ ਹੁਣ ਅਗਲੇ ਕਹਿੰਦੇ ਰਾਸ਼ਟਰਪਤੀ ਰਾਜ ਲਾਗੂ ਕਰਤਾ, ਤੇ ਦੂਜੇ ਕਹਿੰਦੇ ਅਸੀਂ ਭਾਈ ਚੱਲੇ ਹਾਂ ਸੁਪਰੀਮ ਕੋਰਟ। ਸੁਖਰਾਜ ਜੀ, ਰਾਜਪਾਲ ਹੋਰੀ ਅੱਜ ਸਵੇਰ ਤੱਕ ਲੱਗਦਾ ਸੀ ਕਿ ਠੀਕ ਪ੍ਰਕਿਰਿਆ ਦੇ ਵਿੱਚ ਜਾ ਰਹੇ ਹੈ, ਪਰ ਦੁਪਹਿਰ ਤੱਕ ਆਉਂਦਿਆਂ ਆਉਂਦਿਆਂ ਰਾਜਪਾਲ ਸਾਹਿਬ ਭਗਤ ਸਿੰਘ ਕੋਸ਼ਿਆਰੀ ਹੋਰਾਂ ਨੂੰ ਪਤਾ ਨੀ ਕੀ ਹੋਇਆ, ਹੁਸ਼ਿਆਰੀ ਮਾਰ ਗਏ ਜੀ। ਹਾਲਾਂਕਿ ਉਹਨਾਂ ਦੇ ਕੋਈ ਸਾਹਿਬ ਕੀ ਕਰਨਾ ਫਿਰ ਅੱਗੇ, ਇੰਨਾ ਹੀ ਕਹਿੰਦੇ ਆ, ਭਾਈ ਸਾਹਿਬ ਵੀ ਨੀ ਕਹਿੰਦੇ ਤਾਂ ਮੈਨੂੰ ਕਹਿਣਾ ਪੈ ਗਿਆ ਨਾ। ਸੋਚਿਆ ਕੁਛ ਗਾਹ ਦਾ, ਹੁਣ ਪੰਜ ਸਾਲ ਹੋ ਕੱਢਣੇ ਕਿ ਨਹੀਂ ਕੱਢਣੇ ਜੀ। ਹੁਣ ਦੇਖੋ ਹੋਇਆ ਕਿ ਵਿਧਾਨ ਸਭਾ ਦੀਆਂ ਚੋਣਾਂ ਤਾਂ ਹਰਿਆਣੇ ਦੇ ਨਾਲ ਹੀ ਹੋਈਆਂ ਸੀ, ਨਤੀਜੇ ਵੀ ਨਾਲ ਹੀ ਆਏ, ਹਰਿਆਣੇ ਵਾਲਿਆਂ ਨੂੰ ਸਰਕਾਰ ਪਾ ਕੇ ਬੈਠਿਆਂ ਨੂੰ ਵੀ 10-12 ਦਿਨ ਹੋ ਗਿਆ ਤੇ ਇੱਥੇ ਕੱਖ ਨੀ ਹੋਇਆ ਜੀ। ਹੁਣ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦਾ ਗੱਠਜੋੜ ਸੀ, ਜੇ ਗੱਠਜੋੜ ਕਾਇਮ ਰਹਿੰਦਾ, ਜੇ ਆਪਸ ਦੇ ਵਿੱਚ ਫੁੱਟ ਨਾ ਪੈਂਦੀ ਜੀ, ਤਾਂ ਸਭ ਕੁਝ ਠੀਕ ਸੀ। ਹੁਣ ਨੂੰ ਸਰਕਾਰ ਬਣ ਕੇ ਅਗਲਿਆਂ ਨੇ ਮੰਤਰੀ ਵੀ ਬਣਾ ਲੈਣੇ ਸੀ। ਸ਼ਿਵ ਸੈਨਾ ਨੇ ਸਭ ਤੋਂ ਪਹਿਲਾਂ ਰੌਲਾ ਪਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੀਟਾਂ ਘੱਟ ਹੋਣ ਜਾਂ ਵੱਧ ਹੋਣ, ਮੁੱਖ ਮੰਤਰੀ ਤੁਹਾਡਾ ਹੋਊਗਾ। ਅਸੀਂ ਤਾਂ ਕਹਿੰਦੇ 5 ਸਾਲਾਂ ਲਈ ਨੀ ਮੰਗਦੇ, ਸਾਈਂ ਕਹਿੰਦੇ 2.5 ਸਾਲ ਹੀ ਮੰਗ ਲਓ। ਦੇਖੋ 60 ਦੇ ਨੇੜ, ਜਾਣੀ 56 ਦੇ ਕਰੀਬ ਵਿਧਾਨ ਸਭਾ ਦੀਆਂ ਸੀਟਾਂ 288 ਦੇ ਵਿੱਚੋਂ ਸ਼ਿਵ ਸੈਨਾ ਨੇ ਜਿੱਤੀਆਂ ਸੀ ਤੇ 105 ਬੀਜੇਪੀ ਨੇ ਘਟੀਆਂ ਦੋਨਾਂ ਦੀਆਂ ਹੀ। ਸ਼ਿਵ ਸੈਨਾ ਦਾ ਵੀ ਥੋੜਾ ਜਿਹਾ ਬੈਕ ਗੇਅਰ ਲੱਗਾ ਤੇ ਭਾਜਪਾ ਦਾ ਵੀ ਇੱਥੇ ਰੌਲਾ ਪਾ ਕੇ ਬਹਿ ਗਿਆ। ਉਧਵ ਠਾਕਰੇ ਸ਼ਿਵ ਸੈਨਾ ਦਾ ਪ੍ਰਧਾਨ ਕਈ ਵਾਰੀ ਮੀਡੀਆ ਦੇ ਮੂਹਰੇ ਆ ਕੇ ਕਹਿ ਗਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਤੇ ਮੌਜੂਦਾ ਗ੍ਰਹਿ ਮੰਤਰੀ ਭਾਰਤ ਸਰਕਾਰ ਜਿਹੜੇ ਅਮਿਤ ਸ਼ਾਹ ਆ, ਉਹ ਕਹਿੰਦੇ ਮੈਨੂੰ ਖੁਦ ਕਹਿ ਕੇ ਗਿਆ ਸੀ ਕਿ ਮੁੱਖ ਮੰਤਰੀ ਤੁਹਾਡਾ ਹੋਊਗਾ, ਤੇ ਮੇਰਾ ਕਹਿੰਦੇ ਆਪਣੇ ਬਾਪੂ ਬਾਲ ਠਾਕਰੇ ਦੇ ਨਾਲ ਵੀ ਇਹ ਵਾਅਦਾ ਸੀ ਕਿ ਮੈਂ ਮੁੱਖ ਮੰਤਰੀ ਇੱਕ ਵਾਰੀ ਸ਼ਿਵ ਸੈਨਾ ਦਾ ਮਹਾਰਾਸ਼ਟਰ ਦੇ ਵਿੱਚ ਬਣਾ ਕੇ ਰਹੂ। ਚਲੋ ਭਾਜਪਾ ਵਾਲੇ ਮੰਨੇ ਨਾ, ਕਹਿੰਦੇ ਇਦਾਂ ਦੀ ਗੱਲ ਕੋਈ ਨੀ ਹੋਈ, 2.5-2 ਸਾਲ ਦੀ ਗੱਲ ਕੋਈ ਨੀ, ਉਪ ਮੁੱਖ ਮੰਤਰੀ ਬਣਾ ਲੈਂਦੇ ਆ। ਸ਼ਿਵ ਸੈਨਾ ਵਾਲੇ ਅੜ ਗਏ, ਅੜ ਇਸ ਕਰਕੇ ਵੀ ਗਏ ਕਿ ਪਿਛਲੀ ਵਾਰੀ ਵੀ ਤਾਂ ਭਾਈਵਾਲ ਅਸੀਂ ਸਿੱਧੇ ਹੀ 5 ਸਾਲ ਰਹੇ ਹਾਂ, ਅਗਲਿਆਂ ਨੇ ਕਿਹੜਾ ਸੁਣੀ। 5 ਸਾਲਾਂ ਦੇ ਵਿੱਚੋਂ 2.5 ਸਾਲ ਤਾਂ ਸ਼ਿਵ ਸੈਨਾ ਵਾਲੇ ਦਬਕੇ ਮਾਰਦੇ ਰਹੇ, ਅਸੀਂ ਚੱਲੇ, ਅਸੀਂ ਚੱਲੇ ਸਰਕਾਰ ਛੱਡ ਕੇ, ਉਹ ਮੂਹਰੇ ਜਾ ਕੇ ਕਿਸੇ ਹੋਰ ਨਾਲ ਮੁਲਾਕਾਤ ਕਰਨ ਦੇ ਬਦ ਤਸਵੀਰਾਂ ਛਾਪ ਦਿੰਦੇ ਸੀ, ਸ਼ਿਵ ਸੈਨਾ ਫਿਰ ਚੁੱਪ ਕਰ ਜਾਂਦੀ ਸੀ। ਹੁਣ ਸ਼ਿਵ ਸੈਨਾ ਨੂੰ ਇੱਕ ਗੱਲ ਪਤਾ ਲੱਗ ਗਈ ਸੀ ਕਿ ਅਸੀਂ ਜੇ ਭਾਰਤੀ ਜਨਤਾ ਪਾਰਟੀ ਦੇ ਨਾਲ ਦੂਸਰੇ ਰੋਲ ਨੰਬਰ ਦੇ ਖਿਡਾਰੀ ਰਹਿ ਕੇ ਸਰਕਾਰ ਬਣਾ ਲਈ ਜੀ, ਇਹਨਾਂ ਨੇ 5 ਸਾਲਾਂ ਦੇ ਵਿੱਚ ਸਾਡੇ ਅੱਧੇ ਵੱਧ ਬੰਦੇ ਤੋੜ ਲੈਣੇ, ਉਹਨਾਂ ਨੂੰ ਲੱਗਣ ਲੱਗ ਪਿਆ ਸੀ, ਜਿਵੇਂ ਬਾਕੀ ਕਈ ਥਾਵਾਂ ਦੇ ਉੱਤੇ ਹੋਈ ਹੈ। ਇਸ ਕਰਕੇ ਉਹ ਮੁੱਖ ਮੰਤਰੀ ਤੇ ਅੜ ਗਿਆ, ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਗੱਠਜੋੜ ਟੁੱਟ ਗਿਆ, ਬੀਜੇਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਮਿਲ ਗਿਆ। ਬੀਜੇਪੀ ਵਾਲੇ ਪਰਸੋਂ ਸਵੇਰੇ ਕਹਿੰਦੇ ਕਿ ਅਸੀਂ ਨਹੀਂ ਸਰਕਾਰ ਬਣਾਉਣੀ। ਦੁਪਹਿਰ ਤੱਕ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਕਹਿੰਦਾ ਕਿ ਸ਼ਿਵ ਸੈਨਾ ਦੂਸਰੀ ਸਭ ਤੋਂ ਵੱਡੀ ਪਾਰਟੀ ਸੂਬੇ ਚ, ਤੁਸੀਂ ਬਣਾ ਲਓ ਜੀ। ਇਹ ਕੱਲ ਸ਼ਾਮ 7 ਵਜੇ ਉੱਥੇ ਗਏ ਆ, ਰਾਜਪਾਲ ਸਾਹਿਬ ਨੂੰ ਕਹਿੰਦੇ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਸਾਡੀ ਗੱਲ ਚੱਲਦੀ ਹੈ, ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਜਾਣੀ ਕਿ ਸ਼ਰਦ ਪਵਾਰ ਦੀ ਪਾਰਟੀ ਦਾ ਜੇ ਸਮਝੌਤਾ ਹੋ ਜਾਂਦਾ ਤੇ 110 ਸੀਟਾਂ ਬਣਦੀਆਂ, 35 ਘਟਦੀਆਂ ਸੀ। ਹੁਣ ਜੇ 35 ਘਟਦੀਆਂ ਤੇ ਉਸ ਸਥਿਤੀ ਦੇ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੇ ਖਿਲਾਫ ਕਾਂਗਰਸ ਵੀ ਹੈਗੀ ਹੈ, 40-44 ਸੀਟਾਂ ਉਹਦੀਆਂ, ਜੇ ਉਹ ਨਾਲ ਰਲਦੀ ਹੈ ਤਾਂ ਸਰਕਾਰ ਬਣਦੀ ਸੀ, 5-7 ਆਜ਼ਾਦ ਵੀ ਨਾਲ ਉਹਨੂੰ ਖੜੇ ਸੀ। ਪਰ ਇਹਨਾਂ ਨੇ ਕਿਹਾ ਕਿ ਸਾਨੂੰ 48 ਘੰਟੇ ਦਾ ਸਮਾਂ ਦੇ ਦਿਓ ਰਾਜਪਾਲ ਸਾਹਿਬ, ਅਸੀਂ ਤੁਹਾਨੂੰ ਲੈਟਰ ਲਿਆ ਕੇ ਦੇ ਦਿੰਦੇ ਹਾਂ,
ਕਾਂਗਰਸ ਤੋਂ ਵੀ ਐਨਸੀਪੀ ਤੋਂ ਵੀ। ਤੇ ਉਸੇ ਵੇਲੇ ਰਾਜਪਾਲ ਸਾਹਿਬ ਕਹਿੰਦੇ ਨਾ ਤੁਹਾਨੂੰ ਘੰਟੇ ਦੋ ਘੰਟੇ ਦਾ ਟਾਈਮ ਤਾਂ ਦੇ ਦਿੰਦੇ ਆ, 48 ਘੰਟੇ ਦਾ ਟਾਈਮ ਨਹੀਂ ਮਿਲਣਾ। ਤੇ ਉਹਨਾਂ ਨੇ ਨਾਲ ਲੱਗਦਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਕਹਿਤਾ ਕਿ ਤੀਸਰੀ ਸਭ ਤੋਂ ਵੱਡੀ ਧਿਰ ਤੁਸੀਂ ਹੋ, ਤੇ ਤੁਸੀਂ 24 ਘੰਟਿਆਂ ਦੇ ਵਿੱਚ ਵਿੱਚ ਦੱਸ ਦਿਓ ਸਾਨੂੰ ਕਿ ਸਰਕਾਰ ਬਣਾ ਸਕੋਗੇ ਕਿ ਨਹੀਂ। ਤੇ 24 ਘੰਟਿਆਂ ਦਾ ਮਤਲਬ ਸੀ ਹੁਣ ਤੋਂ ਡੂਢ ਘੰਟਾ ਪਹਿਲਾਂ ਜੀ। ਪਰ ਜਿਹਦਾ ਸਮਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਦਿੱਤਾ ਸੀ ਉਹਦਾ ਜਵਾਬ ਉਡੀਕਿਆਂ ਬਿਨਾਂ ਤੇ ਸਮਾਂ ਪੂਰਾ ਹੋਇਆ ਬਿਨਾਂ, ਅੱਜ ਦੁਪਹਿਰੇ ਉੱਥੋਂ ਦੇ ਰਾਜਪਾਲ ਭਗਤ ਸਿੰਘ ਕਛਿਆਰੀ ਨੇ ਕਹਿਤਾ ਕਿ ਲਓ ਜੀ ਮੈਂ ਤਾਂ ਰਾਸ਼ਟਰਪਤੀ ਸਾਹਿਬ ਨੂੰ ਬੇਨਤੀ ਕਰ ਦਿੱਤੀ ਹੈ ਕਿ ਇੱਥੇ ਕਿਸੇ ਤੋਂ ਸਰਕਾਰ ਸਰਕੂਲ ਨਹੀਂ ਬਣਨੀ, ਸਿਆਸੀ ਤੌਰ ਤੇ ਗੁੰਝਲ ਪੈਦਾ ਹੋ ਗਈ ਆ, ਤੁਸੀਂ ਰਾਸ਼ਟਰਪਤੀ ਸ਼ਾਸਨ ਲਾ ਦਿਓ। ਰਾਸ਼ਟਰਪਤੀ ਸਾਹਿਬ ਤਾਂ ਐਂ ਲੱਗਦਾ ਸੀ ਕਿ ਪੈਨ ਦਾ ਕੈਪ ਖੋਲ ਕੇ ਬੈਠੇ ਸੀ ਕਿ ਭਗਤ ਸਿੰਘ ਕਛਿਆਰੀ ਚਿੱਠੀ ਦੇ ਕੇ ਅਸੀਂ ਸਾਈਨ ਕਰਕੇ ਸਵੇਰੇ ਕਹਿੰਦੇ ਮੈਨੂੰ ਜੋ ਮਰਜ਼ੀ ਲਿਖ ਲਿਓ ਨਾ, ਟਾਈਮ ਲੱਗ ਜਾਣਾਗਾ, ਕਰਤਾਰਪੁਰ ਲੰਗਰ ਲੁੰਗਰ ਵੀ ਛਕਣੇ ਹੋਣੇ ਆ। ਨਹੀਂ ਗੱਲ ਤੁਹਾਡੀ ਬਿਲਕੁਲ ਠੀਕ ਹੈ, ਤੇ ਰਾਸ਼ਟਰਪਤੀ ਸਾਹਿਬ ਨੇ ਤਾਂ ਘੁੱਗੀ ਝਾਟੀ ਮਾਰ ਦਿੱਤੀ। ਚਲੋ ਇਹ ਆਪਣੇ ਆਪ ਦੇ ਵਿੱਚ ਬੜਾ ਦੁਖਦਾਇਕ ਜਿਹਾ ਰਿਹਾ ਕਿ ਜੇ ਤੁਸੀਂ ਕਿਸੇ ਸਿਆਸੀ ਪਾਰਟੀ ਨੂੰ ਸਮਾਂ ਦਿੱਤਾ ਅਗਲੀਆਂ ਮੀਟਿੰਗਾਂ ਕਰਦੇ ਫਿਰਦੇ ਆ, ਤੇ ਤੁਸੀਂ ਉਹਦਾ ਸਮਾਂ ਪੂਰਾ ਹੋਣ ਤੋਂ ਪਹਿਲੇ ਕਹਿ ਦੋ ਕਿ ਰਾਸ਼ਟਰਪਤੀ ਸ਼ਾਸਨ ਲੱਗ ਗਿਆ। ਇਹਦਾ ਮਤਲਬ ਹੈ ਕਿ ਕਿਸੇ ਖਾਸ ਧਿਰ ਨੂੰ ਇੱਕ ਸਮਾਂ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਕੋ ਪ੍ਰਬੰਧ ਕਰਨਾ, ਜੇ ਅਗਲਿਆਂ ਦਾ ਮੁੱਛਾ ਅੱਧ ਵਿਚਾਲੇ ਪਾਉਣਾ ਤਾਂ ਪਾਪ ਲਓ, ਕਿਉਂਕਿ ਵਿਧਾਨ ਸਭਾ ਸਸਪੈਂਡ ਕੀਤੀ ਗਈ ਹੈ ਹਾਲ ਦੀ ਘੜੀ ਤੱਕ, ਕਿ ਉਹ ਜਿਹੜੀ ਹੈ ਜਦੋਂ ਵੀ ਕੋਈ ਧਿਰ ਆਖੂਗੀ ਕਿ ਸਾਡੇ ਕੋਲੇ ਬਹੁਮਤ ਯੋਗੇ ਬੰਦੇ ਹੋ ਗਏ ਆ, ਜਦੋਂ ਵੀ ਕੋਈ ਸਿਆਸੀ ਪਾਰਟੀ ਆਖੂਗੀ ਕਿ ਅਸੀਂ ਸਰਕਾਰ ਬਣਾਉਣ ਯੋਗੇ ਹੈਗੇ ਹਾਂ, ਉਦੋਂ ਹੀ ਫਿਰ ਦੁਬਾਰਾ ਜਿਹੜਾ ਉਹ ਵਿਧਾਨ ਸਭਾ ਨੂੰ ਸ਼ੁਰੂ ਕੀਤਾ ਜਾ ਸਕਦਾ ਇੱਥੋਂ ਹੀ। ਉਹਦੇ ਤੋਂ ਬਾਅਦ ਹੁਣ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ, ਤੇ ਕਰਕੇ ਕਹਿਤਾ ਕਿ ਅਸੀਂ ਵਿਚਾਰ ਚਰਚਾ ਕਰ ਰਹੇ, ਇੱਕ ਅੱਧੇ ਦਿਨ ਦੇ ਵਿੱਚ ਅਸੀਂ ਕਲੀਅਰ ਕਰ ਲਾਂਗੇ। ਤੇ ਕਾਂਗਰਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ਰਦ ਪਵਾਰ ਨੇ ਕਿਹਾ ਕਿ ਸ਼ਿਵ ਸੈਨਾ ਦੇ ਨਾਲ ਵੀ ਗੱਲ ਚੱਲੂ। ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਕੇਸ ਕਰ ਦਿੱਤਾ ਕਿ ਜੋ ਕੁਝ ਰਾਜਪਾਲ ਨੇ ਕੀਤਾ ਗਲਤ ਕੀਤਾ, ਕੇਂਦਰ ਸਰਕਾਰ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ। ਨਾਲ ਹੀ ਕਪਿਲ ਸਿੱਬਲ ਕਾਂਗਰਸ ਦਾ ਬੜਾ ਵੱਡਾ ਲੀਡਰ ਹੈ, ਸੁਪਰੀਮ ਕੋਰਟ ਦਾ ਵਕੀਲ ਹੈ, ਸੇਵਾਵਾਂ ਉਹਦੀਆਂ ਲੈ ਲਈਆਂ, ਹਾਲਾਂਕਿ ਅਜੇ ਤੱਕ ਜਿਹੜਾ ਉਹ ਇੱਦਾਂ ਨਹੀਂ ਹੋ ਸਕਿਆ ਕਿ ਅੱਜ ਹੀ ਸੁਪਰੀਮ ਕੋਰਟ ਸੁਣਵਾਈ ਕਰ ਦਿੰਦੀ, ਪਰ ਹੁਣ ਭਲਕਦੇ ਦਿਨ ਦੇ ਉੱਤੇ ਨਜ਼ਰਾਂ ਟਿਕੀਆਂ। ਜੇ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਭਾਈ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਤਾਂ ਹੋ ਸਕਦਾ ਕਿ 2 ਦਿਨਾਂ ਦੇ ਵਿੱਚ ਸਰਕਾਰ ਬਣ ਜਾਏ, ਤੇ ਜੇ ਸੁਪਰੀਮ ਕੋਰਟ ਨੇ ਵੀ 5-7 ਦਿਨਾਂ ਦੀ ਤਰੀਕ ਪਾਤੀ ਤਾਂ ਸਿਆਸੀ ਤੌਰ ਦੇ ਉੱਤੇ ਦਲ ਬਦਲੀਆਂ ਦਾ ਦੌਰ ਜਿਹੜਾ ਉਹ ਮਹਾਰਾਸ਼ਟਰ ਚ ਸ਼ੁਰੂ ਹੋ ਸਕਦਾ ਜੀ। ਦਲ ਬਦਲੀਆਂ ਦਾ ਦੌਰ ਤੇ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਵਾਧਾ ਵੀ ਹੋ ਗਿਆ ਵਾਟ ਸਾਹਿਬ, ਕਿਹਨਾਂ ਦਾ ਢਿੱਲ ਜੀ ਦੀ ਗੱਲ ਆ ਰਹੀ ਸੀ ਸੁਖਨੈਬ ਜੀ, ਅਸੀਂ ਕਿਸੇ ਵੀ ਐਕਸ਼ਨ ਲੈਣ ਚ ਢਿੱਲ ਹੋ ਗਈ, ਐਕਸ਼ਨ ਲੈਣ ਚ ਢਿੱਲ ਹੋ ਗਈ ਜੀ, ਕਿਉਂਕਿ ਪ੍ਰਸ਼ਾਸਨ ਬਿਜ਼ੀ ਸੀ ਨਾ, ਫਿਰ ਰਾਸ਼ਟਰਪਤੀ ਸਾਹਿਬ ਨੇ ਆਉਣਾ ਸੀ, ਸਾਰੇ ਮੰਤਰੀ ਵਿਧਾਇਕ ਸੱਤਾਧਾਰੀ ਵਿਰੋਧੀ ਗੁਰੂ ਘਰਾਂ ਦੇ ਵਿੱਚ ਹਾਜ਼ਰੀਆਂ ਵੀ ਲਵਾਉਣੀਆਂ ਸੀ, ਭਾਸ਼ਣ ਵੀ ਦੇਣੇ ਸੀ, ਇਸ ਕਰਕੇ ਪ੍ਰਸ਼ਾਸਨ ਵਿਅਸਤ ਹੋ ਗਿਆ। ਪਰ ਕਮਾਲ ਦੀ ਗੱਲ ਹੈ ਕਿ ਅਸੀਂ ਆਮ ਲੋਕ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਮੱਥੇ ਵੀ ਟੇਕ ਕੇ ਜਾਂਦੇ ਹਾਂ ਤੇ ਪਰਾਲੀ ਵੀ ਸਾੜੀ ਜਾਂਦੇ ਹਾਂ। ਸਮਝ ਆਉਂਦੀ ਹੈ ਸਮੱਸਿਆ ਕਿਸਾਨ ਦੀ ਕਿ ਕਿਸਾਨ ਔਖਾ ਬਹੁਤ ਹੈ, ਮੁਸ਼ਕਲਾਂ ਦੇ ਵਿੱਚ ਹੈ, ਕੀ ਕਰੇ ਕਿਸਾਨ, ਰੁਪਈਆ ਧੇਲੀ ਬਚਦਾ ਕੁਛ ਨਹੀਂ। ਪਰ ਐਤਕੀ ਤਾਂ ਸੱਚੀ ਮੁੱਚੀ ਅਸੀਂ ਇਤਿਹਾਸ ਹੀ ਸਿਰਜ ਦਿੱਤਾ, 3 ਇਤਿਹਾਸ ਸਿਰਜੇ ਆ। 550ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਬਹੁਤ ਮਨਾਈਆਂ, ਲਾਂਘਾ ਵੀ ਐਤਕੀ ਖੁੱਲਿਆ, ਤੇ ਐਤਕੀ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਪਰਾਲੀ ਜਿਹੜੀ ਪੰਜਾਬ ਦੇ ਖੇਤਾਂ ਚੋਂ ਸਾੜੀ ਗਈ ਹੈ, 47,000 ਥਾਵਾਂ ਦੇ ਉੱਤੇ ਪਰਾਲੀ ਨੂੰ ਅੱਗ ਲਾਉਣ ਦੀ ਪੁਸ਼ਟੀ ਹੋ ਚੁੱਕੀ ਹੈ, 47,000। ਤੇ ਇਹਦਾ ਮਤਲਬ ਹੈ 50,000 ਤੋਂ ਕੇਸ ਟੱਪ ਜਾਣੇ ਆ। ਤਾਂ ਜੇ ਐਵਰੇਜ ਆਪਾਂ ਮੰਨੀਏ ਕਿ 50,000 ਤੋਂ ਕੇਸ ਟੱਪਦੇ ਆ, ਇਹਦਾ ਮਤਲਬ ਹੈ ਕਿ ਐਵਰੇਜ ਇੱਕ ਪਿੰਡ ਦੇ ਵਿੱਚ 4 ਜਗ੍ਹਾ ਦੇ ਉੱਤੇ ਤਾਂ ਅੱਗ ਲੱਗੀ ਆ ਨਾ, 4 ਜਗ੍ਹਾ ਦੇ ਉੱਤੇ ਘੱਟੋ ਘੱਟ ਹਰ ਇੱਕ ਪਿੰਡ ਦੇ ਵਿੱਚ। ਹੁਣ ਜਦੋਂ 47,000 ਤੋਂ ਉੱਪਰ ਅੰਕੜਾ ਪਹੁੰਚ ਗਿਆ ਤੇ ਸਭ ਤੋਂ ਪਹਿਲਾ ਨੰਬਰ ਸੰਗਰੂਰ ਵਾਲਿਆਂ ਦਾ, 6200 ਤੋਂ ਵੱਧ ਮਾਮਲੇ ਉੱਥੇ ਸਾਹਮਣੇ ਆ ਗਏ, 5200 ਤੋਂ ਵੱਧ ਥਾਵਾਂ ਦੇ ਉੱਤੇ ਬਠਿੰਡੇ ਚ ਅੱਗ ਲਾਈ ਗਈ ਹੈ, 4500 ਤੋਂ ਵੱਧ ਥਾਵਾਂ ਨਾਲ ਫਰੀਦਪੁਰ ਤੀਸਰੇ ਤੇ ਹੈ, ਪਟਿਆਲੇ ਚ 3700 ਦਾ ਅੰਕੜਾ ਤੇ ਮਾਨਸਾ ਚ 3400 ਦਾ, ਤਰਨ ਤਾਰਨ ਦੇ ਵਿੱਚ 3000 ਥਾਵਾਂ ਤੇ ਅੱਗ ਲਾਈ ਤੇ ਬਰਨਾਲੇ ਚ 2800 ਥਾਵਾਂ ਤੇ, ਅੰਮ੍ਰਿਤਸਰ ਦੇ ਵਿੱਚ 1300 ਥਾਵਾਂ ਤੇ, ਫਤਿਹਗੜ੍ਹ ਸਾਹਿਬ ਚ 802, ਫਰੀਦਕੋਟ ਚ 2095 ਤੇ ਫਾਜ਼ਿਲਕਾ ਦੇ ਵਿੱਚ 800,
ਗੁਰਦਾਸਪੁਰ ਚ 1420, ਹੁਸ਼ਿਆਰਪੁਰ ਚ 295, ਜਲੰਧਰ ਚ 1512 ਤੇ ਕਪੂਰਥਲਾ ਚ 1313। ਤੇ ਜੇ ਪੰਜਾਬ ਦੇ ਕਿਸੇ ਜ਼ਿਲ੍ਹੇ ਦਾ ਜ਼ਿਕਰ ਕਰਨਾ ਹੋਵੇ ਜਿੱਥੇ ਸਭ ਤੋਂ ਘੱਟ ਪਰਾਲੀ ਵਾਲੇ ਖੇਤਾਂ ਨੂੰ ਅੱਗ ਲੱਗੀ ਤੇ ਉਹ ਜ਼ਿਲ੍ਹਾ ਨੀਮ ਪਹਾੜੀ ਖੇਤਰ ਚ ਪੈਂਦਾ ਪਠਾਨਕੋਟ। ਉੱਥੇ ਸਿਰਫ ਚਾਰ ਥਾਵਾਂ ਦੇ ਉੱਤੇ ਹੀ ਅਜੇ ਤੱਕ ਪੁਸ਼ਟੀ ਹੋਈ ਹੈ ਕਿ ਕਿਸਾਨਾਂ ਨੇ ਝੋਨਾ ਵੱਢ ਕੇ ਤੇ ਉੱਥੇ ਪਰਾਲੀ ਫੂਕੀ ਹੋਵੇ। ਵੈਸੇ ਕਹਿਣ ਵਾਲੇ ਤੇ ਵੀ ਕਹਿ ਸਕਦੇ ਕਿ ਪਠਾਨਕੋਟ ਜ਼ਿਲ੍ਹੇ ਚ ਝੋਨਾ ਹੁੰਦਾ ਕਿੰਨਾ ਕੁ ਜੀ, ਪਰ ਚਾਰ ਥਾਵਾਂ ਤੋਂ ਜ਼ਿਆਦਾ ਹੀ ਹੁੰਦਾ ਨਾ। ਹੁਣ ਇਹਦੇ ਨਾਲ ਹਰ ਰੋਜ਼ 2000 ਤੋਂ ਵੱਧ ਥਾਵਾਂ ਤੇ ਅੱਗ ਲੱਗਦੀ ਹੈ। ਇਹਦਾ ਮਤਲਬ ਹੈ ਕਿ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ 50,000 ਤੋਂ ਉੱਪਰ ਕੇਸ ਜਿਹੜੇ ਹੈ ਉਹ ਪੰਜਾਬ ਦੇ ਵਿੱਚ ਹੋ ਜਾਣੇ ਆ। ਹੁਣ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਅੱਗ ਲੱਗ ਰਹੀ ਹੈ ਫਿਰ ਦਿੱਲੀ ਵਾਲੇ ਵੀ ਉਲਾਂਭੇ ਦਿੰਦੇ ਆ, ਪੰਜਾਬ ਦੇ ਸ਼ਹਿਰਾਂ ਵਾਲੇ ਵੀ ਉਲਾਂਭੇ ਦਿੰਦੇ ਆ, ਕਿਸਾਨ ਜਿਹੜੇ ਆ ਨਜ਼ਰਾਂ ਦੇ ਉੱਤੇ ਚੜ੍ਹਦੇ ਆ ਕਿ ਭਾਈ ਇਹ ਗੱਲ ਗੁੱਲ ਕਿਸੇ ਦੀ ਨਹੀਂ ਸੁਣੀ ਇਹਨਾਂ ਨੇ। ਪਰ ਦੂਸਰੇ ਪਾਸੇ ਸਵਾਲ ਇਹ ਵੀ ਪੈਦਾ ਹੁੰਦਾ ਨਾ ਕਿ ਜਦੋਂ ਕਿਸਾਨ ਰੌਲਾ ਪਾਉਂਦਾ ਸੀ ਕਿ ਭਾਈ ਆਹ ਵੀ ਕਰ ਲਈਏ ਤੇ ਉਹ ਵੀ ਕਰ ਲਈਏ, ਉਦੋਂ ਕਿਸਾਨ ਦੀ ਵੀ ਕਿਸੇ ਨੇ ਨਹੀਂ ਸੁਣੀ। ਹੁਣ ਸੁਪਰੀਮ ਕੋਰਟ ਨੇ ਦਾਬੇ ਦੁਬੇ ਮਾਰੇ ਆ ਸਾਰੀਆਂ ਸਰਕਾਰਾਂ ਨੂੰ, ਤਾਂ ਪੰਜਾਬ ਦੀ ਸਰਕਾਰ ਨੇ 200 ਕਰੋੜ ਰੁਪਈਆ ਅੱਡ ਰੱਖ ਲਿਆ। ਕਾਹਦੇ ਲਈ ਰੱਖ ਲਿਆ? ਕਿ ਜਿਹਨਾਂ ਕਿਸਾਨਾਂ ਨੇ ਐਤਕੀ ਆਪਦੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਈ, ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੇ ਅਸੀਂ ਉਹਨਾਂ ਨੂੰ ਮਾਲੀ ਮਦਦ ਦੇਵਾਂਗੇ। ਕਿਉਂਕਿ ਮਾਲੀ ਮਦਦ ਇਸ ਕਰਕੇ ਕਿ ਉਹਨਾਂ ਨੇ ਪਰਾਲੀ ਨੂੰ ਜੇ ਅੱਗ ਨਹੀਂ ਲਾਈ ਤੇ ਇਹਦਾ ਮਤਲਬ ਪਰਾਲੀ ਖੇਤ 'ਚ ਜਜ਼ਬ ਕਰਨੀ ਹੈ, ਜੇ ਪਰਾਲੀ ਖੇਤ ਦੇ ਵਿੱਚ ਜਜ਼ਬ ਕਰਨੀ ਹੈ ਤਾਂ ਫਿਰ ਵੱਧ ਟਰੈਕਟਰ ਚਲਾਉਣਾ ਪਊਗਾ, ਡੀਜ਼ਲ ਫੂਕਣਾ ਪਊਗਾ, ਵੱਧ ਕੰਮ ਕਰਨਾ ਪਊਗਾ ਤੇ ਫਿਰ ਰੁਪਈਏ ਲੱਗਣੇ ਆ, ਤੇ ਰੁਪਈਆਂ ਦੇ ਵਿੱਚੋਂ ਕੁਝ ਹਿੱਸਾ ਜੇ ਸੂਬੇ ਦੀ ਸਰਕਾਰ ਪਾ ਦੇਵੇ ਤਾਂ ਸ਼ਾਇਦ ਕਿਸਾਨ ਜਿਹੜਾ ਥੋੜਾ ਜਿਹਾ ਸੁਖਾਲਾ ਹੋ ਜੂ। ਹੁਣ ਇੱਕ ਹਫ਼ਤੇ ਦਾ ਸਮਾਂ ਪੰਜਾਬ ਦੀਆਂ ਪੰਚਾਇਤਾਂ ਨੂੰ ਦਿੱਤਾ ਗਿਆ ਕਿ ਪੰਚਾਇਤਾਂ ਦੇ ਕੋਲੇ ਪਹਿਲੀ ਗੱਲ ਹੈ ਕਿ ਕਿਸਾਨ ਇੱਕ ਹਫ਼ਤੇ ਦੇ ਵਿੱਚ ਫਾਰਮ ਜਮ੍ਹਾਂ ਕਰਾਉਣ ਕਿ ਭਾਈ ਆ ਵੇਖੋ ਅਸੀਂ ਆਪਦੇ ਪਰਾਲੀ ਵਾਲੇ ਖੇਤ ਨੂੰ ਅੱਗ ਨਹੀਂ ਲਾਈ। ਉਹਦੇ ਤੋਂ ਬਾਅਦ ਫਿਰ ਪਟਵਾਰੀ ਸਾਹਿਬ ਦੇ ਕੋਲੇ ਗੱਲ ਜਾਣੀ ਹੈ, ਪਟਵਾਰੀ ਸਾਹਿਬ ਤੋਂ ਉੱਪਰ ਜਾਣੀ ਹੈ, ਉੱਪਰੋਂ ਕਿਤੇ ਜਾ ਕੇ ਫੰਡ ਜਦੋਂ ਸੈਂਕਸ਼ਨ ਹੋਣਗੇ ਫਿਰ 100 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਸੁਪਰੀਮ ਕੋਰਟ ਕਹਿੰਦੀ ਸੀ ਕਿ ਬੋਨਸ ਦਿਓ, ਪਰ ਸਾਡੀ ਸਰਕਾਰ 200 ਕਰੋੜ ਰੁਪਈਆ ਉੱਕਾ ਪੁੱਕਾ ਰੱਖ ਰਹੀ ਹੈ। ਇਸ 200 ਕਰੋੜ ਰੁਪਈਏ ਦੇ ਨਾਲ ਕੀ ਜਿੰਨੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਉਹਨਾਂ ਦੀ ਉਪਜ ਦੇ ਵਿੱਚ 100 ਰੁਪਈਆ ਪ੍ਰਤੀ ਕੁਇੰਟਲ ਦਾ ਜਿਹੜਾ ਉਹ ਵਾਧਾ ਮਿਲੂਗਾ ਜਾਂ ਨਹੀਂ, ਇੱਕ ਸਵਾਲ ਤੇ ਸਵਾਲ ਅਜੇ ਤੱਕ ਬਣਿਆ ਹੋਇਆ। ਤੀਸਰਾ, ਸਾਡੇ ਗੁਆਂਢ ਦੇ ਵਿੱਚ ਹਰਿਆਣਾ ਜਿੰਨੀਆਂ ਝਾੜਾਂ ਪੰਜਾਬ ਨੂੰ ਪਈਆਂ ਸੀ ਥੋੜੇ ਬਹੁਤ ਫਰਕ ਦੇ ਨਾਲ ਉਨੀਆਂ ਕੁ ਝਿੜਕਾਂ ਜਿਹੜੀਆਂ ਇਸ ਪਰਾਲੀ ਨੂੰ ਸਾੜਨ ਦੇ ਮੁੱਦੇ ਤੇ ਹਰਿਆਣੇ ਨੂੰ ਵੀ ਪਈਆਂ ਸੀ। ਹੁਣ ਪੰਜਾਬ ਵਾਲੇ ਨੇ ਕਿਹਾ ਕਿ ਅਸੀਂ 200 ਕਰੋੜ ਰੱਖਣ ਲੱਗੇ ਹਾਂ, ਹਰਿਆਣੇ ਦੀ ਸਰਕਾਰ ਨੇ ਫੰਡਾ ਸਿੱਧਾ ਕਰਤਾ ਕਿ ਜਿਹੜੇ ਵੀ ਛੋਟੇ ਕਿਸਾਨ ਨੇ ਜਾਂ ਸਰਹੱਦੀ ਕਿਸਾਨ ਆ, ਜੇ ਪੁਸ਼ਟੀ ਹੁੰਦੀ ਹੈ ਕਿ ਉਹਨਾਂ ਨੇ ਆਪਦੀ ਪਰਾਲੀ ਨੂੰ ਅੱਗ ਨਹੀਂ ਲਾਈ ਤਾਂ ਜਾਂ ਫਿਰ ਇੱਕ ਹਫ਼ਤੇ ਦੇ ਅੰਦਰ ਅੰਦਰ ਪਰਾਲੀ ਸਾਂਭ ਲੈਣਗੇ ਤਾਂ 1000 ਰੁਪਈਆ ਪ੍ਰਤੀ ਏਕੜ ਉਹਨਾਂ ਨੂੰ ਦਿੱਤਾ ਜਾਊਗਾ। ਜਾਣੀ ਕਿ ਜਿਹਦੀ 3 ਏਕੜ ਜ਼ਮੀਨ ਆ ਜਾਂ 3 ਏਕੜ ਤੇ ਝੋਨਾ ਲਾਇਆ ਉਹ ਜੇ ਵੇਲੇ ਸਿਰ ਸਾਰਾ ਕੁਝ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹਨੂੰ ਫਿਰ 3000 ਰੁਪਈਆ ਜਿਹੜਾ ਉਹ ਮਿਲੂਗਾ। ਨਾਲ ਦੀ ਨਾਲ ਹਰਿਆਣੇ ਦੀ ਸਰਕਾਰ ਨੇ ਇਹ ਵੀ ਕਹਿਤੇ, ਉਹ ਕਹਿੰਦੇ ਸਾਨੂੰ ਇਹ ਵੀ ਪਤਾ ਅਸੀਂ ਤੁਹਾਡੇ ਤੋਂ ਸਿਰਫ ਤੇ ਸਿਰਫ ਐਲਾਨਨਾਮਾ ਲੈਣਾ, ਪੈਸੇ ਦੇ ਦੇਣੇ ਆ, ਇਨਕੁਆਇਰੀ ਬਾਅਦ ਚ ਕਰਨੀ ਹੈ। ਪਰ ਉਹ ਕਹਿੰਦੇ ਜੇ ਕਿਤੇ ਏਦਾਂ ਲੱਗਾ ਕਿ ਭਾਈ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ, ਪੈਸੇ ਚੱਕ ਲੈ, ਉਸੇ ਵੇਲੇ ਕਹਿੰਦੇ 10 ਗੁਣਾ ਪੈਸੇ ਜਿਹੜੇ ਵਸੂਲੇ ਜਾਣਗੇ। ਇਸ ਕਰਕੇ ਕੋਈ ਵੀ ਬੰਦਾ ਗਲਤ ਜਾਣਕਾਰੀ ਦੇ ਕੇ ਸਰਕਾਰ ਦੀ ਇਸ ਯੋਜਨਾ ਦਾ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ। ਪੰਜਾਬ ਸਰਕਾਰ ਵੀ ਪੈਸੇ ਦੇਣ ਲੱਗੀ ਹੈ, ਹਰਿਆਣੇ ਵਾਲੀ ਵੀ ਦੇਣ ਲੱਗੀ ਹੈ, ਪਰ ਕਦੋਂ ਦੇਣੇ ਹੈ ਕਦੋਂ ਨਹੀਂ ਦੇਣੇ ਤੇ ਬਾਕੀ ਹਾਲਾਤ ਕਿੱਦਾਂ ਦੇ ਨੇ ਉਹ ਹੁਣ ਆਪਣੇ ਸਾਹਮਣੇ ਹੀ ਹੈ ਜੀ। ਤੇ ਭਾਜਪਾ ਦਾ ਝੱਗਾ ਚੌੜ ਝਾਰਖੰਡ ਚ ਵੀ ਹੋ ਸਕਦਾ ਜੀ, ਉਹ ਕਹਿੰਦੇ ਹਮ ਤੋਂ ਕਰ ਕਰ ਕਰਕੇ ਅਲੱਗ ਰਹੇਗੇ। ਸੁਖਰੈਬ ਜੀ ਹੁਣ ਤਾਂ ਕੰਮ ਤਕਰੀਬਨ ਨਿਬੜ ਚੱਲਿਆ ਜੀ, ਉੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਲਈ ਇਹ ਸੱਚੀ ਮੁੱਚੀ ਸੋਚਣ ਦਾ ਵੇਲਾ। ਸੋਚਣ ਦਾ ਵੇਲਾ ਕਿਵੇਂ ਹੈ? ਸੋਚਣ ਦਾ ਵੇਲਾ ਸੁਖਨੈਬ ਜੀ ਇਸ ਕਰਕੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਦਾ ਇੱਕ ਗੱਠਜੋੜ ਹੁੰਦਾ ਸੀ, ਪੀਪਲਸ ਡੈਮੋਕ੍ਰੇਟਿਕ ਪਾਰਟੀ ਬੀਬੀ ਮਹਿਬੂਬਾ ਮੁਫਤੀ ਦੀ, ਤੋੜ ਦਿੱਤਾ, ਖਤਮ ਕਰਤਾ, ਮੁੜ ਕੇ ਉਹਨਾਂ ਦੇ ਖਿਲਾਫ ਅੱਗ ਬੜੀ ਉਗਲੀ। ਇਹਦੇ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਇਹਨਾਂ ਦਾ ਇੱਕ ਗੱਠਜੋੜ ਹੁੰਦਾ ਸੀ ਹਰਿਆਣਾ ਜਨਹਿਤ ਕਾਂਗਰਸ ਦੇ ਨਾਲ, ਕੁਲਦੀਪ ਬਿਸ਼ਨੋਈ ਦੀ ਪਾਰਟੀ ਨਾਲ ਜੀ, ਕੱਖੋਂ ਹੌਲੇ ਕਰਕੇ ਛੱਡੇ। ਚਲੋ ਇਹਦੇ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਨੇ ਗੱਠਜੋੜ ਸਮਾਜਵਾਦੀ ਪਾਰਟੀ ਤੇ ਇੱਕ ਵਾਰੀ ਬਹੁਜਨ ਸਮਾਜ ਪਾਰਟੀ ਦੇ ਨਾਲ ਯੂਪੀ ਚ ਵੀ ਕੀਤਾ ਸੀ, ਨਿਭ ਨਾ ਸਕੀ।
ਆਪਾਂ ਇਹ ਨਹੀਂ ਕਹਿੰਦੇ ਕਿ ਹਰਥਾਂ ਦੇ ਉੱਤੇ ਗਲਤੀ ਭਾਰਤੀ ਜਨਤਾ ਪਾਰਟੀ ਦੀ ਹੋਏਗੀ, ਜਿਹਦੀ ਵੀ ਹੋਏਗੀ, ਪਰ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਸਾਰੀਆਂ ਧਿਰਾਂ ਦੇ ਨਾਲ ਵੱਖ ਵੱਖ ਸੂਬਿਆਂ ਦੇ ਵਿੱਚ ਸਿਆਸੀ ਤੌਰ ਤੇ ਨਿਭ ਨਹੀਂ ਸਕੀ। ਆ ਹੁਣੇ ਹੁਣੇ ਆਪਾਂ ਚੰਗੇ ਤਰੀਕੇ ਜਾਣਦੇ ਹਾਂ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ, ਸ਼ਿਵ ਸੈਨਾ ਦੇ ਨਾਲ ਸਭ ਤੋਂ ਪੁਰਾਣਾ ਗਠਜੋੜ, 30 ਸਾਲ ਅਕਾਲੀ ਦਲ ਤੋਂ ਵੀ ਪੁਰਾਣਾ। 30 ਸਾਲਾਂ ਚ ਭਾਵੇਂ 2-3 ਵਾਰੀ ਦੋਵੇਂ ਧਿਰਾਂ ਗੁੱਸੇ ਰਾਜੀ ਹੋਈਆਂ, ਕਿਉਂਕਿ ਇੱਕ ਤਰ੍ਹਾਂ ਦਾ ਵੋਟ ਬੈਂਕ ਆ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਉਦਾਂ ਦੇ ਵੋਟ ਬੈਂਕ ਨੂੰ ਅਟੈਕ ਜਿਹੜਾ ਸ਼ਿਵ ਸੈਨਾ ਕਰਦੀ ਹੈ, ਉਦਾਂ ਦੇ ਵੋਟ ਬੈਂਕ ਨੂੰ ਅਟੈਕ ਭਾਜਪਾ ਕਰਦੀ ਹੈ। ਇਸ ਕਰਕੇ ਦੋਵੇਂ ਧਿਰਾਂ ਫਰੈਂਡਲੀ ਜਾਂ ਮੈਚ ਖੇਡੀ ਜਾਂਦੀਆਂ ਸੀ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਝੰਜੂ ਮਹਾਰਾਸ਼ਟਰ ਦੇ ਵਿੱਚ ਪਿਆ, ਸਰਕਾਰ ਵੀ ਜਾਂਦੀ ਲੱਗੀ ਤੇ ਗੱਠਜੋੜ ਵੀ ਜਾਂਦਾ ਲੱਗਿਆ, ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਘਾਟਾ ਹੈ। ਇਹਦੇ ਤੋਂ ਪਹਿਲਾਂ ਚੰਦਰਬਾਬੂ ਨਾਇਡੂ ਦੇ ਨਾਲ ਵੀ ਆਂਧਰਾ ਪ੍ਰਦੇਸ਼ ਦੇ ਵਿੱਚ ਗੱਠਜੋੜ ਹੁੰਦਾ ਹੀ ਸੀ, ਅਗਲਾ ਬੰਦਾ ਵੀ ਕਹਿੰਦਾ ਸਤਿ ਸ੍ਰੀ ਅਕਾਲ ਹੈ ਜੀ, ਅਸੀਂ ਖਤਮ ਥੋੜੀ ਹੋਣਾ। ਹਾਲਾਂਕਿ ਇਹਦੇ ਬਾਵਜੂਦ ਵੀ ਚੰਦਰਬਾਬੂ ਨਾਇਡੂ ਦੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ। ਚਲੋ ਹੁਣ ਗੱਲ ਕਰੀਏ ਝਾਰਖੰਡ ਦੀ, ਜਿੱਥੇ ਕਿ ਵਿਧਾਨ ਸਭਾ ਦੀਆਂ ਚੋਣਾਂ, 81 ਸੀਟਾਂ ਆ, 41 ਸੀਟਾਂ ਤੇ ਜਿੱਤ ਚਾਹੀਦੀ ਹੈ ਤਾਂ ਸਰਕਾਰ ਬਣਦੀ ਹੈ। ਪਿਛਲੀ ਵਾਰੀ 37 ਸੀਟਾਂ ਭਾਜਪਾ ਦੀਆਂ ਸੀ, 4 ਉੱਥੇ ਇੱਕ ਸਥਾਨਕ ਪਾਰਟੀ ਆ ਆਜਸੂ ਉਹਦੀਆਂ ਸੀ, ਰਲ ਮਿਲ ਕੇ ਸਰਕਾਰ ਬਣਾ ਕੇ ਰਘੂਬਰ ਦਾਸ ਜਿਹੜੇ ਆ ਉਹ 5 ਸਾਲ ਸੱਤਾ ਦੀਆਂ ਰੋਟੀਆਂ ਛਕਦੇ ਰਹੇ। ਪਰ ਹੁਣ ਝਾਰਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲਈ ਮੁਸੀਬਤ ਜਿਹੜੀ ਹੈ ਉਹ ਸੁਖਨੈਬ ਜੀ ਸੱਚੀ ਵੱਧ ਚੱਲੀ ਹੈ। ਉਹਦਾ ਕਾਰਨ ਕੀ? ਕਾਰਨ ਇਹ ਹੈ ਕਿ ਗੱਠਜੋੜ ਇਹਨਾਂ ਦਾ ਆਜਸੂ ਨਾਲ ਤੇ 5 ਸਾਲ ਸਰਕਾਰ ਵੀ ਚਲਾਈ, ਉਹ ਐਤਕੀ ਜਿੰਨੀਆਂ ਸੀਟਾਂ ਮੰਗਦੇ ਸੀ ਇਹਨਾਂ ਨੇ ਛੱਡੀਆਂ ਨਾ, ਤੇ ਕੁਝ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਆਜਸੂ ਦਾ ਗੱਠਜੋੜ ਹੈ, ਤੇ ਕੁਝ ਥਾਵਾਂ ਦੇ ਉੱਤੇ ਇੱਕ ਦੂਸਰੇ ਦੇ ਬਰਾਬਰ ਵੀ ਲਾ ਕੇ ਕੱਢੀਆਂ, ਤੇ ਫਿਰ ਇਹਨਾਂ ਨੇ ਹੁਣ ਵੱਖੋ ਵੱਖਰੇ ਹਲਕਿਆਂ ਦੇ ਵਿੱਚ ਫਰੈਂਡਲੀ ਮੈਚ ਵੀ ਖੇਡਣਾ ਸ਼ੁਰੂ ਕਰਤਾ। ਭਾਰਤੀ ਜਨਤਾ ਪਾਰਟੀ ਨੂੰ ਇੱਕ ਤਾਂ ਨੁਕਸਾਨ ਉੱਥੇ ਉੱਥੇ ਜ਼ਰੂਰ ਹੋਏਗਾ, ਕਿਉਂਕਿ ਜਿੱਥੋਂ ਭਾਰਤੀ ਜਨਤਾ ਪਾਰਟੀ ਦਾ ਸੂਬਾ ਪ੍ਰਧਾਨ ਖਲੋਤਾ, ਉੱਥੋਂ ਆਜਸੂ ਨੇ ਗੱਠਜੋੜ ਦੇ ਵਿੱਚ ਹੁੰਦਿਆਂ ਵੀ ਆਪਣਾ ਬੰਦਾ ਖੜਾ ਕਰਤਾ ਕਿ ਭਾਈ ਜੇ ਤੁਸੀਂ ਇਹਨਾਂ ਬੰਦਿਆਂ ਨੂੰ ਟਿਕਟਾਂ ਦੇਣੀਆਂ ਤਾਂ ਫਿਰ ਸਾਡੇ ਵਾਲੇ ਬੰਦੇ ਵੀ ਬਰੋਬਰ ਖਲੋਤੇ ਆ। ਚਲੋ ਇਹਦੇ ਤੋਂ ਬਾਅਦ ਬੜੀ ਵੱਡੀ ਆਸ ਸੀ ਭਾਰਤੀ ਜਨਤਾ ਪਾਰਟੀ ਨੂੰ ਕਿ ਭਾਈ ਆਪਾਂ ਐਂ ਕਰਦੇ ਹਾਂ, ਆ ਲੋਕ ਜਨ ਸ਼ਕਤੀ ਪਾਰਟੀ ਹੈਗੀ ਆ ਰਾਮ ਵਿਲਾਸ ਪਾਸਵਾਨ ਤੇ ਉਹਦੇ ਪੁੱਤ ਚਿਰਾਗ ਪਾਸਵਾਨ ਦੀ, ਆਪਾਂ ਇਸ ਪਾਰਟੀ ਨਾਲ ਗੱਠਜੋੜ ਕਰ ਲੈਂਦੇ ਹਾਂ। ਉਹ 6 ਸੀਟਾਂ ਮੰਗਦੇ ਸੀ, ਇਹ ਕਹਿਣ ਇੱਕ ਵੀ ਨਹੀਂ ਦੇਣੀ, ਬਾਹਰੋਂ ਸਪੋਰਟ ਕਰੋ, ਜਿੱਦਾਂ ਲੋਕ ਸਭਾ ਦੀਆਂ ਚੋਣਾਂ ਚ ਅਕਾਲੀਆਂ ਨੇ ਹਰਿਆਣੇ ਕੀਤੀ ਸੀ, ਤੇ ਜਦੋਂ ਇਹਨਾਂ ਨੇ ਸੀਟ ਕੋਈ ਨਾ ਛੱਡੀ ਉਹ ਮੰਗਦੇ ਰਹੇ, ਅਗਲਿਆਂ ਨੇ 50 ਸੀਟਾਂ ਦੇ ਉੱਤੇ ਚੋਣ ਲੜਨ ਦਾ ਐਲਾਨ ਕਰਤਾ ਕਿ ਭਾਈ ਜੇ ਭੱਜਣਾ ਤਾਂ ਭੱਜ ਲਓ, ਆਪ ਜਿੱਤੀਆਂ ਨੇ ਜਿੱਤੀਏ ਤੁਹਾਡੀ ਫੱਟੀ ਪਹੁੰਚਾ ਕੇ ਰਹਾਂਗੇ। ਇਸੇ ਤਰੀਕੇ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਹੈ ਜਨਤਾ ਦਲ ਯੂਨਾਈਟਡ, ਉਹ ਜਨਤਾ ਦਲ ਯੂਨਾਈਟਡ ਵਾਲੇ ਵੀ ਝਾਰਖੰਡ ਦੇ ਵਿੱਚ ਅੱਜ ਚੋਣ ਲੜ ਰਹੇ ਹੈ, ਉਹਨਾਂ ਦਾ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਗੱਠਜੋੜ ਨਹੀਂ। ਇਹਦਾ ਮਤਲਬ ਹੈ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਹਿਯੋਗੀ ਪਾਰਟੀਆਂ ਵੱਲੋਂ ਲਗਾਤਾਰ ਝਟਕੇ ਤੇ ਝਟਕਾ ਲੱਗਿਆ। ਹੁਣ ਸਭ ਤੋਂ ਪਹਿਲਾਂ ਤਾਂ ਜਿਹੜਾ ਝਟਕਾ ਇਸ ਵੇਲੇ ਲੱਗਿਆ ਮਹਿਸੂਸ ਹੋਇਆ, ਆਪਾਂ ਜ਼ਿਕਰ ਕੀਤਾ ਜੰਮੂ ਕਸ਼ਮੀਰ ਦਾ, ਉਹਦੇ ਤੋਂ ਬਾਅਦ ਹਰਿਆਣੇ ਦਾ, ਉਹਦੇ ਤੋਂ ਬਾਅਦ ਮਹਾਰਾਸ਼ਟਰ ਦਾ, ਤੇ ਮਹਾਰਾਸ਼ਟਰ ਤੋਂ ਬਾਅਦ ਆਪਾਂ ਜ਼ਿਕਰ ਝਾਰਖੰਡ ਦਾ ਕਰ ਲਿਆ ਕਿ ਉੱਥੇ ਭਾਵੇਂ ਆਜਸੂ ਹੈ, ਭਾਵੇਂ ਜਨਤਾ ਦਲ ਯੂਨਾਈਟਡ ਹੈ, ਤੇ ਭਾਵੇਂ ਕੋਈ ਹੋਰ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਉਧਰਲੇ ਪਾਸੇ ਘੁੰਮਦੀਆਂ ਤਾਂ ਫਿਰ ਕਹਾਣੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਮਝ ਲੈਣੀ ਚਾਹੀਦੀ ਹੈ। ਜੇ ਭਾਰਤੀ ਜਨਤਾ ਪਾਰਟੀ ਨੇ ਅਜੇ ਵੀ ਆਪਣੀਆਂ ਸਹਿਯੋਗੀ ਪਾਰਟੀਆਂ ਦਾ ਮਾਣ ਤੇ ਸਤਿਕਾਰ ਕਰਨਾ ਸ਼ੁਰੂ ਨਾ ਕੀਤਾ ਤੇ ਕੰਮ ਖਰਾਬ ਹੀ ਲਓ ਜੀ। ਬਾਟ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਸਰੋਤਾਂ ਦੇ ਨਾਲ ਸਾਂਝ ਨੂੰ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਮਿਲਦੇ ਹਾਂ ਜੀ ਮਿੰਟ ਕੁ ਤੋਂ ਬਾਅਦ। ਬਹੁਤ ਧੰਨਵਾਦ ਬਾਟ ਸਾਹਿਬ, ਜੁੜਦੇ ਹਾਂ ਜੀ ਛੇਤੀ। ਹਾਜ਼ਰਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਪਰਮਜੀਤ ਸਿੰਘ ਬਾਟ ਸਾਹਿਬ ਨਾਲ। ਤੇ ਬਾਟ ਸਾਹਿਬ ਪਟਿਆਲੇ ਦੇ ਕਾਰੋਬਾਰੀ ਆ ਜੀ, ਇਹਨਾਂ ਨੇ ਕੋਈ ਪਹਿਲਕਦਮੀ ਕੀਤੀ? ਪਟਿਆਲੇ ਵਾਲੇ ਵੈਸੇ ਕਿਤੇ ਨਾ ਕਿਤੇ ਕੁਛ ਨਾ ਕੁਛ ਕਰ ਹੀ ਦਿੰਦੇ ਹੁੰਦੇ ਆ, ਹੁਣ ਕੀ ਕੀਤਾ? ਸੁਖਨੈਬ ਜੀ ਜਿਹੜਾ ਆਪਾਂ ਹੋਕਾ ਦਿੰਦੇ ਸੀ ਨਾ ਪਿਛਲੇ ਕਈ ਦਿਨਾਂ ਤੋਂ, ਆਪਾਂ ਨਹੀਂ ਕਹਿੰਦੇ ਕਿ ਇਹਨਾਂ ਨੇ ਆਪਣੀ ਗੱਲ ਸੁਣੀ ਹੈ, ਕਿਉਂਕਿ ਬਹੁਤ ਸਾਰੇ ਲੋਕ ਹੋਕਾ ਦਿੰਦੇ ਸੀ, ਕਿਸੇ ਨਾ ਕਿਸੇ ਦੀ ਗੱਲ ਇਹਨਾਂ ਦੇ ਕੰਨਾਂ ਚ ਪਈ ਕਿ ਛੋਟੀ ਛੋਟੀ ਗੱਲ ਕਰੀਏ, ਛੋਟੀਆਂ ਛੋਟੀਆਂ ਤਬਦੀਲੀਆਂ ਦੇ ਵੱਲੋਂ ਵਧੀਏ, ਤਾਂ ਇਹਨਾਂ ਨੇ ਉਹ ਕੰਮ ਸ਼ੁਰੂ ਕਰ ਦਿੱਤਾ। ਹੁਣ ਪਟਿਆਲੇ ਨੂੰ ਡਿਸਪੋਜ਼ਲ ਫ੍ਰੀ ਬਣਾਉਣਾ, ਪਲਾਸਟਿਕ ਫ੍ਰੀ ਕਰਨਾ, ਉੱਥੋਂ ਦੀ ਨਗਰ ਨਿਗਮ ਵੀ ਕਹਿੰਦੀ ਹੋਣੀ ਹੈ, ਜਿੱਥੇ ਕਿਤੇ ਲੀਡਰ ਜਾਂਦੇ ਹੋਣੇ ਉਹ ਵੀ ਕਹਿੰਦੇ ਹੋਣੇ ਆ,
ਕੁਝ ਐਨਜੀਓਜ਼ ਵੀ ਕਹਿੰਦੀਆਂ ਹੋਣਗੀਆਂ, ਪਰ ਇਹਨਾਂ ਨੇ ਕੰਮ ਕੀਤਾ। ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਹੈ, ਫੋਕਲ ਪੁਆਇੰਟ ਬਣਿਆ, ਸਾਰੀ ਇੰਡਸਟਰੀ ਉੱਥੇ ਹੈ। ਉਹ ਜਿਹੜੀ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਆ, ਉਹਨਾਂ ਨੇ ਇੱਕ ਪਹਿਲਕਦਮੀ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਬਰਤਨ ਬੈਂਕ ਖੋਲਿਆ, ਭਾਂਡਿਆਂ ਦਾ ਬੈਂਕ। ਆਪਣੇ ਪਿੰਡਾਂ ਚ ਹੁੰਦਾ ਨਾ ਕਿ ਮਹਿਲਾ ਮੰਡਲ ਦੇ ਕੋਲ ਭਾਂਡੇ, ਗੁਰੂ ਘਰ ਚ ਭਾਂਡੇ ਜੀ, ਜਿੱਥੋਂ ਆਪਾਂ ਲੈ ਕੇ ਜਾਂਦੇ ਹਾਂ ਕਿ ਭਾਈ ਪਿੰਡ ਦੇ ਵਿੱਚ ਭੋਗ ਆ ਤੇ ਜਾਂ ਕੋਈ ਹੋਰ ਸਮਾਗਮ ਹੈ, ਤੇ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਆਪਾਂ ਰੇੜਾ ਚੱਕਣਾ ਜਾਂ ਕੋਈ ਹੋਰ ਗੱਲ, ਟਰਾਲੀ ਚੱਕੀ, ਚਲੋ ਜੀ ਗੁਰਦੁਆਰੇ ਲੈ ਆਓ, ਮਹਿਲਾ ਮੰਡਲ ਦੇ ਭਾਂਡੇ ਲੈ ਆਓ। ਉੱਥੇ ਜਾ ਕੇ ਫਿਰ ਲਿਖੇ ਹੋਣੇ ਜੀ, 3 ਵੱਡੇ ਪਤੀਲੇ, 2 ਢੱਕਣ ਬਈ, 25 ਗਲਾਸ ਬਈ, 2 ਟ੍ਰੇਆਂ ਬਈ, 1 40 ਕੇਨੀ ਬਈ, ਇੰਨੀਆਂ ਕੜਛੀਆਂ ਜੀ, ਚਮਚੇ ਇੰਨੇ ਜੀ, ਉਹ ਸਾਰੀਆਂ ਚੀਜ਼ਾਂ ਆਪਾਂ ਸਾਰੇ ਲਿਆਉਂਦੇ ਰਹੇ ਹਾਂ। ਪਰ ਸ਼ਹਿਰਾਂ ਦੇ ਵਿੱਚ ਉਹ ਚੀਜ਼ਾਂ ਦੀ ਹੁਣ ਘਾਟ ਜਿਹੜੀ ਹੁੰਦੀ ਸੀ, ਕਿਉਂਕਿ ਕਿਹੜਾ ਬੰਦਾ ਲਿਆਉਂਦਾ, ਕਿਹੜਾ ਬੰਦਾ ਮੁੜ ਕੇ ਛੱਡ ਕੇ ਜਾਂਦਾ। ਇਹ ਤਾਂ ਮੈਂ ਤਾਂ ਉਦੋਂ ਦੀਆਂ ਗੱਲਾਂ ਕਰਦਾ ਨਾ ਕਿ ਜਦੋਂ ਆਪਾਂ ਸਾਰੇ ਜਾਣੇ ਘਰ ਦੇ ਵਿੱਚ ਕੋਈ ਸਮਾਗਮ ਵੀ ਹੋਵੇ ਤਾਂ ਸਾਰਾ ਟੱਬਰ ਕੰਮ ਕਰਦਾ ਹੁੰਦਾ ਸੀ। ਹੁਣ ਤਾਂ ਫਿਰ ਕੱਪੜੇ ਕੁੱਪੜੇ ਆਪਾਂ ਬੰਦੇ ਕੋਟ ਪੈਂਟ ਪਾ ਕੇ ਖੜਦੇ ਆ, ਤਾਂ ਬੀਬੀਆਂ ਬੈਣੀਆਂ ਜਿਹੜੀਆਂ ਨੇ ਉਹਨਾਂ ਲਈ ਹੁੰਦਾ ਕਿ ਭਾਈ ਸੂਟ ਸਮਾਇਆ, 3-4 ਵਾਰੀ ਮੁੜ ਕੇ ਜਿਹੜਾ ਉਹ ਜਾ ਕੇ ਜਿਹੜੀ ਟੇਲਰ ਬੀਬੀ ਹੈ ਉਹਨੂੰ ਕਿਹਾ ਵੀ ਆ ਕਿ ਤੂੰ ਚੰਗਾ ਨੀ ਸੀਤਾ ਤੇ ਤੂੰ ਆਹ ਨੀ ਕੀਤਾ। ਇਸ ਕਰਕੇ ਹੁਣ ਫਿਰ ਉਦੋਂ ਫਿਰ ਭਾਂਡੇ ਟੀਂਡੇ ਵਾਲਾ ਕੰਮ ਆਪ ਥੋੜੀ ਹੁੰਦਾ। ਪਰ ਇਹ ਜਿਹੜੇ ਪਟਿਆਲੇ ਦੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਵਾਲੇ ਆ, ਉਹ ਕਹਿੰਦੇ ਕਿ ਸਾਡੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਜੇ ਆਪਾਂ ਪਲਾਸਟਿਕ ਮੁਕਤ ਸਾਰਾ ਕੁਝ ਕਰਨਾ ਤੇ ਸਾਰਾ ਸਾਲ ਸਾਡੇ ਪਟਿਆਲੇ ਚ ਵੀ ਲੰਗਰ ਲੱਗਦੇ ਆ, ਕਦੇ ਕਿਸੇ ਨੇ ਲਾਤਾ ਕਦੇ ਕਿਸੇ ਨੇ ਜੀ, ਤੇ ਬਹੁਤਾ ਕਰਕੇ ਉਹਨਾਂ ਦੇ ਵਿੱਚ ਪਲਾਸਟਿਕ ਤੇ ਥਰਮੋਕੋਲ ਵਰਤੀ ਜਾਂਦੀ ਹੈ। ਗਲਾਸ ਵੀ ਜਿਹੜੇ ਆ, ਚਮਚ ਵੀ ਪਲਾਸਟਿਕ ਦੇ ਤੇ ਨਾਲ ਦੀ ਨਾਲ ਥਾਲ ਵੀ ਪਲਾਸਟਿਕ ਦੇ। ਅਸੀਂ ਕਹਿੰਦੇ ਹੁਣ ਆ ਬਰਤਨ ਬੈਂਕ ਬਣਾ ਲਿਆ, ਬਿਲਕੁਲ ਫ੍ਰੀ ਕਿਰਾਏ ਤੇ, ਕਿਰਾਇਆ ਕੋਈ ਨੀ ਲੈਣਾ, ਫ੍ਰੀ ਦਿਆਂਗੇ। ਕੋਈ ਵੀ ਆ ਕੇ ਲੈ ਜਾਵੇ ਗਿਣ ਕੇ ਤੇ ਗਿਣ ਕੇ ਵਾਪਸ ਦੇ ਜਾਵੇ। ਤੇ ਨਾਲ ਉਹ ਕਹਿੰਦੇ ਕਿ ਅਸੀਂ ਨਿਯਮੇ ਬਣਾਤਾ ਕਿ ਅੱਜ ਤੋਂ ਬਾਅਦ ਸਾਡੇ ਫੋਕਲ ਪੁਆਇੰਟ ਦੇ ਵਿੱਚ ਜਦੋਂ ਵੀ ਕਿਸੇ ਨੇ ਲੰਗਰ ਲਾਉਣਾ, ਕੋਈ ਵੀ ਸਮਾਜਿਕ ਧਾਰਮਿਕ ਕਾਰਜ ਕਰਨਾ, ਪਲਾਸਟਿਕ ਨੀ ਕਹਿੰਦੇ ਅਸੀਂ ਵਰਤਣ ਦੇਣੇ। ਇਹ ਨੀ ਕਿ ਸਖਤੀ ਨਾਲ, ਸਹਿਮਤੀ ਦੇ ਨਾਲ ਹੀ ਨਿਯਮ ਸਾਰਿਆਂ ਲਈ ਬਣ ਗਿਆ ਕਿ ਠੀਕ ਹੈ ਭਾਈ ਲੰਗਰ ਲਾਉਣ ਨੂੰ ਜੀ ਕਰਦਾ, ਜੀ ਸਦਕੇ ਲਾਓ, ਚਾਹ ਕਿਸੇ ਨੂੰ ਪਿਆਉਣ ਨੂੰ ਨਾਲ ਜਿਹੜੇ ਹੈ ਉਹ ਤੁਹਾਨੂੰ ਬੂੰਦੀ ਖਵਾਉਣ ਨੂੰ ਜੀ ਕਰਦਾ ਖਵਾਓ, ਪਰ ਪਲਾਸਟਿਕ ਨੀ ਵਰਤੇ ਜਾਣੀ, ਜਾਂ ਤਾਂ ਪੱਤਲ ਵਰਤੋ, ਨਹੀਂ ਤਾਂ ਆਹ ਚੱਕੋ। 550 ਹੀ ਗਲਾਸ ਲਿਆਂਦੇ ਉਹਨਾਂ ਨੇ, 550 ਹੀ ਥਾਲ ਲਿਆਂਦੇ, 550 ਹੀ ਚਮਚੇ ਲਿਆਂਦੇ, ਕਿ ਇੱਥੋਂ ਲੈ ਜਾ ਕਰੋ ਭਾਈ, ਇੱਥੇ ਰੱਖ ਦਿਆ ਕਰੋ। ਇਹਦੇ ਨਾਲ ਨਾਲ ਸਾਰੇ ਪਟਿਆਲੇ ਨੂੰ ਵੀ ਉਹਨਾਂ ਨੇ ਹੋਕਾ ਦੇ ਦਿੱਤਾ ਕਿ ਕੋਈ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਆ ਜਾਂ ਨਹੀਂ ਆ ਸਾਨੂੰ ਦੱਸੋ, ਅਸੀਂ ਭਾਂਡੇ ਉਹਦੇ ਘਰੇ ਛੱਡ ਵੀ ਆਇਆ ਕਰਾਂਗੇ। ਮੰਨ ਲਓ ਕੋਈ ਵਿਆਹ ਸ਼ਾਦੀ ਆ, ਆਰਥਿਕ ਤੌਰ ਤੇ ਬੰਦਾ ਕਮਜ਼ੋਰ ਆ, ਟੈਂਟਲ ਦੀਆਂ ਸਮਾਵਾਂ ਨਹੀਂ ਲੈ ਸਕਦਾ, ਉਹ ਕਹਿੰਦੇ ਕੋਈ ਗੱਲ ਨੀ ਸਾਨੂੰ ਦੱਸ ਦਿਓ, ਅਸੀਂ ਭਾਂਡੇ ਉੱਥੇ ਛੱਡ ਵੀ ਜਾਇਆ ਕਰਾਂਗੇ, ਦੂਸਰੇ ਦਿਨ ਲੈ ਵੀ ਜਾਇਆ ਕਰਾਂਗੇ ਤੁਸੀਂ, ਪਰ ਪਲਾਸਟਿਕ ਨਾ ਵਰਤਿਓ। ਮੈਨੂੰ ਲੱਗਦਾ ਕਿ ਚੰਗੀ ਪਹਿਲਕਦਮੀ ਹੈ ਜੇ ਉਸ ਫੋਕਲ ਪੁਆਇੰਟ ਦੇ ਵਿੱਚ, ਕਿਉਂਕਿ ਇੰਡਸਟਰੀ ਹੈ, ਜਿਹੜੇ ਵੀ ਧਰਮ ਦਾ ਕੋਈ 300 ਦਾ ਆਉਂਦਾ ਹੋਣਾ, ਜੇ 50 ਵਾਰੀ ਵੀ ਸਾਲ ਦੇ ਵਿੱਚ ਲੰਗਰ ਲੱਗਦਾ ਹੋਊਗਾ ਉੱਥੇ, 50 ਵਾਰੀ ਆਰਾਮ ਨਾਲ ਲੱਗ ਜਾਂਦਾ ਹੋਣਾ, ਤੇ ਫਿਰ ਕਿੰਨਾ ਪਲਾਸਟਿਕ ਵਰਤਣਦਾ ਹੋਊਗਾ, ਕਿੰਨੀ ਸਾਡੀ ਧਰਤੀ ਪ੍ਰਦੂਸ਼ਿਤ ਹੁੰਦੀ ਹੋਏਗੀ। ਇਹਨਾਂ ਨੇ ਚੰਗਾ ਕੀਤਾ, ਕਿਉਂਕਿ ਹੋ ਸਕਦਾ ਇਹ ਵੀ 2-3 ਲੰਗਰ ਹੀ ਕੱਲ ਲਾ ਦਿੰਦੇ, ਭਾਂਡੇ ਨਾ ਬਣਾਉਂਦੇ, ਤੇ ਆਪਣੇ ਲੰਗਰ ਦੇ ਵਿੱਚ ਪਲਾਸਟਿਕ ਵਰਤ ਲੈਂਦੇ। ਇਸ ਕਰਕੇ ਕੋਈ ਸਿਆਣਾ ਬੰਦਾ ਟੱਕਰਿਆ ਹੋਣਾ, ਤੇ ਉਮੀਦ ਤਾਂ ਮੈਂ ਇਹ ਕਰਦਾ ਕਿ ਜਦੋਂ ਅਗਲੀ ਵਾਰੀ ਆਪਾਂ ਰੇਡੀਓ ਚੰਨ ਪ੍ਰਦੇਸੀ ਦੇ ਜਿਹੜੇ ਆਪਣੇ ਮਾਣ ਮੱਤੇ ਸਰੋਤੇ ਆ ਉਹਨਾਂ ਦੇ ਨਾਲ ਇਹ ਗੱਲ ਸਾਂਝੀ ਕਰਾਂਗੇ ਕਿ ਦੇਖੋ ਜੀ ਆਪਾਂ ਵੀ ਪਟਿਆਲੇ ਵਾਲਿਆਂ ਨੇ ਦੇਖ ਕੇ ਆਹ ਕੰਮ ਕਰ ਲਿਆ, ਠੀਕ ਹੈ ਉਹ ਬੜਾ ਸਸਤਾ ਜਿਹਾ ਸੌਦਾ। ਆਹੋ ਪੱਗ ਚੁੰਨੀਆਂ ਤੇ ਉਹ ਤਾਂ ਬਾਕੀ ਸਾਲਾ ਪਟਿਆਲਾ ਸ਼ਾਹੀ ਲੈ ਲਈਆਂ, ਆਹ ਕੰਮ ਵੀ ਚੰਗਾ ਕਰ ਲਿਆ। ਇਹ ਕੰਮ ਚੰਗਾ ਦੇਖੋ ਕਰਨਾ ਜ਼ਰੂਰੀ ਹੈ। ਹੁਣ ਇਹ ਵੀ ਦੇਖੋ ਨਾ ਕਿ ਕਈ ਵਾਰੀ ਹੁੰਦਾ ਕੀ ਹੈ ਆਪਾਂ ਘਰਾਂ ਦੇ ਵਿੱਚ ਸਾਰਾ ਕੰਮ ਕਰ ਲੈਣਾ, ਬਾਅਦ ਚ ਕਹਿਣਾ ਜੀ ਕਿੱਦਾਂ ਫਿਰ ਉਹ ਪਲਾਸਟਿਕ ਦੇ ਲੈ ਆਓ ਯਾਰ, ਉੱਥੋਂ ਬਣੇ ਬਣਾਏ ਲੈ ਆਓ, ਵਧੀਆ ਮਿਲਦੇ ਆ, ਜਿਹੜਾ ਵਧੀਆ ਚ ਲੈ ਆਓ, ਜਿਹੜੇ ਭੋਲੇ ਜਾਂ ਨਾ ਹੋਣ ਗਲਾਸ, ਕਿੱਥੇ ਇੱਥੇ ਧੋਦੇ ਫਿਰਾਂਗੇ, ਕਿੱਥੇ ਪਾਣੀ ਦਾ ਪ੍ਰਬੰਧ ਕਰਨਾ, ਇੱਦਾਂ ਨੀ ਹੈਗਾ ਚੰਗਾ ਉਹ ਬਸ ਪੀਤਾ ਪਾਣੀ ਜਾਂ ਸੁੱਟਿਆ ਤੇ ਬਾਹਰ ਚੱਕ ਸੁੱਟਿਆ, ਮੈਂ ਕਿੱਥੇ ਸੁੱਟਿਆ ਹੋਣਾ, ਕਿੱਥੇ ਜਾਊਗਾ ਡਿਸਪੋਜ਼ਲ, ਕਿੱਥੇ ਜਾਊਗੀ ਉਹ ਪਲਾਸਟਿਕ। ਇਸ ਕਰਕੇ ਕੁਝ ਨਾ ਕੁਝ ਪਹਿਲ ਕਦਮੀ ਪਟਿਆਲਿਆਂ ਨੇ ਕੀਤੀ ਆ, ਵਧਾਈਆਂ, ਬਾਕੀ ਵੀ ਕਰਨ ਉਮੀਦ ਕਰਦੇ। ਬਸ ਸਾਹਿਬ ਹੁਣ ਵਿਆਹਾਂ ਦਾ ਸਮਾਗਮ ਸ਼ੁਰੂ ਹੋ ਗਿਆ ਤੇ ਕਤਲਾਂ ਦਾ ਸਮਾਗਮ ਵੀ ਸ਼ੁਰੂ ਆ, ਫੁਕਰਪਣੇ ਚ ਬਹਿਸ ਕਾਰਨ ਜਾਂ ਹੋਰ ਕੋਈ ਨਾ ਕੋਈ ਮਸਲੇ ਕਾਰਨ ਮੌਤਾਂ ਹੁੰਦੀਆਂ, ਆਹ ਅਬੋਹਰ ਵਾਲੇ ਪਾਸੇ ਵੀ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਸੁਖਨੈਬ ਜੀ ਪਹਿਲੀ ਗੱਲ ਹੈ ਕਿ ਇਹ ਮੌਤ ਹੋਈ ਬਹੁਤ ਮਾੜਾ ਤੇ ਦੂਸਰਾ ਦੁੱਗਣਾ ਮਾੜਾ ਇਸ ਕਰਕੇ ਕਿਉਂਕਿ ਕਿਹੋ ਜਿਹੇ ਦਿਨਾਂ ਦੇ ਵਿੱਚ ਮੌਤ ਹੋਈ ਹੈ।
ਜਦੋਂ ਪ੍ਰਕਾਸ਼ ਪੁਰਬ ਦੇ ਸਮਾਗਮ ਮਨਾਏ ਜਾ ਰਹੇ ਆ, ਉਸ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਉਤਸਵ ਨੇ ਦਿਹਾੜਾ ਹੈ, ਜਿਨ੍ਹਾਂ ਨੇ ਸਾਦੀ ਰਹਿਣੀ ਬਹਿਣੀ ਤੇ ਜ਼ੋਰ ਦਿੱਤਾ ਸੀ, ਜਿਨ੍ਹਾਂ ਨੇ ਹਉਮੈ ਨੂੰ ਮਿਟਾਉਣ ਦੀ ਗੱਲ ਕੀਤੀ ਸੀ। ਪਰ ਇੱਥੇ ਸਾਡਾ ਤਾਂ ਮੁੱਛ ਖੜੀ ਰੱਖਣ ਦਾ ਸਵਾਲ ਹੈ ਭਾਈ, ਬਾਕੀ ਕੋਈ ਗੱਲ ਨੀ। ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੌੜ ਮੰਡੀ ਦੇ ਵਿੱਚੋਂ ਕਲਾਕਾਰ ਕੁੜੀ ਦੀ ਖੋਪੜੀ ਉਡਾਤੀ ਸੀ, ਇੱਕ ਬਿਨਾਂ ਖੋਪੜੀ ਵਾਲੇ ਤੋਂ ਜਿਹੜਾ ਰਿਵਾਲਵਰ ਕਿਸੇ ਦਾ ਮੰਗ ਕੇ ਲਿਆ ਤੇ ਗੋਲੀਆਂ ਚਲਾਈ ਜਾਂਦਾ ਸੀ, ਆ ਪਿਛਲੇ ਦਿਨਾਂ ਦੇ ਵਿੱਚ ਦਸੂਹਾ ਮਕੀਰੀਆਂ ਵਾਲੇ ਇਲਾਕੇ ਦਾ ਇੱਕ ਫੋਟੋਗ੍ਰਾਫਰ ਵੀ ਤਾਂ ਜਾਗੋ ਤੇ ਜਾਨ ਨੂੰ ਤੋੜ ਹੀ ਦਿੱਤਾ ਸੀ। ਮਾਪਿਆਂ ਨੂੰ ਪੁੱਤ ਹੁਣ ਦੁਬਾਰਾ ਲੱਭਣਾ ਥੋੜੀ ਹੈ। ਇੱਕ ਘਟਨਾ ਨੀ ਹੈ, ਦਰਜਨਾਂ ਘਟਨਾਵਾਂ ਪੰਜਾਬ ਚ ਹੁੰਦੀਆਂ, ਪਰ ਅਸੀਂ ਅਕਲ ਨੀ ਕਰਦੇ। ਅਸੀਂ ਅਜੇ ਵੀ ਅਕਲ ਨਾ ਕੀਤੀ ਤਾਂ ਕਰਨੀ ਕਦੋਂ ਆ। ਦੋ ਹੀ ਗੱਲਾਂ ਨੇ, ਜਾਂ ਤਾਂ ਵਿਆਹ ਦੇ ਵਿੱਚ ਸੁਖਨੈਬ ਜੀ ਉਹੀ ਬੰਦਾ ਪਿਸਤੌਲ ਨਾਲ ਗੋਲੀਆਂ ਗੋਲੀਆਂ ਚਲਾਉਂਦਾ ਜਿਹੜਾ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦਾ ਹੋਊ, ਜਿਹਨੂੰ ਹਉਮੈ ਹੈ ਹੀ ਨੀ, ਜਿਹਨੂੰ ਇਹ ਗੱਲ ਹੈ ਨੀ ਕਿ ਸਾਰੇ ਮੇਰੇ ਵੱਲ ਦੇਖਣ, ਉਹਨੂੰ ਗੋਲੀਆਂ ਕਾਹਦੇ ਚਲਾਉਣੀਆਂ। ਖਾਸ ਤੌਰ ਦੇ ਉੱਤੇ ਉਸ ਥਾਂ ਦੇ ਉੱਤੇ ਪਿਸਤੌਲ ਕਿਉਂ ਲੈ ਕੇ ਜਾਣਾ ਜਿੱਥੇ ਮੋਟਾ ਕਰਕੇ ਲਿਖਿਆ ਵੀ ਹੁੰਦਾ ਕਿਤੇ ਹਥਿਆਰ ਲੈ ਕੇ ਆਉਣਾ ਕਾਨੂੰਨੀ ਜੁਰਮ ਹੈ ਭਾਈ, ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਨਾ। ਅਗਲਾ ਕਹਿੰਦਾ ਹੋਰ ਤਾਂ ਕੁਆਲਿਟੀ ਨਹੀਂ, ਕਹਿੰਦਾ ਪਿਸਤੌਲ ਦਿਖਾ ਕੇ ਚਰਚਾ ਚ ਆ ਜਾਈਏ। ਬਿਲਕੁਲ, ਕਿਉਂਕਿ ਹੋਰ ਕੋਈ ਬੰਦਾ ਕਿਉਂ ਦੇਖੇ, ਜਿਹੜਾ ਬੰਦਾ ਕੋਈ ਡਾਕਟਰ ਹੈ, ਪੜ੍ਹਿਆ ਲਿਖਿਆ ਸਿਆਣਾ, ਚਾਰ ਅੱਖਰ ਲਿਖਦਾ, ਆਪਣੀ ਜ਼ਿੰਦਗੀ ਚ ਸਫਲ ਹੈ, ਆਪਣੇ ਕਿੱਤੇ ਚ ਸਫਲ ਹੈ ਜੀ, ਉਹਨੂੰ ਤਾਂ ਸਾਰੇ ਬੰਦੇ ਭੱਜ ਭੱਜ ਕੇ ਮਿਲਣਗੇ ਕਿ ਭਾਈ ਉਹ ਬੰਦਾ ਫਲਾਨਿਆਂ ਦਾ ਮੁੰਡਾ, ਫਲਾਨਿਆਂ ਦੀ ਕੁੜੀ ਆ, ਵਧੀਆ ਫਲਾਨੀ ਜਗ੍ਹਾ ਦੇ ਉੱਤੇ ਕੰਮ ਕਰਦੀ ਆ ਜਾਂ ਆਪਣਾ ਵਧੀਆ। ਤੇ ਜਿਹੜੇ ਬੰਦੇ ਦੇ ਵਿੱਚ ਹੋਰ ਕੋਈ ਕੁਆਲਿਟੀ ਹੋਈ ਨਾ, ਉਹਦੇ ਕੋਲ ਇੱਕੋ ਹੀ ਹੁੰਦਾ ਕਿ ਭਾਈ ਡੱਬ ਚ ਰੱਖਣ ਨੂੰ ਪਿਸਤੌਲ ਲੈ ਲਓ, ਦੋ ਚਲਾਈ ਠਾਹ ਠੂ ਕਰੋ। ਕਈ ਬੰਦੇ ਤਾਂ ਗੱਲਾਂ ਕਰਨਗੇ, ਬੋਲੇ ਬੋਲੇ ਉਹਨੇ ਪਿਸਤੌਲ ਚ ਗੋਲੀਆਂ ਚਲਾਈਆਂ, ਤੇ ਕਈਆਂ ਨੇ ਉਸੇ ਵੇਲੇ ਨਿੱਕਾ ਰਹਿਣਾ ਕੁਛੜ ਚੱਕਣਾ ਤੇ ਕਹਿਣਾ ਚਲੋ ਭਾਈ ਬਾਹਰ ਜਾ ਕੇ ਉਹ ਕਾਰਨਰ ਦੇ ਉੱਤੇ ਰੈਸਟੋਰੈਂਟ ਹੈਗਾ, 500-700 ਦੀ ਰੋਟੀ ਉੱਥੋਂ ਜਾ ਕੇ ਖਾ ਲਵਾਂਗੇ, ਇੱਥੋਂ ਖੋਪੜੀ ਤੁੜਵਾਉਣ ਦਾ ਸਾਨੂੰ ਸ਼ੌਕ ਕੋਈ ਨਹੀਂ। ਹੁਣ ਫਾਜ਼ਿਲਕਾ ਫਿਰੋਜ਼ਪੁਰ ਵਾਲੇ ਇਲਾਕੇ 'ਚ ਘਟਨਾ ਵਾਪਰੀ ਹੈ, ਪਿੰਡ ਹੈ ਖੁੱਲੀਆਂ ਸਰਵਰ ਜੀ, ਉੱਥੇ ਰਿਜ਼ੋਰਟ ਸੀ। ਪਹਿਲੀ ਗੱਲ ਹੈ ਕਿ ਹਥਿਆਰ ਲੈ ਕੇ ਨਹੀਂ ਸੀ ਜਾਣਾ ਚਾਹੀਦਾ, ਦੋਨੇ ਧਿਰਾਂ ਹਥਿਆਰ ਲੈ ਕੇ ਚਲੇ ਗਈਆਂ ਹੋਣੀਆਂ ਜਾਂ ਇੱਕ ਧਿਰ ਲੈ ਗਈ, ਪਤਾ ਲੱਗਿਆ ਕਿ ਆਪਸੀ ਰੰਜਿਸ਼ ਸੀ। ਪਰ ਇੱਕ ਬੰਦੇ ਦੀ ਮੌਤ ਹੁੰਦੀ ਹੈ ਵਿਆਹ 'ਚ, ਦੋ ਜ਼ਖਮੀ ਹੁੰਦੇ ਆ, ਪਾਤਾ ਨਾ ਰੰਗ 'ਚ ਭੰਗ ਜੀ। ਹੁਣ ਵਿਆਹ ਦੇ ਵਿੱਚ ਦੋ ਧਿਰਾਂ ਪੁਰਾਣੀ ਹੋਊਗੀ ਕੋਈ, ਹਰੀਪੁਰ ਪਿੰਡ ਦੇ ਲੋਕਾਂ ਦੀ ਆਪਸ ਦੇ ਵਿੱਚ ਦੁਸ਼ਮਣੀ। ਲੋਕੇਸ਼ ਗੰਦਾਰਾ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਫਾਇਰ ਕੀਤੇ, ਸਾਬਕਾ ਸਰਪੰਚ ਮਹਿੰਦਰ ਕੁਮਾਰ ਜ਼ਖਮੀ ਹੋਇਆ, ਨੀਰਜ ਤੇ ਭਰਤ ਲਾਲ ਵੀ ਜ਼ਖਮੀ ਹੋਏ, ਤੇ ਬਾਅਦ ਵਿੱਚ ਮਹਿੰਦਰ ਕੁਮਾਰ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ। ਹੁਣ ਕਹਿੰਦੇ ਜੀ ਪੁਰਾਣੀ ਖੁੰਦਕ ਸੀ, ਹੋਣੀ ਆ, ਪਰਚਾ ਦਰਜ ਹੋ ਗਿਆ, ਪੁਲਿਸ ਲੱਭਦੀ ਫਿਰਦੀ ਹੈ। ਹੁਣ ਦੇਖੋ ਕਿੰਨੇ ਟੱਬਰ ਤਬਾਹ ਹੋਏ, ਜਿਹੜਾ ਬੰਦਾ ਜਹਾਨੋਂ ਗਿਆ ਉਹਦਾ ਟੱਬਰ ਵੀ ਵੇਖਦਾ ਹੋਊਗਾ ਕਿ ਭਾਈ ਅਜੇ ਤੱਕ ਖੁਸ਼ੀ ਵੀ ਨਹੀਂ ਸੀ ਨਿਬੜੀ ਤੇ ਹੁਣ ਆ ਕੀ ਹੋ ਗਿਆ। ਦੂਸਰਾ, ਜਿਹੜਾ ਜਹਾਨੋਂ ਗਿਆ ਉਹਨਾਂ ਨੂੰ ਕਮਾਊ ਜੀ ਕੌਣ ਲੱਭੂਗਾ, ਤੇ ਜਿਹਨਾਂ ਨੇ ਕਤਲ ਕਰ ਦਿੱਤਾ ਉਹ ਤਾਂ ਪਤਾ ਨਹੀਂ ਇੱਕ ਭੱਜਿਆ ਫਿਰਦਾ ਹੋਣਾ, ਦੋ ਕਿ ਸਾਰਾ ਪਿੰਡ ਭੱਜਿਆ ਫਿਰਦਾ ਹੋਣਾ, ਸਾਰਾ ਪਰਿਵਾਰ ਜਾਂ ਸਾਰਾ ਮੁਹੱਲਾ ਘਰੋਂ ਬੇਘਰ ਹੋ ਜਾਣਾ, ਰਹਿਣਾ ਉਹਨਾਂ ਦੇ ਪੱਲੇ ਵੀ ਕੱਖ ਨਹੀਂ, ਫੱਕਾ ਨਹੀਂ ਰਹਿਣਾ, ਇੰਨਾ ਕੁ ਪੈਸਾ ਧੇਲਾ ਲੱਗ ਜਾਣਾ, ਇੰਨੇ ਕੁ ਕੀਮਤੀ ਸਾਲ ਜੇਲ੍ਹਾਂ ਦੇ ਵਿੱਚ ਲੰਘ ਜਾਣੇ ਆ ਕਿ ਬਸ ਠੀਕ ਠਾਕ ਹੀ ਆ ਫਿਰ ਉਹਦੇ ਤੋਂ ਬਾਅਦ ਤਾਂ। ਸੋ ਹੁਣ ਵੇਖਦੇ ਹਾਂ ਕਿ ਜਦੋਂ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਹੀ ਸਾਨੂੰ ਅੱਠਾ ਅੱਠਾ ਕਰਤੀ ਜਿਹੜੀ ਖਬਰ ਦੇਣੀ ਪੈ ਰਹੀ ਹੈ ਕਿ ਭਾਈ ਅਜੇ ਵੀ ਅਸੀਂ ਇੱਕ ਦੂਜੇ ਦਾ ਕਤਲ ਜਿਹੜਾ ਵਿਆਹਾਂ ਸ਼ਾਦੀਆਂ ਤੇ ਕਰਨੋਂ ਹਟੇ ਨੇ। ਮੈਂ ਕਹਿੰਦਾ ਕਿ ਜੇ ਲੱਗਦਾ ਨਾ ਕਿ ਕੋਈ ਬੰਦਾ ਇਦਾਂ ਦਾ ਕੰਮ ਕਰ ਸਕਦਾ ਨਾ, ਅਸਾਂ ਤੋਂ ਗੁੱਸੇ ਹੋ ਜੂ, ਕੋਈ ਗੱਲ ਨੀ ਜੀ, ਉਹ ਲੜ ਦੇ ਗੁੱਸੇ, ਅਸੀਂ ਵਿਆਹਾਂ ਦੇ ਵਿੱਚ ਲਾਸ਼ਾਂ ਥੋੜੀ ਵਿਛਾਉਣੀਆਂ। ਹੁਣ ਆ ਜਿਹੜਾ ਲਾਹ ਵਿਆਹ ਹੋਇਆ ਹੋਏਗਾ ਉਹਨਾਂ ਦੇ ਮਨ ਦੇ ਉੱਤੇ ਕੀ ਬੀਤੀ ਹੋਊਗੀ, ਕੀ ਹਾਲਾਤ ਹੋਣਗੇ, ਕਿੱਦਾਂ ਦਾ ਮਾਹੌਲ ਸੀ ਤੇ ਕਿੱਦਾਂ ਦਾ ਬਣ ਗਿਆ। ਸੋ ਕਿਤੇ ਨਾ ਕਿਤੇ ਸੋਚ ਵਿਚਾਰ ਲਈਏ ਭਾਈ, ਨੁਕਸਾਨ ਪਹਿਲਾਂ ਬਹੁਤ ਖਾ ਲਿਆ, ਹੋਰ ਨੁਕਸਾਨ ਖਾਣ ਦੀ ਹਿੰਮਤ ਆਪਣੇ ਚ ਹੈ ਨੀ ਜੀ। ਵਟਸਐਪ ਪੀਐਮਸੀ ਬੈਂਕ ਦਾ ਮਾਮਲਾ ਕਿਵੇਂ ਹੈ ਜੀ, ਕਿੱਥੇ ਜੇ ਪਹੁੰਚਿਆ? ਵਧੀਆ ਜੀ, ਘੁਟਾਲਾ ਹੋ ਗਿਆ ਜੀ, ਤੇ ਜਦੋਂ ਕਹਿੰਦੇ ਘੁਟਾਲਾ ਹੋ ਗਿਆ ਤਾਂ ਬਸ ਠੀਕ ਠਾਕ ਹੋ ਗਿਆ ਬਈ, ਕੀ ਕਰੀਏ। ਹੁਣ ਹਾਂਜੀ, ਹੁਣ ਮਹਾਰਾਸ਼ਟਰ ਪੰਜਾਬ ਜਿਹੜੀ ਹੈ, ਜਾਣੀ ਕਿ ਪੰਜਾਬ ਮਹਾਰਾਸ਼ਟਰ ਕੋਪਰੇਟਿਵ ਬੈਂਕ ਹੈਗਾ ਇਹ, ਇਹਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਠੋਕ ਵਜਾ ਕੇ ਘਪਲਾ ਹੋਇਆ ਸੀ, ਤੇ ਘਪਲਾ ਵੀ ਕੋਈ ਛੋਟਾ ਮੋਟਾ ਨਹੀਂ ਸੀ। ਮੇਰੇ ਵਰਗਾ ਬੰਦਾ ਤਾਂ ਉਹੀ ਸੋਚਦਾ ਵਿਚਾਰਦਾ ਰਹਿ ਜਾਂਦਾ ਕਿ ਭਾਈ ਇੰਨੇ ਰੁਪਈਏ ਵੀ ਹੁੰਦੇ ਆ, ਕਿਉਂਕਿ ਜਦੋਂ ਅੰਕੜਾ ਦੱਸਿਆ ਗਿਆ ਸੀ ਕਿ ਭਾਈ 4000 ਕਰੋੜ ਤੋਂ ਵੀ ਟੱਪਦਾ, ਇੰਨੇ ਕਰੋੜ ਤੋਂ ਵੀ ਟੱਪਦਾ, ਹੁਣ ਕਿੰਨਾ ਹੈਗਾ ਕਿੰਨਾ ਨਹੀਂ ਇਹ ਤਾਂ ਅਦਾਲਤ ਨੇ ਵੇਖਣਾ। ਪਰ ਉਹ ਜਿਹੜੀ ਪੰਜਾਬ ਮਹਾਰਾਸ਼ਟਰ ਕੋਪਰੇਟਿਵ ਬੈਂਕ ਆ, ਉਹਦੇ ਵਿੱਚ 2000 ਦੇ ਕਰੀਬ ਸਿੱਖ ਪਰਿਵਾਰਾਂ ਦੇ ਬੈਂਕ ਖਾਤੇ ਆ,
ਇਹ ਸਧਾਰਨ ਪਰਿਵਾਰਾਂ ਦੀ ਮੈਂ ਗੱਲ ਕਰਦਾ, ਕੁਝ ਮੋਟੇ ਮੋਟੇ ਖਾਤੇ ਵੀ ਹੋਣੇ ਆ। ਇਹ ਜਿਹੜਾ 2000 ਪਰਿਵਾਰ ਆ ਉਹ ਰਹਿੰਦਾ ਕਿੱਥੇ ਆ? ਮੁੰਬਈ, ਨਾਸਿਕ, ਨੰਦੇੜ, ਨਵੀਂ ਮੁੰਬਈ, ਥਾਣਿਆਂ, ਇਹ ਸਾਰੇ ਪਾਸਿਆਂ ਚ ਜਿਹੜੇ 2000 ਪਰਿਵਾਰ ਨੇ, ਉਹਨਾਂ ਨੇ ਬਹੁਤਿਆਂ ਨੇ ਬੈਂਕ ਚ ਖਾਤਾ ਖੁਲਾਇਆ ਸੀ ਕਿ ਭਾਈ ਪੰਜਾਬ ਮਹਾਰਾਸ਼ਟਰ ਕੋਪਰੇਟਿਵ ਬੈਂਕ ਆ, ਚਲੋ ਵਿਆਜ ਵੀ ਠੀਕ ਮਿਲ ਜੂਗਾ, ਬੈਂਕ ਵੀ ਆਪਣੇ ਬੰਦਿਆਂ ਦਾ ਲੱਗਦਾ ਕਿਉਂਕਿ ਸਿੱਖ ਭਾਈ ਸੀ ਮੋਹਰੇ। ਹੁਣ ਜਦੋਂ ਬਹੁਤ ਵੱਡਾ ਘੁਟਾਲਾ ਹੋ ਗਿਆ ਤੇ ਉੱਥੇ ਫਿਰ ਸਭ ਤੋਂ ਪਹਿਲਾਂ ਤਾਂ ਮਹੀਨੇ ਦਾ 1000 ਰੁਪਈਆ ਕਰ ਦਿੱਤਾ ਕਿ ਭਾਈ ਬਹੁਤ ਵੱਡੇ ਸੰਕਟ ਚ ਆ ਗਈ ਆ ਕੋਪਰੇਟਿਵ ਬੈਂਕ, ਇਸ ਕਰਕੇ 1000 ਰੁਪਈਏ ਤੋਂ ਵੱਧ ਮਹੀਨੇ ਦਾ ਤੁਸੀਂ ਇੱਕ ਖਾਤੇ ਚ ਲੈ ਨਹੀਂ ਸਕਦੇ। ਰੌਲਾ ਪਿਆ, ਧਰਨੇ ਪ੍ਰਦਰਸ਼ਨ ਮੁਜਾਰੇ ਹੋਏ, ਕੇਂਦਰ ਸਰਕਾਰ ਤੱਕ ਗੱਲ ਗਈ, ਮੁੜ ਕੇ 1000 ਰੁਪਈਏ ਨੂੰ ਐਕਸਟੈਂਡ ਕਰਕੇ 50,000 ਰੁਪਈਆ ਪ੍ਰਤੀ ਮਹੀਨੇ ਤੱਕ ਲੈਣ ਦਾ। ਜੇ ਕਿਸੇ ਨੂੰ 60 ਦੀ ਲੋੜ ਪੈ ਜਾਏ, ਜੇ ਕਿਸੇ ਨੂੰ 80,000 ਦੀ ਲੋੜ ਪੈ ਜਾਏ, ਜੇ ਕਿਸੇ ਨੂੰ 1,00,000 ਰੁਪਈਏ ਦੀ ਲੋੜ ਪੈ ਜਾਏ, ਫਿਰ ਅਗਲਿਆਂ ਨੇ ਆਪਦੇ ਪੈਸੇ ਜਮ੍ਹਾਂ ਕਰਾਏ ਆ ਤੇ ਆਪਦੇ ਪੈਸੇ ਜਿਹੜੇ ਜਮ੍ਹਾਂ ਕਰਾਏ ਆ ਉਹੀ ਤੁਹਾਨੂੰ ਜਿਹੜੇ ਆ ਉਹ ਮਿੰਤਾ ਪਰਲੇ ਕਰ ਕਰਕੇ ਮਿਲਣ। ਮੈਂ ਤਾਂ ਕਹਿੰਦਾ ਕਿ 3 ਸਾਲਾਂ ਦੇ ਵਿੱਚ ਅੱਜ ਦੇ PMC ਬੈਂਕ ਦੇ ਜਿਹੜੇ ਹੈਗੇ ਨੇ ਬੰਦੇ ਗਾਹਕ, ਉਹਨਾਂ ਦੇ ਲਈ ਤਾਂ ਦੂਜੀ ਵਾਰੀ ਨੋਟਬੰਦੀ ਹੋ ਗਈ ਹੈ। ਪਹਿਲੀ ਵਾਰੀ ਉਦੋਂ ਹੋਈ ਸੀ ਜਦੋਂ ਕੇਂਦਰ ਦੀ ਸਰਕਾਰ ਨੇ ਕੀਤੀ ਸੀ ਕਿ ਨਾ ਭਾਈ ਇੱਥੇ ਇੱਦਾਂ ਨਹੀਂ ਚੱਲਣਾ, 1000 ਤੇ 500 ਦਾ ਨੋਟ ਬੰਦ, 2000 ਦਾ ਚੱਲੂ, ਉਦੋਂ ਵੀ ਲੋਕ ਤੰਗ ਹੋਏ ਸੀ। ਹੁਣ ਬਾਕੀ ਸਾਰਾ ਭਾਰਤ ਤਾਂ ਹਾਲ ਦੀ ਘੜੀ ਇੱਦਾਂ ਦੀ ਤੰਗੀ ਤੋਂ ਬਚਿਆ, ਪਰ PMC ਕੋਪਰੇਟਿਵ ਬੈਂਕ ਦੇ ਘੁਟਾਲੇ ਤੋਂ ਬਾਅਦ ਜਿਸ ਤਰੀਕੇ ਉਸ ਬੈਂਕ ਦੇ ਜਿਹੜੇ ਗ੍ਰਾਹਕ ਨੇ, ਜਿਹੜੇ ਕਸਟਮਰ ਨੇ, ਉਹਨਾਂ ਨੂੰ ਪੈਸੇ ਧੇਲੇ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਔਖਾ। ਇੱਥੋਂ ਤੱਕ ਕਿ ਹੁਣ ਬਹੁਤ ਸਾਰੇ ਜਿਹੜੇ ਸਿੱਖ ਚਾਹੁੰਦੇ ਸੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਪਹਿਲੇ ਇੱਕ ਹਫ਼ਤੇ ਦੇ ਵਿੱਚ ਹੀ ਕਰਕੇ ਆਈਏ ਜਾਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਕੇ ਆਈਏ, ਉਹ ਵੀ ਬੜੇ ਔਖੇ ਭਰੇ ਨੇ, ਕਿਉਂਕਿ ਪਹਿਲਾਂ ਬਹੁਤ ਸਾਰੇ ਉੱਥੋਂ ਦੇ ਲੋਕਾਂ ਨੇ ਨਾਮ ਜਿਹੜੇ ਦਰਜ ਕਰਾਏ ਸੀ ਇੱਕ ਬੰਦੇ ਦੇ ਕੋਲੇ ਕਿ ਭਾਈ ਆਪਾਂ ਸਾਰਿਆਂ ਨੇ ਇਕੱਠੇ ਜਾਣਾ। ਹੁਣ ਉਹਨਾਂ ਦੇ ਵਿੱਚੋਂ ਵੀ ਬਹੁਤ ਥੋੜੇ ਲੋਕ ਜਾ ਸਕੇ ਆ, ਕਿਉਂਕਿ ਬਾਕੀ ਕਹਿੰਦੇ ਕਿ ਜਦ ਪੈਸਾ ਧੇਲਾ ਹੀ ਨਹੀਂ ਹੈਗਾ, ਜਦ ਬੈਂਕ ਦੇ ਵਿੱਚੋਂ ਪੈਸੇ ਮਹੀਨੇ ਦਾ ਨਿਕਲਦਾ ਹੀ 50,000 ਹੈ। ਹੁਣ ਮੰਨ ਲਓ ਇੱਕ ਪਰਿਵਾਰ ਦੇ 4 ਜੀ ਆ, ਹੁਣ 4 ਜੀ ਆ, ਜੇ 4 ਜੀਆਂ ਨੇ ਉੱਥੇ ਜਾਣਾ, ਪਹਿਲਾਂ ਮਹਾਰਾਸ਼ਟਰ ਤੋਂ ਡੇਰਾ ਬਾਬਾ ਨਾਨਕ ਤੱਕ ਦਾ ਕਿਰਾਇਆ ਵੀ ਲਾਉਣਗੇ 5-7,000, ਉਹਦੇ ਤੋਂ ਬਾਅਦ ਜੇ 4 ਜੀਆਂ ਨੇ ਜਾ ਕੇ 1700-1700 ਰੁਪਈਆ ਫੀਸ ਦੇਣੀ ਹੈ, 5-7,000 ਹੋਰ ਲੱਗ ਗਿਆ, 20-25,000 ਰੁਪਈਆ ਹੋਊਗਾ ਤਾਂ ਟੱਬਰ ਦੇ 4 ਜੀ ਜਾਣਗੇ, ਤਾਂ ਰੁਪਈਆ ਤਾਂ ਮਹੀਨੇ ਦਾ ਸਾਰਾ 50,000 ਮਿਲਦਾ। ਇਸ ਕਰਕੇ ਬਹੁਤ ਵੱਡੀ ਦੁਵਿਧਾ ਚ ਨੇ ਉਸ ਇਲਾਕੇ ਦੇ ਲੋਕ, ਪਰ ਅਜੇ ਤੱਕ ਉਹਨਾਂ ਨੂੰ ਕੋਈ ਬਹੁਤੀ ਆਸ ਜਾਪਦੀ ਨਹੀਂ ਤੇ ਲਗਾਤਾਰ ਧਰਨੇ ਪ੍ਰਦਰਸ਼ਨ ਜਿਹੜੇ ਹੈ ਉਹ ਬੈਂਕ ਖਾਤਾ ਧਾਰਕ ਕਰ ਰਹੇ ਹੈ। ਜੀ ਤੇ ਬਾਟ ਸਾਹਿਬ, ਰਾਜੋਆਣਾ ਹੋਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਫਾਂਸੀ ਉਮਰ ਕੈਦ ਚ ਤਬਦੀਲ ਹੋ ਗਈ, ਮਾਨਤਾਨ ਬਰਕਰਾਰ ਰਹਿ ਜੂਗਾ ਜੀ? ਦੇਖੋ ਸੁਖਰੈਬ ਜੀ, ਇਹ ਤਾਂ ਜਿਹਨਾਂ ਨੇ ਮਾਨਤਾਨ ਬਰਕਰਾਰ ਰਖਾਉਣਾ ਉਹ ਵੱਧ ਜਾਣਦੇ ਆ ਜਾਂ ਜਿਹਨਾਂ ਨੇ ਇਹ ਸਾਰਾ ਕੰਮ ਕਰ ਜਿਹੜਾ ਕੀਤਾ ਉਧਰਲੀ ਗੱਲ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਹੋਰੀ ਜਿਹੜੇ ਆ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਚ ਜੇਲ੍ਹ ਚ ਨੇ ਤੇ ਜੇਲ੍ਹ ਜਿਹੜੀ ਹੈ ਉਹਨਾਂ ਦੀ ਬੜੀ ਚਰਚਾ ਦਾ ਕੇਂਦਰ ਰਹੀ ਹੈ। ਹੁਣ ਇੱਕ ਸਮਾਂ ਤਾਂ ਉਹ ਵੀ ਆ ਗਿਆ ਸੀ ਜਦੋਂ ਸਾਰਾ ਪੰਜਾਬ ਪੀਲੀਆਂ ਝੰਡੀਆਂ ਦੇ ਨਾਲ ਭਰ ਗਿਆ ਸੀ, ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ ਸੀ, ਤਰੀਕ ਨਿਰਧਾਰਿਤ ਕਰ ਦਿੱਤੀ ਗਈ ਸੀ, ਤਰੀਕ ਨੇੜੇ ਆ ਗਈ ਸੀ ਤੇ ਉਦੋਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਮਾਰਚ ਵੀ ਨਿਕਲੇ ਸੀ, ਲੋਕਾਂ ਨੇ ਘਰਾਂ ਦੇ ਉੱਤੇ ਝੰਡੀਆਂ ਲਾਤੀਆਂ ਸੀ ਕਿ ਨਾ ਭਾਈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਸੀਂ ਫਾਂਸੀ ਨਹੀਂ ਜੇ ਹੋਣ ਦਿੰਦੇ। ਚਲੋ ਗੱਲ ਕੇਂਦਰ ਸਰਕਾਰ ਤੱਕ ਗਈ, ਕੇਂਦਰ ਸਰਕਾਰ ਤੋਂ ਉਤਾਂਹ ਤੱਕ ਗਈ ਤੇ ਜਦੋਂ ਚਾਰੇ ਪੰਜੇ ਪਾਸੇ ਗੱਲ ਗਈ ਤਾਂ ਰੋਕ ਲਾਤੀ ਗਈ ਸੀ ਤੇ ਬਾਅਦ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਈ ਵਾਰੀ ਚਿੱਠੀਆਂ ਵੀ ਲਿਖੀਆਂ ਸੀ ਕੇਂਦਰ ਸਰਕਾਰ ਨੂੰ ਕਿ ਮੈਨੂੰ ਛੇਤੀ ਦੱਸਿਆ ਜਾਵੇ ਕਿ ਫੈਸਲਾ ਕੀ ਕਰਨਾ ਭਵਿੱਖ ਦਾ, ਤੇ ਉਹ ਵੀ ਕਹਿੰਦੇ ਸੀ ਕਿ ਦੇਖਦੇ ਚੱਕਦੇ ਆ। ਚਲੋ ਹੁਣ 550ਵਾਂ ਪ੍ਰਕਾਸ਼ ਪੁਰਬ ਸੀ, ਉਹਦੇ ਤੋਂ ਪਹਿਲਾਂ ਕਿਉਂਕਿ ਉਦੋਂ ਫਾਂਸੀ ਦੀ ਸਜ਼ਾ ਪੋਸਟਪੋਨ ਕਰਤੀ ਗਈ ਸੀ, ਲਗਾਤਾਰ ਚਰਚਾ ਸਾਲਾਂ ਵੱਧੀ ਚੱਲੀ, ਹੁਣ ਆਖਿਰਕਾਰ ਜਾ ਕੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੇਂਦਰ ਦੀ ਸਰਕਾਰ ਨੇ ਜਿੱਥੇ 7-8 ਪੰਜਾਬੀ ਸਿੱਖ ਕੈਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਮਰਾਂ ਕਾਫੀ ਹੋ ਚੁੱਕੀਆਂ, ਉਹ ਜਿਹੜੇ ਸਿੱਖ ਕੈਦੀ ਨੇ ਉਹਨਾਂ ਦੀ ਰਿਹਾਈ ਦਾ ਐਲਾਨ ਕਰਤਾ ਸੀ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰਤੀ। ਹਾਲਾਂਕਿ 8 ਦਿਨ ਹੋਏ ਆ ਇਸ ਮੁੱਦੇ ਦੇ ਉੱਤੇ ਚਰਚਾ ਲਗਾਤਾਰ ਚੱਲੀ ਜਾਂਦੀ ਹੈ, ਪਰ ਇਹਦੇ ਬਾਵਜੂਦ ਵੀ ਭਾਵੇਂ ਕਿ ਚਰਚਾ ਚੱਲਦੀ ਹੈ, ਮੈਂ ਫਿਰ ਕਹਿੰਦਾ ਅਜੇ ਤੱਕ ਲਿਖਤੀ ਕੁਝ ਨਹੀਂ ਸੀ ਆਇਆ, ਪਰ ਹੁਣ ਪਤਾ ਲੱਗਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜੀ ਸਜ਼ਾ ਦੇ ਵਿੱਚ ਰਾਹਤ ਦਿੱਤੀ ਹੈ ਉਹਦੀ ਫਾਈਲ ਸੈਂਕਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅੱਪੜਦੀ ਕਰਤੀ ਹੈ ਤੇ ਜਦੋਂ ਅੱਪੜਦੀ ਕਰਤੀ ਹੈ ਤੇ ਇਹਦਾ ਮਤਲਬ ਹੈ ਕਿ ਕੰਮ ਜਿਹੜਾ ਨਿਬੜ ਗਿਆ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਉਹ ਇਧਰਲੇ ਪਾਸੇ ਗੱਲ ਅਗਲੇ ਪਾਸੇ ਨੂੰ ਵਧਾਉਣ ਦੀ ਜਿਹੜੀ ਲੋੜ ਹੈ ਨਾਲ ਦੀ ਨਾਲ ਇੱਕ ਚਰਚਾ ਹੋਰ ਚੱਲ ਪਈ ਕਿ ਜੇ ਭਲਵਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਕੈਦ ਜਿਹੜੀ ਹੈ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਹੈ ਤੇ ਫਿਰ ਭਵਿੱਖ ਕੀ ਹੈ ਹੁਣ ਕਈਆਂ ਨੂੰ ਲੱਗਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਛੁੱਟ ਜਾਣਾ ਕਈਆਂ ਨੂੰ ਲੱਗਦਾ ਕਿ ਭਾਈ ਏਦਾਂ ਨਹੀਂ ਹੋ ਸਕਣਾ ਉਹਨਾਂ ਨੂੰ ਹੁਣ ਉਮਰ ਭਰ ਜਿਹੜਾ ਉਹ ਜੇਲ੍ਹ ਦੇ ਵਿੱਚ ਹੀ ਰੱਖਣਗੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਸਕਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਕਲੀਅਰ ਹੋ ਜਾਣ ਪਰ ਹਾਲ ਦੀ ਘੜੀ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਹੋ ਰਹੀ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਮੁਕੰਮਲ ਰੂਪ ਦੇ ਵਿੱਚ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਜੀ ਤੇ ਬਾਲ ਮਜ਼ਦੂਰਾਂ ਤੇ ਤਸ਼ੱਦਦ ਦਾ ਮਾਮਲਾ ਵੀਡੀਓ ਦੇ ਰੂਪ ਚ ਸਾਹਮਣੇ ਆ ਗਿਆ ਜੀ ਐਕਸ਼ਨ ਹੋ ਗਏ ਫਿਰ ਵਟਸਐਪ ਕੋਈ ਸੁਖਨੈਬ ਜੀ ਦੇਖੋ ਐਕਸ਼ਨ ਐਤਕੀ ਥੋੜਾ ਜਿਹਾ ਹੋਇਆ ਪਰ ਇਹ ਖਬਰ ਛੋਟੀ ਹੈ ਹੋ ਸਕਦਾ ਕਿਸੇ ਨੂੰ ਲੱਗੇ ਕਿ ਕਿਹੜੀ ਗੱਲ ਹੈ ਭਾਈ ਇੱਦਾਂ ਦੇ ਕੰਮ ਕਰਤੇ ਇੱਥੇ ਹੁੰਦੇ ਰਹਿੰਦੇ ਏਡੀ ਗੱਲ ਨਹੀਂ ਵੱਡੀਆਂ ਇੰਪੋਰਟੈਂਟ ਖਬਰਾਂ ਛੱਡ ਕੇ ਇੱਦਾਂ ਦੀ ਖਬਰ ਜਿਹੜੀ ਉਹ ਕਾਹਨੂੰ ਲੈਣੀ ਸੀ ਦੇਖੋ ਉਹਦੇ ਦੋ ਕਾਰਨ ਨੇ ਪਹਿਲੀ ਗੱਲ ਹੈ ਕਿ ਆਹ ਜਿਹੜਾ ਸਾਡੇ ਕੋਲੇ ਆਪੇ ਹੀ ਇਨਸਾਫ਼ ਦੇਣ ਵਾਲਾ ਮਸਲਾ ਨਾ ਕਿ ਅਸੀਂ ਆਪ ਹੀ ਵਕੀਲ ਤੇ ਆਪ ਹੀ ਦਲੀਲ ਤੇ ਆਪ ਹੀ ਜੱਜ ਬਣ ਜਾਂਦੇ ਹਾਂ ਉਹ ਬਹੁਤ ਮਾੜਾ ਫੜਕਾ ਹਾਦਸਾ ਹੋ ਜਾਵੇ ਸਾਡਾ ਪਹਿਲਾ ਕੰਮ ਹੈ ਕਿ ਭਾਈ ਦੂਸਰੇ ਦਾ ਦੋਸ਼ ਕੱਢ ਕੇ ਉਹਨੂੰ ਗਲਤ ਸਿੱਧ ਕਰਕੇ ਤੇ ਅਸੀਂ ਕੁੱਟ ਕਟਾਪਾ ਸ਼ੁਰੂ ਕਰਨਾ ਸਾਡਾ ਵੱਟ ਬੰਨੇ ਦਾ ਰੌਲਾ ਹੋਵੇ ਅਸੀਂ ਪ੍ਰਸ਼ਾਸਨ ਦੇ ਕੋਲੇ ਪੰਚਾਇਤ ਦੇ ਕੋਲੇ ਬਾਅਦ ਚ ਜਾਣਾ ਪਹਿਲਾਂ ਇੱਕ ਵਾਰੀ ਆਪ ਸਿੱਝਣਾ ਇਸੇ ਤਰੀਕੇ ਬਾਕੀ ਸਾਰੇ ਕੰਮ ਵੀ ਨੇ ਹੁਣ ਮੋਗੇ ਦੇ ਵਿੱਚੋਂ ਬਾਲ ਮਜ਼ਦੂਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਤੇ ਇਕੱਲਾ ਬਾਲ ਮਜ਼ਦੂਰੀ ਦਾ ਮਸਲਾ ਨਹੀਂ ਇੱਕ ਬੰਦਾ ਗ੍ਰਿਫ਼ਤਾਰ ਵੀ ਕਰ ਲਿਆ ਜਿਹਨੇ ਉਹ ਸਾਰਾ ਕੰਮ ਕੀਤਾ ਹੁਣ ਵੀਡੀਓ ਸਾਹਮਣੇ ਆਈ ਸੀ ਕਿ ਇੱਕ ਬੰਦਾ ਉਸ ਵੀਡੀਓ ਦੇ ਵਿੱਚ ਦੋ ਜਿਹੜੇ ਨਾਬਾਲਿਗ ਨੇ ਉਹਨਾਂ ਨੂੰ ਕੁੱਟਦਾ ਨਜ਼ਰ ਆਉਂਦਾ ਡੰਡੇ ਨਾਲ ਕੁੱਟਦਾ ਡੰਡ ਬੈਠਕਾਂ ਵੀ ਕਢਵਾਉਂਦਾ ਦੇਖੋ ਕਈ ਵਾਰੀ ਸਖ਼ਤੀ ਹੋ ਸਕਦਾ ਕਿ ਕਰਨੀ ਵੀ ਪਵੇ ਪਰ ਇਹ ਸਖ਼ਤੀ ਕਰਾਉਣ ਦਾ ਕੋਈ ਢੰਗ ਤਰੀਕਾ ਨਹੀਂ ਸੀ ਹੁਣ ਰੌਲਾ ਕੀ ਪਿਆ ਕਿ ਮਾਲਕ ਜਿਹਦੇ ਕੋਲ ਕੰਮ ਕਰਦੇ ਸੀ ਰੌਲਾ ਪੈ ਗਿਆ ਕਿ ਫੋਨ ਚੋਰੀ ਹੋ ਗਿਆ ਜਦੋਂ ਫੋਨ ਚੋਰੀ ਹੋ ਗਿਆ ਤੇ ਦੋਵਾਂ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਨੇ ਗੁੰਮ ਹੋਇਆ ਫੋਨ ਵਾਪਸ ਵੀ ਕਰਤਾ ਬੱਚੇ ਕਹਿੰਦੇ ਆ ਕਿ ਭਾਈ ਉਹ ਛੱਡ ਗਿਆ ਸੀ ਤੇ ਅਸੀਂ ਛੱਡਿਆ ਹੋਇਆ ਫੋਨ ਉਹਨੂੰ ਚੱਕ ਕੇ ਵਾਪਸ ਦਿੱਤਾ ਵਾਪਸ ਆਇਆ ਤਾਂ ਉਹ ਕਹਿੰਦਾ ਜਿਹਨਾਂ ਨੇ ਚੋਰੀ ਕੀਤਾ ਚਲੋ ਉਹਦੇ ਤੋਂ ਬਾਅਦ ਲੋਕਾਂ ਦੇ ਸਾਹਮਣੇ ਉਹਨੇ ਦੋਨੇ ਬੱਚੇ ਕੁੱਟੇ ਉਹਨਾਂ ਤੋਂ ਬੈਠਕਾਂ ਕਢਾਈਆਂ ਵੀਡੀਓ ਬਣ ਗਈ ਤੇ ਜਦੋਂ ਵੀਡੀਓ ਬਣ ਗਈ ਤਾਂ ਹੁਣ ਕੰਮ ਅਗਲੇ ਪਾਸੇ ਨੂੰ ਹੋ ਗਿਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਗਈ ਤੇ ਜਦੋਂ 13 ਤੇ 16 ਸਾਲ ਦੇ ਮੁੰਡਿਆਂ ਨੂੰ ਕੁੱਟਣ ਦਾ ਕੰਮ ਜਿਹੜਾ ਉਹਨੇ ਕੀਤਾ ਸੀ ਵੀਡੀਓ ਵਾਇਰਲ ਹੋ ਗਈ ਨਾਲ ਲੱਗਦਾ ਹੀ ਹੁਣ ਜਿਹੜਾ ਪਰਚਾ ਵੀ ਹੋ ਗਿਆ ਪਰਚਾ ਹੋ ਗਿਆ ਤੇ ਗ੍ਰਿਫ਼ਤਾਰ ਵੀ ਕਰ ਲਿਆ ਸੁਖਨੈਬ ਜੀ ਦੇਖੋ ਹਰ ਇੱਕ ਬੰਦੇ ਦਾ ਆਪੋ ਆਪਣਾ ਢੰਗ ਤਰੀਕਾ ਹੋ ਸਕਦਾ ਮੈਂ ਕਹਿੰਦਾ ਕਿ ਹੋ ਸਕਦਾ ਕਿ ਉਹਨਾਂ ਬੱਚਿਆਂ ਨੇ ਮੋਬਾਈਲ ਚੋਰੀ ਕਰ ਲਿਆ ਹੋਵੇ ਕੋਈ ਬਹੁਤ ਵੱਡੀ ਗੱਲ ਨਹੀਂ ਆਪਾਂ ਕਿਸੇ ਨੂੰ ਚੋਰ ਨਹੀਂ ਕਹਿੰਦੇ ਮੈਂ ਕਹਿੰਦਾ ਮੰਨ ਲਓ ਜੇ ਬੱਚਿਆਂ ਨੇ ਮੋਬਾਈਲ ਚੋਰੀ ਕਰ ਵੀ ਲਿਆ ਤਾਂ ਤੁਸੀਂ ਉਹਨਾਂ ਦੇ ਡੰਡੇ ਮਾਰੋਗੇ ਤੁਸੀਂ ਉਹ ਤੋਂ ਡੰਡ ਬੈਠਕਾਂ ਕਢਾਓਗੇ ਕੀ ਉਦੋਂ ਚੋਰੀ ਕਰਨ ਨੂੰ ਹਟ ਦੇਣਗੇ ਮਾੜਾ ਮੋਟਾ ਤਾਂ ਸੋਚੀਏ ਨਾ ਕਿ ਜੇ ਤਾਂ ਇੱਦਾਂ ਚੋਰੀ ਕਰਨ ਨੂੰ ਹਟਦੇ ਆ ਤਾਂ ਫਿਰ ਠੀਕ ਆ ਦੋ ਡੰਡੇ ਵੱਧ ਮਾਰ ਦਿੰਦੇ ਬਾਕੀ ਸਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪਹਿਲੀ ਗੱਲ ਹੈ ਕਿ ਤੁਸੀਂ ਬਾਲ ਮਜ਼ਦੂਰ ਕੰਮ ਤੇ ਰੱਖੇ ਇੱਕ ਚੋਰੀ ਤਾਂ ਤੁਸੀਂ ਕਾਨੂੰਨੀ ਤੌਰ ਤੇ ਵੀ ਕੀਤੀ ਹੈ ਦੂਸਰਾ ਉਹਨਾਂ ਨੂੰ ਕੁੱਟਦੇ ਹੋ ਤੀਸਰਾ ਉਹਨਾਂ ਦੀਆਂ ਵੀਡੀਓ ਬਣਦੀਆਂ ਚੌਥਾ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਕੁੱਟਦੇ ਹੋ ਸ਼ਰੇਆਮ ਜਲੀਲ ਕਰਦੇ ਹੋ ਉਹ ਵੀ ਉਸ ਮੌਕੇ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਬੜੀ ਕਮਾਲ ਦੀ ਗੱਲ ਹੈ ਚਾਰੇ ਪਾਸੇ ਰੌਣਕਾਂ ਪਿੰਡਾਂ ਚ ਛੇ ਛੇ ਸੱਤ ਸੱਤ ਗੁਰੂ ਘਰ ਗੁਰਬਾਣੀ ਦੀਆਂ ਲਹਿਰਾਂ ਬਹਿਰਾਂ ਲੰਗਰ ਹੀ ਲੰਗਰ ਨਗਰ ਕੀਰਤਨ ਪ੍ਰਭਾਤ ਫੇਰੀਆਂ ਹੋਰਡਿੰਗ ਫਲੈਕਸ ਅਖਬਾਰਾਂ ਭਰੀਆਂ ਪਈਆਂ ਬਾਬੇ ਨਾਨਕ ਦੀ ਬਾਣੀ ਦੀ ਉਸਤਤ ਦੇ ਵਿੱਚ ਪਰ ਇਹਦੇ ਬਾਵਜੂਦ ਵੀ ਜੇ ਅਸੀਂ ਵਿਆਹਾਂ ਚ ਗੋਲੀਆਂ ਚਲਾ ਕੇ ਕਤਲ ਕਰਨੇ ਆ ਜੇ ਛੋਟੇ ਛੋਟੇ ਬੱਚਿਆਂ ਨੂੰ ਪਹਿਲਾਂ ਕੰਮ ਤੇ ਲਾਉਣਾ ਤੇ ਕੰਮ ਤੇ ਲਾਉਣ ਤੋਂ ਬਾਅਦ ਜੇ ਕੋਈ ਕਸੂਰ ਲੱਗਦਾ ਉਹਨਾਂ ਨੂੰ ਡੰਡਿਆਂ ਨਾਲ ਕੁੱਟਣਾ ਡੰਡ ਬੈਠਕਾਂ ਕਢਾਉਣੀਆਂ ਫਿਰ ਅਸੀਂ ਇੱਕ ਕਾਰੋਬਾਰੀ ਤਾਂ ਹੋ ਸਕਦੇ ਹਾਂ ਫਿਰ ਅਸੀਂ ਕਿਸੇ ਕੰਮ ਦੇ ਮਾਲਕ ਤਾਂ ਹੋ ਸਕਦੇ ਹਾਂ ਪਰ ਬਾਬੇ ਨਾਨਕ ਦੀ ਫਿਲਾਸਫੀ ਦੇ ਪੈਰੋਕਾਰ ਭੂਰਾ ਨਹੀਂ ਹੋ ਸਕਦੇ ਸੋਚ ਵਿਚਾਰ ਕੇ ਵੇਖੀਏ ਮਾੜਾ ਸਾਹਿਬ ਜੇ ਐਨ ਯੂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਔਰ ਇੱਥੇ ਹੁਣ ਸੰਘਰਸ਼ ਹੈ ਵੈਸੇ ਤਾਂ ਕੋਈ ਨਾ ਕੋਈ ਸੰਘਰਸ਼ ਚੱਲਦਾ ਹੀ ਰਹਿੰਦਾ ਹੁਣ ਹੋਸਟਲਾਂ ਦੀਆਂ ਵਧੀਆਂ ਫੀਸਾਂ ਤੇ ਡਰੈਸ ਕੋਡ ਨੂੰ ਲੈ ਕੇ ਸੰਘਰਸ਼ ਹੈ ਕਿੱਥੇ ਪਹੁੰਚਿਆ ਹੋਇਆ ਜੀ ਦੇਖੋ ਸੁਖਨੈਬ ਜੀ ਪਹਿਲੀ ਗੱਲ ਇਹ ਕਿ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਉਹ ਚਰਚਾ ਦਾ ਕੇਂਦਰ ਰਹੀ ਹੈ ਇਸ ਕਰਕੇ
ਕਿਉਂਕਿ ਕਈ ਵਾਰ ਇਸ ਯੂਨੀਵਰਸਿਟੀ ਦੇ ਵਿੱਚੋਂ ਏਦਾਂ ਦੇ ਵਿਦਿਆਰਥੀ ਉੱਭਰਦੇ ਰਹੇ ਆ ਜਿਹੜੇ ਲੀਡਰਸ਼ਿਪ ਦੇ ਵਿੱਚ ਸਿਖਰ ਤੇ ਪੁੱਜੇ। ਤੇ ਪਿਛਲੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਭਾਰਤ ਦੇ ਵਿੱਚੋਂ ਜੇ ਸੱਤਾ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰਨ ਵਾਲਾ ਲੀਡਰ ਟ੍ਰੇਨਡ ਹੋ ਕੇ ਬਾਹਰ ਨਿਕਲਦਾ ਤਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚੋਂ ਨਿਕਲਦਾ। ਆ ਪਿਛਲੇ ਸਮੇਂ ਦੇ ਵਿੱਚ ਤਿੰਨ ਜਿਹੜੇ ਵਿਦਿਆਰਥੀ ਲੀਡਰ ਸੀ ਆਪਾਂ ਉਹਨਾਂ ਦੇ ਨਾਲ ਜੋ ਕੁਝ ਹੋਇਆ ਉਹ ਜਾਣਦੇ ਆ। ਹੁਣ ਐਤਕੀ ਕੀ ਹੋਇਆ ਕਿ ਕਈ ਦਿਨ ਹੋ ਗਏ ਸੀ ਜਿਹੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਸੀ, ਧਰਨਾ ਪ੍ਰਦਰਸ਼ਨ ਕਰ ਰਹੇ ਸੀ ਕਿ ਭਾਈ ਵਾਈਸ ਚਾਂਸਲਰ ਸਾਡੇ ਨਾਲ ਮੁਲਾਕਾਤ ਕਰੇ ਕਿਉਂਕਿ ਜਿਹੜਾ ਫੀਸ ਵਾਧਾ ਕੀਤਾ ਗਿਆ ਉਹ ਬਿਲਕੁਲ ਗੈਰ ਵਾਜਬ ਹੈ ਤੇ ਅਸੀਂ ਉਹ ਲਾਗੂ ਨਹੀਂ ਜੇ ਹੋਣ ਦੇਣਾ। ਹੁਣ ਫੀਸ ਵਾਧਾ ਲਾਗੂ ਕਿਉਂ ਨਹੀਂ ਹੋਣ ਦੇਣਾ? ਵਾਈਸ ਚਾਂਸਲਰ ਆਇਆ ਹੀ ਨਾ, ਵਾਈਸ ਚਾਂਸਲਰ ਨੇ ਆ ਕੇ ਇਹਨਾਂ ਦੇ ਨਾਲ ਮੁਲਾਕਾਤ ਕਰਨੀ ਗਵਾਰਾ ਹੀ ਨਾ ਸਮਝੀ। ਤੇ ਫਿਰ ਹੁਣ ਜਦੋਂ ਉਪ ਰਾਸ਼ਟਰਪਤੀ ਸਾਹਿਬ ਨੇ ਤੇ ਇੱਕ ਮੰਤਰੀ ਆ ਰਮੇਸ਼ ਪੋਖਰਿਆਲ, ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਦਾ ਮੰਤਰੀ ਹੈ, ਉਹ ਦੋਵੇਂ ਬੰਦੇ ਡਿਗਰੀ ਵੰਡ ਸਮਾਰੋਹ ਦੇ ਵਿੱਚ ਗਏ। ਤੇ ਜਦੋਂ ਡਿਗਰੀ ਵੰਡ ਸਮਾਰੋਹ ਦੇ ਵਿੱਚ ਗਏ ਤਾਂ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਨੇ ਆ ਕੇ ਕੈਂਪਸ ਘੇਰ ਲਿਆ। ਜਦੋਂ ਕੈਂਪਸ ਘੇਰ ਲਿਆ ਤਾਂ 5 ਘੰਟੇ ਲਗਾਤਾਰ ਰਮੇਸ਼ ਪੋਖਰਿਆਲ ਨਿਸ਼ੰਕ ਜਿਹੜਾ ਉਹ ਉਸੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਬੰਦ ਰਿਹਾ, ਨਾ ਵਿਦਿਆਰਥੀ ਪਰੇ ਹੋਣ ਨਾ ਉਹ ਅਗਲੇ ਪਾਸੇ ਨੂੰ ਜਾ ਸਕੇ। ਇਸੇ ਕਰਕੇ ਇੱਥੇ ਪੁਲਿਸ ਨੇ ਥੋੜੀ ਜਿਹੀ ਸਖਤੀ ਵੀ ਵਿਦਿਆਰਥੀਆਂ ਤੇ ਕੀਤੀ। ਤੇ ਬਾਅਦ ਵਿੱਚ ਮੰਤਰੀ ਸਾਹਿਬ ਨੇ ਕਹਿਤਾ ਕਿ ਵਾਈਸ ਚਾਂਸਲਰ ਨਾਲ ਤੁਹਾਡੀ ਮੁਲਾਕਾਤ ਕਰਾ ਦਿੰਦੇ ਹਾਂ ਤੇ ਬੜੀ ਛੇਤੀ ਸਾਰਾ ਕੁਝ ਨਿਬੇੜ ਲੈਂਦੇ ਹਾਂ। ਚਲੋ ਹੁਣ ਵਿਦਿਆਰਥੀ ਜਥੇਬੰਦੀਆਂ ਨੂੰ ਮੁਲਾਕਾਤ ਦਾ ਭਰੋਸਾ ਵੀ ਦਿੱਤਾ ਕਿ ਵਾਈਸ ਚਾਂਸਲਰ ਮਿਲੂਗਾ, ਪਰ ਅਜੇ ਤੱਕ ਮਿਲਿਆ ਨਹੀਂ। ਹੁਣ ਰੌਲਾ ਕੀ ਪਿਆ ਸੀ? ਇੱਕ ਸੀ ਕਿ ਕੱਪੜੇ ਪਹਿਨਣ ਦੇ ਵਿੱਚ ਜ਼ਾਬਤਾ ਰੱਖਣਾ ਹੈ ਕਿ ਆਹ ਤੁਸੀਂ ਪਾ ਸਕਦੇ ਹੋ ਤੇ ਆਹ ਨਹੀਂ। ਵਿਦਿਆਰਥੀਆਂ ਨੇ ਵਿਰੋਧ ਕੀਤਾ ਕਿ ਭਾਈ ਅਸੀਂ ਪੜ੍ਹਦੇ ਹਾਂ, ਅਸੀਂ ਵਿਦਿਆਰਥੀ ਹਾਂ, ਅਸੀਂ ਸਿੱਖਣ ਲਈ ਆਉਂਦੇ ਹਾਂ ਤੇ ਜੇ ਸਾਰਾ ਧਿਆਨ ਤੁਸੀਂ ਪਹਿਲੀ ਜਮਾਤ ਦੇ ਬੱਚਿਆਂ ਨੂੰ ਸਾਡੇ ਡਰੈਸ ਕੋਡ ਦੇ ਉੱਤੇ ਰੱਖੋਗੇ ਤਾਂ ਗਲਤ ਹੈ। ਦੂਸਰੀ ਗੱਲ, ਪਹਿਲਾਂ 10 ਰੁਪਈਏ ਕਮਰੇ ਦਾ ਕਿਰਾਇਆ ਸੀ, ਵਧਾ ਕੇ 300 ਕਰਤਾ। ਡਬਲ ਕਮਰੇ ਦਾ 20 ਸੀ, ਵਧਾ ਕੇ 600 ਕਰਤਾ। ਦੇਖੋ ਸਿੱਧੇ 10 ਤੋਂ 300 ਤੇ ਅੱਪੜਨਾ ਵੱਡੀ ਗੱਲ ਹੈ। ਮੈਸ ਦਾ 5500 ਰੁਪਈਆ ਇਕੱਠਾ ਜਮ੍ਹਾਂ ਕਰਾਉਣਾ ਪੈਂਦਾ ਸੀ, 12,000 ਕਰ ਦਿੱਤਾ। ਹੁਣ ਵਿਦਿਆਰਥੀ ਕਹਿੰਦੇ ਸੀ ਕਿ ਦੇਖੋ 40% ਤੋਂ ਵੱਧ ਬੱਚੇ ਜਿਹੜੇ ਆ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਉਂਦੇ ਰਹੇ ਆ ਤੇ ਪੜ੍ਹਨ ਆਏ ਹੋਏ ਆ, ਉਹ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਨੇ ਤੇ ਪਹਿਲਾਂ ਹੀ ਖਰਚਾ ਉਹ ਮਸੀਂ ਹਿਸਾਬ ਕਿਤਾਬ ਲਾ ਕੇ ਕੱਢ ਰਹੇ ਆ। ਇਸ ਕਰਕੇ ਧਿਆਨ ਜਿਹੜਾ ਦੂਸਰੇ ਪਾਸੇ ਕੀਤਾ ਜਾਵੇ। ਹੁਣ ਵਿਦਿਆਰਥੀ ਕਹਿੰਦੇ ਸੀ ਕਿ ਜੇ ਤੁਸੀਂ ਆਹੀ ਕੰਮ ਕੀਤਾ ਤੇ ਫਿਰ ਗਲਤ ਹੋ ਜਾਊਗਾ, ਇੱਦਾਂ ਬਿਲਕੁਲ ਕਰਨ ਦੀ ਲੋੜ ਨਹੀਂ। ਵਿਦਿਆਰਥੀਆਂ ਦਾ ਪੱਖ ਜਿਹੜਾ ਸਾਨੂੰ ਚੰਗੇ ਤਰੀਕੇ ਉਹ ਰੱਖ ਲੈਣਾ ਚਾਹੀਦਾ। ਹੁਣ ਦੇਖੋ ਜੇ ਤੁਸੀਂ 5500 ਤੋਂ ਵਧਾ ਕੇ 12,000 ਕਰ ਦਿਓਗੇ, ਜੇ ਤੁਸੀਂ 10 ਰੁਪਈਆਂ ਤੋਂ ਵਧਾ ਕੇ 300 ਰੁਪਈਆ ਮਹੀਨਾ ਕਰ ਦਿਆਂਗੇ, ਰੌਲਾ ਤਾਂ ਪਊਗਾ ਨਾ। ਸੋ ਇਸ ਵੇਲੇ ਹਾਲਾਤ ਬੜੇ ਅਜੀਬੋ ਗਰੀਬ ਨੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਗੁੱਸੇ ਚ ਨੇ, ਪਰ ਅਜੇ ਤੱਕ ਵੀ ਉਹਨਾਂ ਮੰਗਾਂ ਜਿਹੜੀਆਂ ਉਹ ਪ੍ਰਵਾਨ ਹੋ ਨਹੀਂ ਜੇ ਸਕੀਆਂ ਜੀ। ਤੇ ਵਾਟ ਸਾਹਿਬ, ਐਨ ਜੀ ਓ ਬਣਾਉਣ ਦਾ ਇਰਾਦਾ ਸੀ ਤੇ ਹੁਣ ਕਹਿੰਦੇ ਕੇਂਦਰ ਸਰਕਾਰ ਨੇ ਇਹ ਕੰਮ ਜੇ ਤੇ ਵੀ ਰੋਕ ਲਾਤੀ ਕਿ ਤੁਸੀਂ ਬਾਹਰੋਂ ਤਾਂ ਪੈਸੇ ਮੰਗਾ ਨਹੀਂ ਸਕਦੇ, ਅੰਦਰੋਂ ਕੋਈ ਦਿੰਦਾ ਨਹੀਂ। ਸੁਖਨੈਬ ਜੀ, ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ, ਇਹਨਾਂ ਨੇ ਹਜ਼ਾਰਾਂ ਜਿਹੜੀਆਂ ਐਨ ਜੀ ਓਜ਼ ਨੇ, ਗੈਰ ਸਰਕਾਰੀ ਸੰਸਥਾਵਾਂ, ਉਹਨਾਂ ਤੇ ਸ਼ਿਕੰਜਾ ਕੱਸਿਆ। ਇੱਕ ਵਾਰੀ ਇਹਨਾਂ ਨੇ ਡਾਟਾ ਫੁੱਲ ਦਵਾਤੀ ਜੀ ਕਿ ਤੁਸੀਂ ਜਿੰਨੇ ਮਰਜ਼ੀ ਲੜੋ, ਤੁਹਾਡੀ ਕੋਈ ਪੁੱਛਗਿੱਛ ਨਹੀਂ। ਨਹੀਂ ਦੇਖੋ, ਗੱਲ ਇਹ ਹੁੰਦੀ ਹੈ ਨਾ ਕਿ ਕਈ ਵਾਰੀ ਪਰਿਵਾਰ ਦੇ ਵਿੱਚ ਹੁੰਦਾ ਉਹ ਰਸਗੁੱਲਾ ਖਾਣਾ ਨੀ, ਵੀ ਇਹ ਨੀ ਰਸਗੁੱਲਾ ਖਾਣਾ, ਬੇ ਹੋ ਗਿਆ ਬਈ ਆਹ ਰਸਗੁੱਲਾ ਬਿਲਕੁਲ ਨੀ, ਜੇ ਖਾਣਾ ਹੁਣ ਖੰਘ ਹੋ ਜੂਗੀ ਵੀ, ਤੇ ਆਪ ਜਿੰਨੀ ਵਾਰੀ ਜਾਣਾ ਅੰਦਰ ਜਾ ਕੇ ਇੱਕ ਝਟਕਾ ਹੋਣਾ। ਹੁਣ ਸਿਆਸੀ ਪਾਰਟੀਆਂ ਦੇ ਵਿੱਚ ਸਭ ਤੋਂ ਵੱਡੇ ਤਾਂ ਅਗਲੇ ਆ, ਤੇ ਜਦੋਂ ਸਿਆਸੀ ਪਾਰਟੀਆਂ ਦੇ ਵਿੱਚ ਸਭ ਤੋਂ ਵੱਡੇ ਅਗਲੇ ਆ ਤਾਂ ਫਿਰ ਆਪਣੇ ਹਿਸਾਬ ਨਾਲ ਹੀ ਕੰਮ ਕਰਨਗੇ। ਦੇਖੋ 14,800 ਤੋਂ ਵੱਧ ਐਨ ਜੀ ਓਜ਼ ਨੇ ਜਿਹੜੀਆਂ ਪਿਛਲੇ 50 ਸਾਲਾਂ ਦੇ ਵਿੱਚ ਖਤਮ ਕਰਤੀਆਂ ਮੋਦੀ ਸਾਹਿਬ ਦੀ ਸਰਕਾਰ ਨੇ, 14,800 ਉਹ ਐਨ ਜੀ ਓਜ਼ ਨੇ ਜਿਹਨਾਂ ਨੂੰ ਵਿਦੇਸ਼ਾਂ ਤੋਂ ਚੰਦਾ ਲੈਣ ਦੀ ਆਗਿਆ ਸੀ, ਲਾਇਸੈਂਸ ਸੀ। ਪਰ ਇਹ 14,800 ਸੰਗਠਨ ਜੇ ਬੰਦ ਹੋਏ ਆ ਤੇ ਇਹਦੇ ਪਿੱਛੇ ਕਾਰਨ ਕੀ ਹੈ ਤੇ ਕੌਣ ਚਲਾਉਂਦਾ? ਹੁਣ ਆ ਹੁਣੇ ਹੁਣੇ 1800 ਤੋਂ ਵੱਧ ਐਨ ਜੀ ਓਜ਼ ਜਿਹੜੇ ਆ ਜਿਹਨਾਂ ਦੇ ਵਿੱਚ ਵਿਦਿਅਕ ਸੰਸਥਾਵਾਂ ਵੀ ਆ, ਉਹਨਾਂ ਦੇ ਉੱਤੇ ਪਾਬੰਦੀ ਲਾਤੀ। ਪਾਬੰਦੀ ਇਸ ਕਰਕੇ ਲਾਈ ਕਿ ਤੁਸੀਂ ਪਿਛਲੇ ਸਾਲ ਦਾ ਪੈਸਿਆਂ ਦਾ ਹਿਸਾਬ ਕਿਤਾਬ ਕਿਉਂ ਨਹੀਂ ਦਿੱਤਾ? ਤੁਸੀਂ ਪਿਛਲੇ ਸਾਲ ਦਾ ਪੈਸਿਆਂ ਦਾ ਹਿਸਾਬ ਕਿਤਾਬ ਦਿਓ ਕਿ ਵਿਦੇਸ਼ ਦੇ ਵਿੱਚੋਂ ਤੁਹਾਨੂੰ ਕਿੰਨੇ ਪੈਸੇ ਆਏ, ਕਿਹਨੇ ਕਿਹਨੇ ਭੇਜੇ, ਉਹਦੇ ਤੋਂ ਬਾਅਦ ਪੈਸੇ ਤੁਸੀਂ ਕਿੱਥੇ ਕਿੱਥੇ ਖਰਚੇ, ਕਿੰਨੇ ਪੈਸੇ ਤੁਹਾਡੇ ਕੋਲ ਬਾਕੀ ਨੇ ਤੇ ਕਿੰਨਾ ਆਉਣ ਵਾਲੇ ਸਮੇਂ ਦਾ ਬਜਟ ਹੈ, ਸਾਰੀ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਲੀਅਰ ਹੋਣੀ ਚਾਹੀਦੀ ਹੈ। ਹੁਣ ਜਿਸ ਤਰੀਕੇ ਦੇ ਨਾਲ
ਦੇਖੋ ਯੂਨੀਵਰਸਿਟੀ ਆਫ ਰਾਜਸਥਾਨ ਇਲਾਹਾਬਾਦ ਐਗਰੀਕਲਚਰ ਇੰਸਟੀਚਿਊਟ, ਗੁਜਰਾਤ ਦਾ ਯੰਗ ਮੈਨਸ ਕ੍ਰਿਸਚਨ ਐਸੋਸੀਏਸ਼ਨ, ਕਰਨਾਟਕ ਦਾ ਸਵਾਮੀ ਵਿਵੇਕਾਨੰਦ ਐਜੂਕੇਸ਼ਨਲ ਸੋਸਾਇਟੀ, ਇਹ ਸਾਰਿਆਂ ਦਾ ਬੰਦ ਕਰ ਦਿੱਤਾ ਜਗਾੜ ਕੇ ਨਾ, ਤੁਹਾਡਾ ਲਾਇਸੈਂਸ ਰੱਦ ਹੈ, ਤੁਸੀਂ ਇਧਰਲੇ ਪਾਸੇ ਦੀ ਗ੍ਰਾਂਟ ਲੈਣੀ ਹੈ, ਤੁਹਾਨੂੰ ਲੀਲੀਆਂ ਕੱਢਣੀਆਂ ਪੈਣਗੀਆਂ। ਸੋ ਦੇਖਦੇ ਹਾਂ ਕਿ ਜਦੋਂ ਲਗਾਤਾਰ ਵੱਖ ਵੱਖ ਐਨਜੀਓ ਜਿਹੜੇ ਨੇ ਉਹਨਾਂ ਦੀ ਮਾਨਤਾ ਰੱਦ ਕੀਤੀ ਜਾ ਰਹੀ ਹੈ ਤਾਂ ਇਹਦਾ ਅਸਰ ਕੀ ਪੈਂਦਾ? ਵੈਸੇ 14,000 ਤੋਂ ਵੱਧ ਜਥੇਬੰਦੀਆਂ ਬੰਦ ਕੀਤੀਆਂ, ਜੇ ਬਹੁਤਾ ਹੀ ਖਤਰਨਾਕ ਕਦਮ ਹੁੰਦਾ ਤਾਂ ਹੁਣ ਤੱਕ ਪਟਾਕਾ ਕਿਤੇ ਨਾ ਕਿਤੇ ਪੈ ਜਾਣਾ ਸੀ, ਅੱਜ ਤੱਕ ਕੋਈ ਕੁਸਕਿਆ ਕਿਉਂ ਨਹੀਂ? ਇਹ ਸਭ ਤੋਂ ਵੱਡੀ ਗੱਲ ਹੈ। ਵੇਖਦੇ ਹਾਂ ਕਿ ਹੁਣ ਇਹ ਜਿਹੜੀ 1807 ਐਨਜੀਓ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਜੀ, ਉਹਨਾਂ ਦਾ ਹਿਸਾਬ ਕਿਤਾਬ ਕੀਤਾ ਗਿਆ, ਉਹਨਾਂ ਦੇ ਵਿੱਚੋਂ ਕਿੰਨੀਆਂ ਪੰਜਾਬ ਦੀਆਂ ਤੇ ਕਿੰਨੀਆਂ ਨਹੀਂ ਆਉਣ ਵਾਲੇ ਸਮੇਂ ਚ ਕਲੀਅਰ ਕਰਾਂਗੇ ਜੀ। ਬਾਦ ਸਾਹਿਬ ਤੁਸੀਂ ਕਹਿੰਦੇ ਹੋ ਪਟਾਕਾ ਪੈ ਜਾਂਦਾ, ਅਗਲਿਆਂ ਨੂੰ ਇਹ ਲੱਗਿਆ ਕਿ ਰੇਡ ਨਾ ਪੈ ਜਾਏ, ਚੁੱਪ ਕਰੇ ਬੈਠੇ ਹੋਣੇ ਮੇਰੇ ਵਰਗੇ, ਤੇ ਦੁਸ਼ਯੰਤ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ, ਕਿਉਂਕਿ ਰੇਡ ਰੂਡ ਪੈਣ ਵਾਲੇ ਇਸ ਹਿਸਾਬ ਤਾਂ ਪਹਿਲਾਂ ਕਰ ਲੈਂਦੇ। ਤੁਸੀਂ ਦੁਸ਼ਯੰਤ ਦੀ ਗੱਲ ਕਰ ਰਹੇ ਸੀ ਜੀ, ਦੇਖੋ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਆ ਹਰਿਆਣੇ ਦਾ, ਓਮ ਪ੍ਰਕਾਸ਼ ਚੌਟਾਲੇ ਦਾ ਪੋਤਾ ਹੈ, ਤੇ ਓਮ ਪ੍ਰਕਾਸ਼ ਚੌਟਾਲੇ ਦਾ ਪੋਤਾ ਪਰ ਉਹਦੇ ਤੁਹਾਡਾ, ਉਹ ਪੰਜਾਬ ਚ ਆਇਆ, ਪਹਿਲਾਂ ਜਲੰਧਰ ਚ ਇੱਕ ਸਮਾਗਮ ਸੀ ਉੱਥੇ ਪਹੁੰਚਾ, ਉਹਦੇ ਤੋਂ ਬਾਅਦ ਸੁਲਤਾਨਪੁਰ ਲੋਧੀ ਜਾ ਕੇ ਬੰਦਾ ਨਤਮਸਤਕ ਹੋਇਆ, ਅੰਮ੍ਰਿਤਸਰ ਗਿਆ, ਤੇ ਜਾਂਦਿਆਂ ਜਾਂਦਿਆਂ ਇੱਕ ਬਿਆਨ ਦੇ ਗਿਆ, ਉਹ ਕਹਿੰਦੇ ਜੀ ਦੇਖੋ ਅਯੁੱਧਿਆ ਵਾਲੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਚ ਸੁਣਵਾਈ ਹੋਈ, ਰੋਜ਼ ਹੋਈ, 40 ਦਿਨ ਦੀ ਸੁਣਵਾਈ ਚੱਲੀ, 15-20-25 ਦਿਨ ਜੱਜ ਸਾਹਿਬ ਨੇ ਲੈ 60-65 ਦਿਨਾਂ ਦੇ ਵਿੱਚ ਕੰਮ ਨਿਬੜ ਕੇ ਉਹ ਕਰਤਾ। ਹੁਣ ਕਹਿੰਦੇ ਮੈਂ ਹਰਿਆਣੇ ਦਾ ਡਿਪਟੀ CM ਹੋਣ ਦੇ ਨਾਤੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਪਾਈ ਆ ਰੋਜ਼ ਸੁਣਵਾਈ ਕਰੋ SYL ਦਾ ਜਿਹੜਾ ਸਾਡਾ ਪੰਜਾਬ ਨਾਲ ਰੌਲਾ, ਤੇ ਜਿੰਨੀ ਛੇਤੀ ਹੋ ਸਕਦਾ ਫੈਸਲਾ ਦਿਓ, ਜਾਂ ਫੈਸਲਾ ਲਾਗੂ ਕਰਨ ਦੇ ਲਈ ਕਿਹਦੇ ਢੰਗ ਤਰੀਕੇ ਵਰਤੀਏ ਉਹਦੇ ਬਾਬਤ ਦੱਸਿਓ, ਜਿਹਦੇ ਨਾਲ ਕਿ ਆਪਾਂ ਕੰਮ ਜਿਹੜਾ ਉਹ ਹੁਣ ਵਿਹਲੇ ਸਿਰ ਨਿਬੇੜ ਸਕੀਏ। ਹੁਣ ਦੁਸ਼ਯੰਤ ਚੌਟਾਲਾ ਦੇ ਇਸ ਬਿਆਨ ਤੋਂ ਬਾਅਦ ਮਾੜਾ ਮੋਟਾ ਤਾਂ ਸਰਗਰਮੀ ਵਾਲਾ ਮਾਹੌਲ ਇਧਰਲੇ ਪਾਸੇ ਬਣਿਆ ਹੋਣਾ, ਵੇਖਦੇ ਹਾਂ ਪ੍ਰਤੀਕਿਰਿਆ ਕੀ ਆਉਂਦੀ ਆ ਜੀ। ਬਹੁਤ ਮਿਹਰਬਾਨੀ ਵਾਟ ਸਾਹਿਬ, ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ, ਅਸੀਂ ਕੱਲ ਸਾਂਝ ਪਾਵਾਂਗੇ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸੁਖਨੈਬ ਜੀ, ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਸ਼ੁਭ ਇਸ਼ਾਵਾਂ। ਮਿਹਰਬਾਨੀ ਜੀ। ਪਰਮੀਰ ਸਿੰਘ ਵਾਟ ਸਾਹਿਬ ਨਾਲ ਸੱਜਣੋਂ ਅਸੀਂ ਗੱਲਬਾਤ ਕਰ ਰਹੇ ਸੀ ਔਰ ਗੱਲਬਾਤ ਤੁਸੀਂ ਸੁਣ ਰਹੇ ਸੀ।